ए प्रोग्राम प्राइम एशिया टीवी दी प्रॉपर्टी है। इस दे कंटेंट नू ऑडियो या फिर वीडियो रूप विच चोरी करके यूट्यूब फेसबुक या होर किसे माध्यम राही वर्तना कॉपीराइट कानून दी उल्लंघना है। अजिहा करन ते कानूनी कार्रवाई कीती जावेगी। प्राइम एशिया टीवी देख रहे सारे दर्शकों का मैं गुरप्रीत संधा वाले स्वागत करता जी प्रोग्राम प्राइम फोकस दे विच। ते अज दा जिहड़ा प्राइम फोकस है बड़ा खास है, तुसी अपना फोकस बना के रखियो, जे को आंढ गुआंढ होर भी हैगा तां उहनूं ही बांह फड़ के खिच के बिठा लो। कारण यह है कि अज दे प्राइम फोकस दे विच जिहड़ियां गल्लां बातां असीं करनियां ने, उह गल्लां बातां अज दियां नहीं, अज तों सदियां पुरानियां ने, ज्यौंदियां त्यों तुरियां आ रहियां, ते सारियां रल मिल के कितना कितने एक बहुत वड्डा कारोबार बिजनेस बन चुका। ते इन्हां कारोबारां इन्हां बिजनेसिस दे विचों बहुत वड्डे बिजनेस टाइकूनस निकलते हैं जिन्हां नूं बाद दे विच जेल यात्रा भी करनी पैंदी है, जिहदे चों कुछ अंदर ने कुछ दी तैयारी है, ते आउण वाले दिनां च कुछ ना कुछ लीरां खिद चों होर निकलणगियां। इशारा मैं होर पासे करता, तुसीं ऐ ना समझो शायद अज असीं फिर डेरे वाले बाबे नूं लै के बह जाएंगे, इदां नहीं है। अब जी गल असी तुहाडे नाल करनी आ वह गल हर रोज़ तुसी इधर उधर गाहे बगाहे किसी कोलों सुनदे हो, ना चाहते हुए भी कई बार उहदे ते यकीन कर लैंदे हो। सो वह सारा कुछ है कि वह सारा कुछ दसण तो पहला एक छोटी जी वीडियो मैं तुहानू दिखाउणी चाहुंदा, तुसी पहला वह वीडियो देखो ते फिर तुसी खुद अंदाजा लाओ कि भी अज आपां इत्थे बैठ के की गल करनी है। एंड तुहाडे जिहड़े जिहड़े भी सवाल उहदे नाल संबंधित होणगे सारयां दे जवाब भी तुहानू अज दे इस प्राइम फोकस दे विचों मिलणगे। पहला आपां वीडियो देखदे हां। ਵੀਰਵਾਰ ਸ਼ਨੀਵਾਰ ਆਹ ਨਹੀਂ ਕਰਨਾ, ਮੰਗਲਵਾਰ ਐਤਵਾਰ ਆਹ ਨਹੀਂ ਕਰਨਾ, ਆਹ ਇਸ ਦਿਨ ਨਹੀਂ ਖਾਣਾ, ਆਹ ਉਸ ਦਿਨ ਨਹੀਂ ਖਾਣਾ, ਕਦੀ ਸਿਰ ਨਹੀਂ ਨਹਾਉਣਾ, ਕਦੀ ਅਸੀਂ ਆਪ ਹੀ ਨਹੀਂ ਨਹਾਉਣਾ। ਇਹੋ ਜਿਹੇ ਨਿੱਕੇ ਨਿੱਕੇ ਵਹਿਮਾਂ ਤੋਂ ਸ਼ੁਰੂ ਹੋ ਕੇ ਅਸੀਂ ਅੰਧ ਵਿਸ਼ਵਾਸ ਦਾ ਕਈ ਵਾਰਾਂ ਸਿਰਾ ਹੀ ਲਵਾ ਦਿੰਦੇ। ਕਿਸੇ ਨੇ ਪਿੱਛੋਂ ਆਵਾਜ਼ ਮਾਰਤੀ, ਲਓ ਹੁਣ ਤਾਂ ਕੰਮ ਹੀ ਨਹੀਂ ਬਣਨਾ, ਛਿੱਕ ਮਾਰਤੀ, ਬਿੱਲੀ ਰਾਹ ਕੱਟ ਗਈ, ਚੁਰਾਹੇ 'ਚੋਂ ਟੂਣਾ ਟੱਪ ਲਿਆ, ਝਾੜੂ ਖੜ੍ਹਾ ਕਰਕੇ ਨਹੀਂ ਰੱਖਣਾ। ਪਤਾ ਨਹੀਂ ਕਿੰਨੇ ਕੁ ਹੋਰ ਵਹਿਮ ਭਰਮ ਨੇ ਜੋ ਅਸੀਂ ਆਪਣੀ ਹਰ ਰੋਜ਼ ਦੀ ਜ਼ਿੰਦਗੀ 'ਚ ਮੰਨਦੇ ਹਾਂ। ਹਾਲਾਂਕਿ ਨਵੀਂ ਪੀੜ੍ਹੀ ਕੁਝ ਕੁ ਇਹਨਾਂ ਨੂੰ ਬਕਵਾਸ ਕਹਿ ਕੇ ਇਹਨਾਂ ਤੋਂ ਕਿਨਾਰਾ ਵੀ ਕਰਦੀ ਹੈ, ਪਰ ਜਦੋਂ ਕੋਈ ਕੰਮ ਫਸ ਜਾਂਦਾ ਹੈ, ਸਿਰੇ ਨਹੀਂ ਲੱਗਦਾ, ਫਿਰ ਅਸੀਂ ਭੱਜਦੇ ਹਾਂ ਸਿਆਣਿਆਂ ਵੱਲ, ਅਤੇ ਫਿਰ ਉਹੀ ਸਿਆਣਾ ਸਾਨੂੰ ਉਪਾਅ ਦੇ ਬਹਾਨੇ, ਟੂਣੇ ਟਾਮਣੇ ਦੇ ਬਹਾਨੇ, ਦਕਸ਼ਣਾ ਦੇ ਬਹਾਨੇ ਫਸਾ ਕੇ ਸਾਡੀ ਜੇਬ ਢਿੱਲੀ ਕਰ ਲੈਂਦਾ। ਹੁਣ ਇਹੀ ਕੰਮ ਅਸੀਂ ਸਦੀਆਂ ਤੋਂ ਪੀੜ੍ਹੀ ਦਰ ਪੀੜ੍ਹੀ ਕਰਦੇ ਆ ਰਹੇ ਹਾਂ, ਪਰ ਕਦੀ ਆਪਾਂ ਸੋਚਿਆ ਵੀ ਇਹਨਾਂ ਦਾ ਪਿਛੋਕੜ ਕੀ ਹੋਊਗਾ, ਕਿੱਥੋਂ ਸ਼ੁਰੂ ਹੋਇਆ ਹੋਊਗਾ ਇਹ ਸਭ? ਨਹੀਂ, ਕਿਉਂਕਿ ਸਾਨੂੰ ਸਵਾਲ ਕਰਨ ਦੀ ਆਦਤ ਹੀ ਨਹੀਂ, ਅਸੀਂ ਤਰਕ ਕਰਨ ਨੂੰ ਪਾਪ ਸਮਝਦੇ ਹਾਂ। ਅਤੇ ਮਾਫ਼ ਕਰਨਾ, ਇਸੇ ਭੇਡ ਚਾਲ ਦਾ ਕਰਕੇ ਹੀ ਵਹਿਮ ਭਰਮ ਅੰਧ ਵਿਸ਼ਵਾਸ ਕਰੋੜਾਂ ਰੁਪਈਆਂ ਦਾ ਬਿਜ਼ਨਸ ਬਣ ਚੁੱਕਾ। ਤੁਸੀਂ ਤੱਕਿਆ ਹੋਣਾ ਜੀ ਕਿ ਇਸ ਵੀਡੀਓ ਦੇ ਵਿੱਚ ਜਿਹੜੀਆਂ ਵੀ ਸ਼ਕਲਾਂ ਨਾ, ਜਿੱਦਾਂ ਦਾ ਮਾਹੌਲ, ਜਿੱਦਾਂ ਦੀਆਂ ਫੋਟੋਗ੍ਰਾਫਸ ਆਪਾਂ ਦੇਖੀਆਂ, ਉਹ ਕਿਤੇ ਨਾ ਕਿਤੇ ਡਰਾਉਂਦੀਆਂ ਨੇ, ਬੰਦਾ ਥੋੜ੍ਹਾ ਜਿਹਾ ਸਹਿਮ ਜਿਹਾ ਮਹਿਸੂਸ ਕਰਦਾ। ਅਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਨਾ ਚਾਹੁੰਦਿਆਂ ਹੋਇਆਂ ਵੀ ਮਾਹੌਲ ਨੂੰ ਦੇਖ ਕੇ, ਹਾਲਾਤਾਂ ਨੂੰ ਦੇਖ ਕੇ ਅਸੀਂ ਸੱਚ ਮੰਨਣਾ ਸ਼ੁਰੂ ਕਰ ਦਿੰਦੇ ਹਾਂ। ਹੁਣ ਇਹ ਅਸਲ ਦੇ ਵਿੱਚ ਚੀਜ਼ ਕੀ ਹੈ, ਇਹ ਬਿਜ਼ਨਸ ਕਿੱਥੋਂ ਸ਼ੁਰੂ ਹੋਇਆ, ਅਤੇ ਇਹ ਜਾਦੂ ਟੂਣੇ ਅਤੇ ਇਹਨਾਂ ਦੇ ਪਿਛਲੇ ਤੰਤਰ ਮੰਤਰ ਅਤੇ ਜੋ ਕੁਛ ਵੀ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ, ਇਹ ਸਾਰੇ ਕੁਛ ਦਾ ਅੱਜ ਆਪਾਂ ਖੁਲਾਸਾ ਕਰਾਂਗੇ। ਸਾਰੇ ਕੁਛ ਦੇ ਉੱਪਰ ਗੱਲ ਕਰਨ ਦੇ ਲਈ ਮੇਰੇ ਨਾਲ ਇਸ ਵਕਤ ਸਟੂਡੀਓ 'ਚ ਨੇ ਸੁਰਜੀਤ ਦੌਧਰ ਜੀ, ਤਰਫੀਲ ਸੁਸਾਇਟੀ ਦੇ ਨੁਮਾਇੰਦੇ ਨੇ। ਸਰ, ਬਹੁਤ ਬਹੁਤ ਸਵਾਗਤ ਜੀ ਤੁਹਾਡਾ। ਬਹੁਤ ਮਿਹਰਬਾਨੀ ਜੀ ਤੁਹਾਡੀ ਸਮੁੱਚੀ ਟੀਮ ਦਾ, ਸੰਧਾ ਵਾਲਗਾ ਜੀ ਤੁਹਾਡਾ ਬਹੁਤ ਵਧੀਆ, ਧੰਨਵਾਦ ਜਿਨ੍ਹਾਂ ਨੇ ਫੋਕਸ ਦੇ ਸਾਰੇ ਦਰਸ਼ਕਾਂ ਦੇ ਨਾਲ ਅੱਜ ਰੂਬਰੂ ਕਰਾਇਆ, ਬਹੁਤ ਮਿਹਰਬਾਨੀ ਜੀ। ਮੈਂ ਦੱਸਦਾ ਜੀ ਕਿ ਸੁਰਜੀਤ ਜੀ ਵੈਸੇ ਤਾਂ ਕਿੱਤੇ ਵਜੋਂ ਇੱਕ ਟੀਚਰ ਨੇ, ਪਰ ਇਹਨਾਂ ਨੇ ਜੋਤਿਸ਼ ਦੇ ਉੱਪਰ ਵੀ ਬਹੁਤ ਵੱਡਾ ਇੱਕ ਕੰਮ ਕੀਤਾ, ਉਹ ਆਪਾਂ ਨੈਕਸਟ ਪ੍ਰੋਗਰਾਮ ਦੇ ਵਿੱਚ ਜ਼ਿਕਰ ਕਰਾਂਗੇ। ਇੱਕ ਇਹਨਾਂ ਦੀ ਬੁੱਕ ਵੀ ਹੈ ਜੋਤਿਸ਼ ਦਾ ਐਕਸਰੇ ਕਰਕੇ, ਉਹਦੇ ਉੱਪਰ ਵੀ ਗੱਲ ਕਰਾਂਗੇ, ਉਹ ਆਪਾਂ ਫਿਰ ਗ੍ਰਹਿ ਚਾਲ ਦੇ ਉੱਪਰ ਤੁਰਾਂਗੇ। ਪਰ ਅੱਜ ਆਪਾਂ ਗੱਲ ਕਰਾਂਗੇ ਵਹਿਮਾਂ ਭਰਮਾਂ ਦੀ, ਜਿਹੜੇ ਕਿੰਨੇ ਕਿੰਨੇ ਕੇ ਹੋ ਸਕਦਾ ਕਿਸੇ ਦੇ, ਅੱਜ ਦੀਆਂ ਗੁੱਤਾਂ ਕੱਟੀਆਂ ਜਾਂਦੀਆਂ ਸੀ, ਇਹਦੀ ਸੱਚਾਈ ਵੀ ਤੁਹਾਨੂੰ ਪਤਾ ਲੱਗ ਜਾਣੀ ਹੈ। ਇਸ ਤੋਂ ਇਲਾਵਾ ਜੇ ਕਿਸੇ ਦੇ ਸੰਦੂਕ 'ਚ ਕੱਪੜੇ ਨੂੰ ਅੱਗ ਲੱਗ ਜਾਂਦੀ ਤਾਂ ਵੀ ਪਤਾ ਲੱਗ ਜੂਗਾ, ਜੇ ਕਿਸੇ ਕੋਈ ਸਿਰਜਾ ਕਮਾਉਂਦਾ ਉਹਦਾ ਵੀ ਪਤਾ ਲੱਗ ਜੂਗਾ, ਜੇ ਕਿਸੇ ਦੀ ਕੋਈ ਜੋਤ ਜਾਤ ਕਾਉਣ ਦਾ ਰੌਲਾ ਤਾਂ ਵੀ ਪਤਾ ਲੱਗ ਜੂ, ਜੇ ਘਰ 'ਚੋਂ ਕੁਛ ਨਾ ਕੁਛ ਨਿਕਲਦਾ ਉਹਦੇ ਬਾਰੇ ਵੀ ਪਤਾ ਲੱਗ ਜੂ। ਜੇ ਇਹਦੇ ਨਾਲ ਰਿਲੇਟਡ ਤੁਹਾਡਾ ਕੋਈ ਵੀ ਸਵਾਲ ਹੋਵੇ ਤਾਂ ਤੁਹਾਡੀ ਟੀ ਵੀ ਸਕਰੀਨ ਦੇ ਉੱਪਰ ਦੋ ਨੰਬਰ ਆ ਰਹੇ ਨੇ, ਇੱਕ ਵਟਸਐਪ ਨੰਬਰ ਹੈ ਅਤੇ ਇੱਕ ਸਾਡਾ ਟੋਲ ਫਰੀ ਨੰਬਰ ਹੈ, ਇਹਨਾਂ ਦੋਨਾਂ ਨੰਬਰਾਂ ਦੇ ਉੱਪਰ ਤੁਸੀਂ ਆਪਣਾ ਸਵਾਲ ਵੀ ਕਰ ਸਕਦੇ ਹੋ। ਅਤੇ ਸਭ ਤੋਂ ਵੱਡਾ ਤਰੀਕਾ ਜਿਹੜਾ ਹੈ ਉਹ ਹੈ ਫੇਸਬੁੱਕ ਦੇ ਉੱਪਰ ਲਾਈਵ ਚੱਲਦੀ ਵੀਡੀਓ ਦੇ ਥੱਲੇ ਕਮੈਂਟ ਦੇ ਰੂਪ ਵਿੱਚ ਵੀ ਤੁਸੀਂ ਆਪਣਾ ਜਿਹੜਾ ਸਵਾਲ ਹੈ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ। ਮੈਂ ਉਹਨਾਂ ਸਵਾਲਾਂ ਨੂੰ ਦੌਧਰ ਸਾਹਿਬ ਦੇ ਸਾਹਮਣੇ ਰੱਖੂੰਗਾ ਅਤੇ ਆਪਾਂ ਅੱਜ ਉਹਨਾਂ ਦੇ ਜਵਾਬ ਲਵਾਂਗੇ। ਸੁਰਜੀਤ ਜੀ, ਮੈਨੂੰ ਸਭ ਤੋਂ ਪਹਿਲਾਂ ਹਾਂਜੀ ਟੂਣੇ ਤੋਂ ਮੈਂ ਜ਼ਰੂਰ ਗੱਲ ਸ਼ੁਰੂ ਕਰਨੀ ਚਾਹੁੰਦਾ, ਕਿਉਂਕਿ ਟੂਣਾ ਇੱਕ ਐਸੀ ਚੀਜ਼ ਆ ਜਿਹੜਾ ਗਾਹੇ ਬਗਾਹੇ ਲੰਘਦੇ ਵੜਦੇ ਸੱਜੇ ਖੱਬੇ ਹਰੇਕ ਬੰਦੇ ਦੀ ਨਜ਼ਰੀ ਪੈ ਹੀ ਜਾਂਦਾ ਵੀ ਉਹ ਭਰਾਵਾ ਕਿਹੜਾ ਕਰ ਗਿਆ। ਹਾਂਜੀ ਹਾਂਜੀ, ਇਹ ਕੀ ਚੀਜ਼ ਆ ਅਤੇ ਇਹ ਤੋਂ ਡਰ ਕਿਉਂ ਲੱਗਦਾ? ਅਸਲ 'ਚ ਟੂਣੇ ਦਾ ਪਿਛੋਕੜ ਬੜਾ ਤਕੜਾ ਹੈ ਜੀ। ਜੀ
ਆਪਾਂ ਟੂਣੇ ਨੂੰ ਜਿਹੜੀਆਂ ਸਾਡਾ ਨਜ਼ਰੀਆ ਦੇਖਣ ਦਾ ਉਹਨੂੰ ਤਿੰਨ ਤੱਕੜੀਆਂ 'ਚ ਪਾ ਕੇ ਦੇਖਾਂਗੇ। ਇੱਕ ਤਾਂ ਉਹਦਾ ਅਧਿਆਤਮਵਾਦੀ ਪੱਖ ਹੈ, ਇੱਕ ਉਹਦੇ 'ਚ ਇਤਿਹਾਸਕਾਰਾਂ ਦੀ ਰਾਏ ਕੀ ਹੈ, ਅਤੇ ਇੱਕ ਉਹਦੇ 'ਚ ਵਿਗਿਆਨ ਉਹਦੇ ਬਾਰੇ ਕੀ ਕਹਿੰਦਾ। ਤਿੰਨਾਂ ਦਾ ਆਪਾਂ ਵੱਖਰੀ ਵੱਖਰੀ ਰਾਏ ਦੇਖਾਂਗੇ। ਜੇ ਆਪਾਂ ਉਹਨੂੰ ਅਧਿਆਤਮਵਾਦੀ ਪੱਖ ਤੋਂ ਦੇਖੀਏ ਤਾਂ ਅਧਿਆਤਮਵਾਦ ਕਹਿੰਦਾ ਬਈ ਇੱਕ ਜਿਹੜਾ ਮਰੀਜ਼ ਹੈ ਉਹਦੇ 'ਚ ਸਮੱਗਰੀ ਉਹ ਦੱਸਦਾ ਵੀ ਆਹ ਸਮੱਗਰੀ ਰੱਖ ਲਓ, ਮਰੀਜ਼ ਦੇ ਸਿਰ ਉੱਤੋਂ ਦੀ ਘੁਮਾਓ ਅਤੇ ਉਹਦੇ 'ਤੇ ਇੱਕ ਮੰਤਰ ਪੜ੍ਹਦੇ, ਓਮ ਨਮੋ ਓਮ ਕੋ ਨਿਨਸ਼ਿਸ਼ ਪਿੰਗਲੋ ਬਬਰੂ ਕ੍ਰਿਸ਼ਨਾ ਰਦਨਾਨਤ ਕੋ ਜਮ ਸੌਰੀ ਸਨਿਚਰੋ ਮਾਂਦਾ ਦੇਨ ਸੰਤੂ ਤਾ ਤੋ ਛਾਨੀ ਕਰਤਾ ਪੀੜਾ ਨਿਭਾਵ ਅਤੇ ਕਦਾ ਚਿੰਨਾ। ਉਹ ਕਹਿੰਦੇ ਵੀ ਸੱਤ ਵਾਰੀ ਇਹ ਮੰਤਰ ਪੜ੍ਹ ਦਿਓ। ਅੱਛਾ, ਉਹ ਸੱਤ ਵਾਰੀ ਮੰਤਰ ਪੜ੍ਹ ਦਿਓ ਅਤੇ ਮੰਤਰ ਪੜ੍ਹ ਕੇ ਤੁਸੀਂ ਉਹਨੂੰ ਚੁਰਸਤੇ 'ਚ ਰੱਖ ਦਿਓ ਅਤੇ ਜਿਹੜਾ ਮਤਲਬ ਜਿਹੜੀ ਕੋਈ ਚੀਜ਼ ਤੁਹਾਡੇ ਮਗਰ ਲੱਗੀ ਵੀ ਹੈ ਜਿਹੜਾ ਉਹਦੇ ਨਾਲ ਪੈ ਛੂ ਗਿਆ ਜਾਂ ਕੋਲ ਦੀ ਲੰਘ ਗਿਆ ਉਹਦੇ ਮਗਰ ਲੱਗ ਜੂਗੀ ਅਤੇ ਤੁਹਾਡੇ ਮਗਰੋਂ ਲੈ ਜੂਗੀ। ਇਹ ਤਾਂ ਹੈ ਤਾਂ ਅਧਿਆਤਮਵਾਦੀ ਪੱਖ, ਪਰ ਅਸਲ 'ਚ ਜਦੋਂ ਇਹਨੂੰ ਇਤਿਹਾਸਕਾਰਾਂ ਦੀ ਰਾਏ ਆਪਾਂ ਦੇਖਦੇ ਹਾਂ ਨਾ, ਇਤਿਹਾਸਕਾਰ ਇਹਦੇ ਬਾਰੇ ਬਹੁਤ ਵਧੀਆ ਰਾਏ ਦਿੰਦੇ ਆ ਅਤੇ ਹੈ ਵੀ ਅਸਲ 'ਚ ਸਰੋਤਿਆਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗ ਗਿਆ, ਮੈਂ ਇਸ ਗੱਲ ਦਾ ਦਾਅਵਾ ਕਰਦਾ ਕਿ ਬਹੁਤ ਸਾਰੇ ਸਰੋਤਿਆਂ ਨੂੰ ਇਸ ਗੱਲ ਦਾ ਵਹਿਮ ਨਿਕਲ ਜੂਗਾ ਵੀ ਟੂਣਾ ਅਸਲ 'ਚ ਚੀਜ਼ ਕੀ ਹੈ, ਚੀਜ਼ ਕੀ। ਇਹੀ ਦੱਸਣ ਦਾ ਕਰਕੇ ਅੱਜ ਅਸੀਂ ਇੱਥੇ ਬੈਠੇ ਹਾਂ ਜੀ ਕਿ ਵੀ ਟੂਣਾ ਅਸਲ ਦੇ ਵਿੱਚ ਚੀਜ਼ ਕੀ ਹੈ, ਚੀਜ਼ ਕੀ, ਇਹ ਤੋਂ ਡਰਨਾ ਨਹੀਂ ਚਾਹੀਦਾ ਅਤੇ ਇਹਦੀ ਪਿਛਲਾ ਪਿਛੋਕੜ ਕੀ ਹੈ ਉਹ ਆਪਣਾ ਪਤਾ ਲੱਗਦਾ। ਪਿਛੋਕੜ ਅਸਲ 'ਚ ਇਹ ਹੈ ਬਈ ਜਿਹੜੇ ਜਦੋਂ ਇਹ ਵੈਦਿਕ ਕਾਲ ਦੀ ਰਸਮ ਹੈ, ਵੈਦਿਕ ਕਾਲ ਦੇ ਵਿੱਚ ਜਦੋਂ ਵੈਦ ਨੂੰ ਵੈਦਗੀ ਦੀ ਸਿੱਖਿਆ ਦਿੱਤੀ ਜਾਂਦੀ ਸੀ ਅਤੇ ਉਹਨੂੰ ਨਾਲ ਹੀ ਇਹ ਸਮਝਾ ਦਿੱਤਾ ਜਾਂਦਾ ਸੀ ਵੀ ਅੱਜ ਤੋਂ ਤੂੰ ਪੂਰਨ ਵੈਦ ਬਣ ਗਿਆ, ਅੱਜ ਤੋਂ ਤੇਰਾ ਕੰਮ ਲੋਕਾਂ ਦੀ ਸੇਵਾ ਜਿਹੜਾ ਤੁਰ ਫਿਰ ਕੇ ਕਰਨ ਦਾ। ਮਤਲਬ ਜਿਵੇਂ ਹੁਣ ਸ਼ਹਿਰ ਵਸਿਆ, ਜਲੰਧਰ ਵਸਿਆ ਜਾਂ ਦੂਜੇ ਸ਼ਹਿਰ, ਇਸ ਤਰ੍ਹਾਂ ਤਾਂ ਲੋਕ ਰਹਿੰਦੇ ਨਹੀਂ ਸੀ, ਲੋਕ ਰਹਿੰਦੇ ਸੀ ਜੰਗਲਾਂ 'ਚ, ਜੰਗਲਾਂ 'ਚ ਉਹੋ ਜਿਹੇ ਰਸਤੇ ਹੁੰਦੇ ਸੀ ਕੱਚੇ ਪੱਕੇ ਅਤੇ ਪੱਕਾ ਕੋਈ ਟਿਕਾਣਾ ਵੈਦ ਦਾ ਵੀ ਨਹੀਂ ਸੀ ਹੁੰਦਾ। ਵੈਦ ਨੂੰ ਹੁਣ ਉਹਦੇ ਗੁਰੂ ਨੇ ਸਿੱਖਿਆ ਦੇਤੀ, ਵੈਦ ਨੇ ਆਪਦਾ ਪਿੰਡ ਛੱਡਤਾ, ਫਰਜ਼ ਕੀਤਾ ਜਲੰਧਰ ਦਾ ਵੈਦ ਹੈ, ਉਹਨੂੰ ਅਸੀਂ ਸਿੱਖਿਆ ਦੇਤੀ ਵੀ ਤੂੰ ਤੁਰ ਫਿਰ ਕੇ ਸੇਵਾ ਕਰੋ, ਤੁਰ ਫਿਰ ਕੇ ਸੇਵਾ ਕਰਨ ਵਾਸਤੇ ਨਿਕਲ ਗਿਆ। ਹੁਣ ਸਾਡੇ ਵਾਸਤੇ ਸਮੱਸਿਆ ਇਹ ਆ ਗਈ ਵੀ ਸਾਡੇ ਜਲੰਧਰ 'ਚ ਹੀ ਮਰੀਜ਼ ਆ ਉਹਨੂੰ ਦਿਖਾਉਣ ਵਾਲਾ, ਪਰ ਉਹਨੂੰ ਲੱਭਗੇ ਕਿਵੇਂ, ਕਿਵੇਂ ਮਿਲੀਏ ਕੋਈ ਕੋਈ। ਹਾਂਜੀ ਹਾਂਜੀ, ਅਸਲ 'ਚ ਉਦੋਂ ਦਾ ਫੋਨ ਸਿਸਟਮ ਹੈ ਟੂਣਾ, ਉਹ ਕਿਵੇਂ ਸੀਗਾ ਵੀ ਫਿਰ ਸਾਡੇ ਜਿਹੜੇ ਬਜ਼ੁਰਗ ਸੀ ਪੁਰਾਣੇ ਬੁੱਧੀਜੀਵੀ, ਉਹਨਾਂ ਨੇ ਇੱਕ ਤਰੀਕਾ ਦੱਸਿਆ, ਕਿਉਂਕਿ ਹੋਰ ਤਰੀਕਾ ਕੁੱਤਾ ਕੋਈ ਕਾਰਗਰ ਹੀ ਨਹੀਂ ਸੀ ਇਹਦੇ ਮੁਕਾਬਲੇ 'ਚ। ਉਹਨਾਂ ਨੇ ਦੱਸਿਆ ਵੀ ਇੱਕ ਕੱਪੜਾ ਲੈ ਲਓ, ਕੱਪੜੇ 'ਚ ਜੇ ਤੁਸੀਂ ਲਲੇਰ ਰੱਖੋਗੇ ਤਾਂ, ਹਾਂਜੀ ਨਾਰੀਅਲ ਰੱਖੋਗੇ ਤਾਂ ਸਮਝਿਆ ਜਾਓ ਮਰੀਜ਼ ਸਿਰ ਦਾ, ਜੇਕਰ ਉੱਥੇ ਤੁਸੀਂ ਸਤਨਾਜਾ ਰੱਖਦੇ ਆ ਸੱਤ ਅਨਾਜ ਰੱਖਦੇ ਆ ਤਾਂ ਸਮਝਿਆ ਜਾਓ ਮਰੀਜ਼ ਪੇਟ ਦਾ, ਜੇਕਰ ਉੱਥੇ ਵੰਗਾਂ ਪੰਜਾਂ ਸੰਧੂਰ ਪਿਆ ਤਾਂ ਸਮਝਿਆ ਜਾਊਗਾ ਮਰੀਜ਼ ਔਰਤ ਹੈ, ਤੇ ਜੇ ਉੱਥੇ ਪਊਆ ਸ਼ਰਾਬ ਦਾ ਰੱਖਿਆ ਫਿਰ ਸਮਝ ਲਓ ਮਰੀਜ਼ ਆਪਾਂ, ਮਤਲਬ ਫਿਰ ਮਰਦ ਹੈ। ਮਤਲਬ ਕੋਈ ਵੀ ਸਮੱਗਰੀ ਹੈ ਜਿਹੜੀ ਉਹ ਸਮੱਗਰੀ ਤੋਂ ਨਿਸ਼ਾਨਦੇਹੀ ਹੁੰਦੀ ਸੀ ਮਰੀਜ਼ ਦੀ, ਫਿਰ ਉਹਨੂੰ ਆਉਂਦੇ ਵੀ ਨੇੜਲੇ ਚੁਰਸਤੇ 'ਚ ਰੱਖ ਦਿਓ, ਨੇੜਲੇ ਚੁਰਸਤੇ 'ਚ ਰੱਖਤਾ, ਚਾਰਾਂ ਦਿਸ਼ਾਵਾਂ ਨੂੰ ਉੱਥੋਂ ਲੋਕ ਜਾਂਦੇ ਆ ਅਤੇ ਲੋਕਾਂ ਨੂੰ ਹਦਾਇਤ ਹੋਈ ਇਹ ਵੀ ਚਾਰਾਂ ਦਿਸ਼ਾਵਾਂ 'ਚ ਤੁਸੀਂ ਉੱਥੋਂ ਜਾਣਾ, ਜਿੱਥੇ ਵੀ ਤੁਹਾਨੂੰ ਵੈਦ ਮਿਲ ਗਿਆ ਉਹਨੂੰ ਉਸ ਚੁਰਸਤੇ ਕੋਲ ਭੇਜ ਦੇਣਾ। ਅੱਛਾ ਜੀ, ਹੁਣ ਉਹ ਚੁਰਸਤੇ 'ਚ ਆ ਗਿਆ ਅਤੇ ਚੁਰਸਤੇ ਦੇ ਆਲੇ ਦੁਆਲੇ ਵਾਲੇ ਲੋਕਾਂ ਨੂੰ ਪਤਾ ਵੀ ਕਿਹੜੇ ਮਰੀਜ਼ ਦਾ ਕੰਮ, ਮਤਲਬ ਇਹ ਇਲਾਜ ਕਿਹੜੇ ਘਰ 'ਚ ਹੈ, ਅਤੇ ਉਹ ਘਰੇ ਮਰੀਜ਼ ਦੇ ਘਰ ਪਹੁੰਚਾਉਣ ਤੱਕ ਦਾ ਸੀਗਾ। ਅਤੇ ਜਿੱਥੋਂ ਤੱਕ ਇਹਨੂੰ ਹੁਣ ਆਪਾਂ ਵਿਗਿਆਨ ਦੀ ਤੱਕੜੀ ਨਾਲ ਵੇਖੀਏ, ਉਹ ਕਹਿੰਦੇ ਜੀ ਸਾਨੂੰ ਟੂਣੇ ਟਾਮਣੇ ਦਾ ਪਤਾ ਨੀਗਾ, ਅਸੀਂ ਤਾਂ ਦਵਾਈਆਂ ਤੁਹਾਨੂੰ ਬਣਾਤੀਆਂ, ਹਸਪਤਾਲ ਤੁਹਾਡੇ ਵਾਸਤੇ ਖੋਲ੍ਹਤੇ ਆ, ਜੇ ਤਾਂ ਚੰਗਾ ਪ੍ਰਬੰਧ ਆ ਤੁਹਾਨੂੰ ਮੁਫ਼ਤ ਇਲਾਜ ਮਿਲ ਜੂਗਾ, ਅਤੇ ਜੇ ਮਾੜਾ ਪ੍ਰਬੰਧ ਆ ਫਿਰ ਤੁਸੀਂ ਜੇਬ ਕਟਾ ਕੇ ਇਲਾਜ ਕਰਾ ਲਓਗੇ, ਇਲਾਜ ਤੁਹਾਡਾ ਹੋ ਜੂਗਾ। ਸੋ ਕਿਤੇ ਨਾ ਕਿਤੇ ਮੇਰਾ ਖਿਆਲ ਆ ਵੀ ਤੁਸੀਂ ਇਹ ਬਹੁਤ ਵੱਡਾ ਵਹਿਮ ਹੁਣ ਵੀ ਆਪਣੇ ਮਨ 'ਚ ਕੱਢ ਲਿਆ ਹੋਣਾ ਕਿ ਵੀ ਟੂਣਾ ਅਸਲ ਦੇ ਵਿੱਚ ਪੁਰਾਣੇ ਜ਼ਮਾਨੇ ਦੇ ਵਿੱਚ ਵੈਦਾਂ ਹਕੀਮਾਂ ਨੂੰ ਮਰੀਜ਼ ਤੱਕ ਪਹੁੰਚਾਉਣ ਦਾ ਜ਼ਰੀਆ ਤਰੀਕਾ, ਹਾਂਜੀ ਤਰੀਕਾ, ਤਾਂ ਜੋ ਜਿਹੜਾ ਮਰੀਜ਼ ਹੈ ਉਹਨੂੰ ਵੈਦ ਦਾ ਪਤਾ ਲੱਗ ਜਾਵੇ ਅਤੇ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਵੀ ਇੱਧਰ ਜੇ ਕੋਈ ਵੈਦ ਲੰਘੇ ਅਤੇ ਉਹਨਾਂ ਦਾ ਇਲਾਜ ਹੋ ਸਕੇ ਅਤੇ ਅਸੀਂ ਉਹਨੂੰ ਇਸ ਚੀਜ਼ ਨੂੰ ਬਣਾ ਰਿਹਾ। ਅਤੇ ਵੈਸੇ ਜਿੱਦਾਂ ਹੁਣ ਤੁਸੀਂ ਤਰਸ਼ੀ ਸੁਸਾਇਟੀ ਨਾਲ ਸੰਬੰਧਿਤ ਹੋ, ਹਾਂਜੀ, ਜੇ ਕਿਤੇ ਰਸਤੇ 'ਚ ਤੁਹਾਡੀ ਗੱਡੀ ਦੇ ਸਾਹਮਣੇ ਕਿਤੇ ਟੂਣਾ ਆ ਜਾਵੇ ਫਿਰ ਤੁਸੀਂ ਕੀ ਕਰਦੇ ਹੋ? ਦੇਖੋ ਜੀ, ਅਸੀਂ ਬਹੁਤ ਵੱਡੀ ਪੱਧਰ 'ਤੇ ਇਹ ਮਤਲਬ ਚੱਕੇ ਵੀ ਹੈ ਟੂਣੇ, ਇਕੱਲੇ ਟੂਣੇ ਨਹੀਂ, ਸਾਨੂੰ ਕੋਈ ਲਿਖ ਕੇ ਦੇਵੇ, ਹਲਫੀਆ ਬਿਆਨ ਲਿਖ ਕੇ ਦੇਵੇ ਜੀ, ਕਿਸੇ ਦੇ ਕੋਈ ਜਗ੍ਹਾ ਬਣੀ ਵੀ ਹੈ ਵਿਚਾਲੇ, ਉਹ ਜਗ੍ਹਾ ਉਹਨਾਂ ਨੂੰ ਉਡੀਕਾ ਲਾਉਂਦੀ ਹੈ, ਉਹਨਾਂ ਦਾ ਮਤਲਬ ਉਹਨੂੰ ਚੱਕਣ ਦਾ ਹੌਸਲਾ ਨਹੀਂ ਪੈਂਦਾ, ਤਾਂ ਅਸੀਂ ਉਹਨਾਂ ਨੂੰ ਮਾਨਸਿਕ ਤੌਰ 'ਤੇ ਤਿਆਰ ਕਰਕੇ ਉਹਨਾਂ ਤੋਂ ਜਗ੍ਹਾ ਚੁਕਾਉਂਦੇ ਹਾਂ। ਜੇ ਉਹ ਨਹੀਂ ਚੱਕਦੇ ਤਾਂ ਸਾਨੂੰ ਲਿਖ ਕੇ ਦਿੰਦੇ ਆ, ਸਾਨੂੰ ਸਰਕਾਰ ਆਗਿਆ ਦਿੰਦੀ ਹੈ। ਕਈ ਵਾਰੀ ਕੋਈ ਇਹੋ ਜਿਹੀਆਂ ਜਗ੍ਹਾਵਾਂ ਹੁੰਦੀਆਂ ਜਿਹਦੇ 'ਤੇ ਕੋਈ ਕੇਸ ਵਗੈਰਾ ਹੋਣ ਦਾ ਡਰ ਹੁੰਦਾ ਵੀ 295 ਏ ਜਾਂ ਜੋ ਕਹਿ ਦੇਵੇ ਕੋਈ ਆ ਕੇ ਮੈਂ ਮੰਨਦਾ, ਮਤਲਬ ਇਸ ਤਰ੍ਹਾਂ ਦੀਆਂ ਜਗ੍ਹਾ ਵੀ ਜੇਕਰ ਉੱਥੇ ਲੋਕ ਸਹਿਮਤੀ ਦਿੰਦੇ ਆ ਤਾਂ ਅਸੀਂ ਉਹ ਚੱਕਦੇ ਹਾਂ। ਮੈਂ ਇਹਦੀ ਇੱਕ ਤੁਹਾਨੂੰ ਉਦਾਹਰਣ ਦੇਊਂਗਾ ਵੀ ਸਾਡੇ ਚੂੜ ਚੱਕ, ਮੇਰੀ ਡਿਊਟੀ ਚੂੜ ਚੱਕ ਸਰਕਾਰੀ ਸਕੂਲ 'ਚ ਪਹਿਲਾਂ, ਉੱਥੇ ਚੂੜ ਚੱਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਇੱਕ ਦਫ਼ਤਰ ਦੇ ਮੂਹਰੇ ਬਿਲਕੁਲ ਮਟੀ ਸੀ, ਉਹ ਮਟੀ ਪ੍ਰਿੰਸੀਪਲ ਵੀ ਚੁਕਾਉਣ ਨੂੰ ਤਿਆਰ ਸੀ,
ਪਰ ਉਹ ਜਿਹੜੇ ਪਰਿਵਾਰ ਦੀ ਸੀ ਉਹ ਪਰਿਵਾਰ ਉਹ ਹੋਇਆ ਕਿ ਵੀ ਜਦੋਂ ਉਹ ਸਕੂਲ ਬਣਨ ਲੱਗਾ ਸਕੂਲ ਬਣਨ ਵੇਲੇ ਉਹ ਮਟੀ ਕੰਧ ਦੇ ਬਿਲਕੁਲ ਸਿੱਧੀ ਆ ਗਈ ਮਿਸਤਰੀ ਨੇ ਮਟੀ ਉਠਾਤੀ ਮਿਸਤਰੀ ਦੀ ਕਿਤੇ ਰਾਤ ਨੂੰ ਕੱਟੀ ਮਰ ਗਈ ਉਹਨੇ ਦੂਜੇ ਦਿਨ ਆ ਕੇ ਉਦੋਂ ਵਧੀਆ ਬਣਾਤੀ ਅੱਛਾ ਜੀ ਬਈ ਮੇਰੀ ਕੱਟੀ ਮਰ ਗਈ ਸ਼ਾਇਦ ਮਟੀ ਕਰਕੇ ਭਰੀ ਹੈ ਉਹ ਅਸੀਂ ਉਹਨਾਂ ਨੂੰ ਦੱਸਿਆ ਜੋ ਪ੍ਰਿੰਸੀਪਲ ਨੇ ਮੈਨੂੰ ਕਿਹਾ ਮੈਨੂੰ ਉਹਦਾ ਵੀ ਮਟੀ ਚੱਕਣੀ ਹੈ ਅੱਛਾ ਜੀ ਮੈਂ ਕਿਹਾ ਵੀ ਜੇ ਚੱਕਣੀ ਹੈ ਤਾਂ ਸਾਨੂੰ ਉਹ ਪਰਿਵਾਰ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਜਿਨ੍ਹਾਂ ਦੀ ਇਹ ਹੈ ਚਲੋ ਅਸੀਂ ਪਰਿਵਾਰ ਦੀ ਸਹਿਮਤੀ ਲਈ ਸਹਿਮਤੀ ਦੇ ਨਾਲ ਉਹਨੂੰ ਆਂਦੇ ਵੀ ਇਹਨੂੰ ਤਾਂ ਚੱਕਦਾ ਹੀ ਕੋਈ ਨਹੀਂ ਉਹ ਪਰਿਵਾਰ ਉਹਨਾਂ ਦਾ ਕਹਿੰਦਾ ਆਂਦੀ ਜੇ ਇਹਨੂੰ ਤਾਂ ਕੋਈ ਚੱਕਦਾ ਨਹੀਂ ਗਾ ਡਰਦਾ ਡਰਦੇ ਮੈਂ ਕਿਹਾ ਵੀ ਤੁਸੀਂ ਇਹ ਨਾ ਮੰਨੋ ਵੀ ਡਰ ਚਲੋ ਹੈ ਪਰ ਅਸੀਂ ਚੱਕ ਦਿਆਂਗੇ ਇਹਦੇ 'ਚ ਕੋਈ ਰੌਲਾ ਨਹੀਂ ਗਾ ਪਰ ਸਾਨੂੰ ਤੁਸੀਂ ਆਗਿਆ ਦਿਓ ਆਂਦੇ ਸਾਡੀ ਆਗਿਆ ਅਤੇ ਅਸੀਂ ਸ਼ਾਮ ਨਹੀਂ ਹੋਣ ਦਿੱਤੀ ਮੱਟੀ ਚੱਕਤੀ ਉੱਥੋਂ ਅੱਛਾ ਮਤਲਬ ਨਹੀਂ ਬਹੁਤ ਵੱਡਾ ਵਹਿਮ ਸੀ ਕਿਉਂਕਿ ਸਕੂਲ 'ਚ ਸੀ ਅਤੇ ਸਕੂਲ ਦੇ ਵਿੱਚ ਜਵਾਕ ਹਰ ਵੇਲੇ ਬਹੁਤ ਵੱਡਾ ਪ੍ਰਭਾਵ ਮਾਨਸਿਕ ਪ੍ਰਭਾਵ ਬੜਾ ਵੱਡਾ ਪੈਂਦਾ ਸੀ ਉਹਦਾ ਅਤੇ ਜੇ ਸੁਸਾਇਟੀ ਵਾਲੀ ਸਮਝ ਸਾਡੇ ਕੋਲ ਸੀ ਤਾਂ ਅਸੀਂ ਉਹ ਚੱਕੀ ਹੈ ਹਾਂਜੀ ਸੋ ਜੇ ਤੁਹਾਡਾ ਵੀ ਕੋਈ ਸਵਾਲ ਹੋਵੇ ਜ਼ਹਿਨ ਦੇ ਵਿੱਚ ਤਾਂ ਤੁਸੀਂ ਵੀ ਪੁੱਛ ਸਕਦੇ ਹੋ ਜੀ ਗੁਰਸ਼ਾਂਤ ਸਿੰਘ ਢਿੱਲੋਂ ਜੀ ਕਹਿੰਦੇ ਨੇ ਮਾਸਟਰ ਸੁਰਜੀਤ ਦੌਦਰ ਜੀ ਬਹੁਤ ਚੰਗੇ ਇਨਸਾਨ ਨੇ ਨਿਗਾਹ ਮਧੂ ਸੋਚ ਦੇ ਮਾਲਕ ਨੇ ਮੇਰੇ ਵੀ ਤੁਹਾਡੇ ਜਾਣਕਾਰ ਹੋਣਗੇ ਜੀ ਅਤੇ ਆਜ਼ਾਦ ਜੌਹਲ ਜੀ ਦਾ ਇੱਕ ਮੈਸੇਜ ਉਹ ਕਹਿੰਦੇ ਵੀ ਅਸੀਂ ਸਕੂਲ ਦੀ ਸਾਇੰਸ ਲੈਬ 'ਚੋਂ ਨਾ ਜੀ ਇੱਕ ਵਾਰ ਇਨਸਾਨੀ ਖੋਪੜੀ ਚੋਕੇ ਤੇ ਸ਼ਰਾਰਤ ਨਾਲ ਕਿਸੇ ਦੇ ਦਰਵਾਜ਼ੇ ਮੂਹਰੇ ਟੰਗਤੀ ਕਿਉਂਕਿ ਉੱਥੇ ਤਾਂ ਪ੍ਰੈਕਟਿਸ ਕਰਦੇ ਸੀ ਨਾ ਜੀ ਹਾਂਜੀ ਹਾਂਜੀ ਫਿਰ ਕਹਿੰਦੇ ਉਹਨਾਂ ਨੂੰ ਬਾਬੇ ਦੀ ਬਾਬਾ ਬੁਲਾ ਕੇ ਤੇ ਫਿਰ ਉਹਨਾਂ ਨੇ ਖੋਪੜੀ ਚੁਕਵਾਈ ਤੇ ਉਹ ਬਾਬਾ ਕਹਿੰਦਾ ਤੁਹਾਡੇ ਤਾਂ ਹੁਣ ਘਰ ਕਿਸੇ ਨੇ ਬਹੁਤ ਵੱਡਾ ਟੂਣਾ ਕਰਤਾ ਹਾਂਜੀ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਸਦਾਵਾਲ ਸਾਹਿਬ ਜੀ ਵੀ ਸਾਡੇ ਮੈਂ ਉਹ ਨਾਂ ਨਹੀਂ ਲਊਂਗਾ ਕਿਉਂਕਿ ਪਰਿਵਾਰ ਦਾ ਨਾਂ ਲੈਣਾ ਜਾਇਜ਼ ਨਹੀਂ ਹੁੰਦਾ ਇੱਕ ਪਰਿਵਾਰ ਦੇ ਸਾਹਮਣੇ ਟੂਣਾ ਹੋਣ ਲੱਗ ਗਿਆ ਅੱਛਾ ਜੀ ਉਹਨੂੰ ਕਿਸੇ ਨੇ ਵਹਿਮ ਪਾਤਾ ਵੀ ਇਹ ਟੂਣਾ ਫਲਾਨੇ ਆ ਕੇ ਕਰਦੇ ਆ ਉਹ ਦੋ ਤਿੰਨ ਭੈਣਾਂ ਇੱਕ ਘਰੇ ਹੈ ਆਖੇ ਉਹ ਤਿੰਨ ਭੈਣਾਂ ਇੱਕ ਘਰੇ ਆ ਅਤੇ ਉਹਨਾਂ ਦਾ ਕੰਮ ਆ ਸਾਰਾ ਉਹਨਾਂ ਦੀ ਆਪਸ ਵਿੱਚ ਹੀ ਕਲੇਸ਼ ਪੈ ਗਿਆ ਮੈਂ ਉਹਨੂੰ ਬੀਬੀ ਨੂੰ ਘਰੇ ਜਾ ਕੇ ਸਮਝਾਇਆ ਮੈਂ ਕਿਹਾ ਬੀਬਾ ਅਸਲ 'ਚ ਗੱਲ ਇਹ ਹੈ ਵੀ ਚਲੋ ਠੀਕ ਆ ਉਹਨਾਂ ਨੇ ਟੂਣਾ ਕਰਤਾ ਬਈ ਤੈਨੂੰ ਕਿਹਨੇ ਦੱਸਿਆ ਉਹਦੀ ਜੀ ਮੈਨੂੰ ਸਿਆਣੇ ਨੇ ਦੱਸਿਆ ਮੈਂ ਕਿਹਾ ਵੀ ਜਦੋਂ ਹੁਣ ਟੂਣਾ ਹੋਇਆ ਨਾ ਆਪਾਂ ਸਿਆਣੇ ਕੋਲ ਚੱਲਣਾ ਉਹ ਆਂਦੀ ਜੀ ਠੀਕ ਹੈ ਟੂਣਾ ਮੈਂ ਕੀਤਾ ਉਹਨਾਂ ਦੇ ਖੁਦ ਆਪ ਦਰਵਾਜ਼ੇ 'ਚ ਕਰਕੇ ਅਤੇ ਮੈਂ ਉਹਨੂੰ ਕਿਹਾ ਦੂਜੇ ਦਿਨ ਮੈਨੂੰ ਆਂਦੀ ਮੈਨੂੰ ਲੈ ਸੱਦ ਕੇ ਲੈ ਗਈ ਮੈਨੂੰ ਆਂਦੀ ਅੱਜ ਟੂਣਾ ਹੋਇਆ ਪਿਆ ਚਲੋ ਅਤੇ ਮੈਂ ਤੁਰ ਪਿਆ ਨਾਲ ਮੈਂ ਟੂਣਾ ਬਣਾ ਕਰਨ ਵੇਲੇ ਸਾਰੀ ਮੂਵੀ ਬਣਾ ਲਈ ਸੀ ਇੱਕ ਬੰਦੇ ਨੂੰ ਨਾਲ ਲੈ ਕੇ ਗਿਆ ਸੀ ਮੈਂ ਕਿਹਾ ਵੀ ਤੂੰ ਮੇਰੀ ਸਾਰੀ ਫੋਟੋ ਕਿਉਂਕਿ ਸਾਡੇ ਕੋਲ ਸਬੂਤਾਂ ਚਾਹੀਦਾ ਨਾ ਅਤੇ ਮੈਂ ਕਿਹਾ ਵੀ ਤੂੰ ਇਹ ਬਣਾਉਣਾ ਸਾਰਾ ਤਾਂ ਕਿ ਆਪਾਂ ਸਿਆਣੇ ਨੂੰ ਦਿਖਾਉਣਾ ਵੀ ਕੀਤਾ ਤਾਂ ਸਾਰਾ ਅਸੀਂ ਇੱਥੇ ਤੂੰ ਇਹ ਕਰੀ ਜਾਂਦਾ ਅਤੇ ਉਹ ਬਾਈ ਚਲੋ ਅਸੀਂ ਉਹਦੇ ਕੋਲ ਚਲੇ ਗਏ ਸਿਆਣੇ ਕੋਲ ਜਦੋਂ ਸਿਆਣੇ ਕੋਲ ਗਏ ਅਤੇ ਉਹ ਬੀਬੀ ਨਾਲ ਮੇਰੇ ਅਤੇ ਉਹੀ ਗੱਲ ਉਹਨੇ ਫਿਰ ਕਹਿ ਦਿੱਤੀ ਉਹਨੇ ਨਹੀਂ ਹਟਣਾ ਉਹਨਾਂ ਚਿਰ ਤੁਸੀਂ ਇਲਾਜ ਕਰਵਾਓ ਇਹ ਫਿਰ ਹਟੂਗਾ ਅਗਲੇ ਨੂੰ ਗੁੱਸਾ ਹੁੰਦਾ ਵੀ ਸਾਡੇ ਆ ਕੇ ਕਰਦੇ ਆ ਤੇ ਗਾਲ ਦੁੱਪੜ ਹੁੰਦਾ ਗਾਲ ਦੁੱਪੜ ਤੋਂ ਬਾਅਦ ਫਿਰ ਕਤਲਾਂ ਆਪਾਂ ਨੂੰ ਪਤਾ ਹੀ ਹੈ ਵੀ ਸੱਟਾਂ ਫੇਟਾਂ ਤੱਕ ਗੱਲ ਜਾਂਦੀ ਹੈ ਫਿਰ ਮੈਂ ਉਹਨੂੰ ਉਹਦੇ ਮੂਹਰੇ ਮੋਬਾਈਲ ਕਰਤਾ ਮੈਂ ਕਿਹਾ ਇਹ ਤਾਂ ਮੈਂ ਕੀਤਾ ਅੱਛਾ ਜੀ ਤੈਨੂੰ ਤੂੰ ਮੱਖ ਉਹਨਾਂ ਦੇ ਫਿਰ ਮੱਖ ਇਹਨਾਂ ਦੇ ਤੂੰ ਸਿਰ ਪੜਵਾਏਗਾ ਇਹ ਤਾਂ ਸਿਰ ਪਾੜ ਦੇਣਗੇ ਇੱਕ ਦੂਜੇ ਦਾ ਜਿਵੇਂ ਤੂੰ ਕਰੀ ਜਾਂਦਾ ਮੈਂ ਕਿਹਾ ਥੋੜ੍ਹਾ ਜਿਹਾ ਸੰਭਲ ਕੇ ਬੋਲੀਦਾ ਹੁੰਦਾ ਇਹੋ ਜਿਹੇ ਮਾਮਲੇ 'ਚ ਇਹੋ ਜਿਹੀਆਂ ਰਾਇਆ ਨਾ ਘੱਟੋ ਘੱਟ ਦਿਆ ਕਰੋ ਤੁਸੀਂ ਬਹੁਤ ਸ਼ਰਮਿੰਦਾ ਹੋਇਆ ਜਾਣੀ ਇੱਥੋਂ ਤੱਕ ਉਹ ਬੀਬੀ ਫਿਰ ਹਟ ਗਈ ਪਹਿਲਾਂ ਉਹ ਵਿਚਾਰੀ ਗਾਲਾਂ ਕੱਢਦੀ ਸੀ ਬੜਾ ਬੁਰਾ ਹਾਲ ਕਰਦੀ ਸੀ ਫਿਰ ਉਹਨੂੰ ਇਸ ਗੱਲ ਦੀ ਸਮਝ ਆ ਗਈ ਵੀ ਇਹ ਤਾਂ ਬਾਕੀ ਦੱਸਣ ਯੋਗੇ ਨਹੀਂ ਕੁਛ ਹੁੰਦਾ ਮਤਲਬ ਬਾਬਾ ਜਿਹੜਾ ਜੀ ਉਹ ਆਪਣੇ ਆਪ ਦੇ ਵਿੱਚ ਕੁਝ ਹੋਰ ਦਾ ਹੋਰ ਨਿਕਲਾਈ ਵਰਾਇਟੀ ਹਾਂਜੀ ਹਾਂਜੀ ਇਹ ਮੈਂ ਦੱਸਦਾ ਜੀ ਤੁਹਾਨੂੰ ਜੇ ਤੁਸੀਂ ਵੀ ਤੁਹਾਡੇ ਵਿਚਾਰ 'ਚ ਕਿਸੇ ਵੀ ਤਰ੍ਹਾਂ ਦੇ ਵਹਿਮ ਦਾ ਕੋਈ ਮਾਤਾ ਕਰਦੀ ਹੈ ਕੋਈ ਤਾਈ ਚਾਚੀ ਕਰਦੀ ਹੈ ਜਾਂ ਕੋਈ ਪੁਰਾਣੇ ਬਜ਼ੁਰਗਾਂ ਦਾ ਦੱਸਿਆ ਹੋਇਆ ਜੇ ਤੁਹਾਡੇ ਮਨ 'ਚ ਕੋਈ ਸਵਾਲ ਹੈ ਇਸ ਚੀਜ਼ ਨਾਲ ਰਿਲੇਟਡ ਤਾਂ ਤੁਸੀਂ ਹੁਣੇ ਮੈਨੂੰ ਪੁੱਛ ਸਕਦੇ ਹੋ ਆਪਾਂ ਦੋਸਤ ਸਾਹਿਬ ਨੂੰ ਪੁੱਛਾਂਗੇ ਇੱਕ ਸਵਾਲ ਹੋਰ ਹੈ ਜੀ ਕਿ ਆ ਟੂਣੇ ਵਾਲੀ ਗੱਲ ਤਾਂ ਹੋ ਗਈ ਇੱਕ ਨਾ ਜੀ ਜਿੱਦਾਂ ਆਮ ਕਈਆਂ ਘਰਾਂ ਦੇ ਵਿੱਚ ਹੁੰਦਾ ਜੀ ਵੀਰਵਾਰ ਦੇ ਵੀਰਵਾਰ ਅਸੀਂ ਜੋਤ ਜਗਾਉਂਦੇ ਹਾਂ ਜਾਂ ਕਈਆਂ ਨੂੰ ਐਂ ਹੁੰਦਾ ਜੀ ਵੀ ਸਾਡੇ ਨਾ ਜੀ ਫਲਾਨੇ ਥਾਂ ਦੇ ਉੱਪਰ ਇੱਕ ਜਗ੍ਹਾ ਬਣੀ ਹੋਈ ਹੈ ਉੱਥੇ ਦੀਵਾ ਪੱਕਾ ਜਗਦਾ ਹੀ ਰਹਿਣਾ ਚਾਹੀਦਾ ਜੇ ਅਸੀਂ ਬੁਝਾ ਲਿਆ ਤਾਂ ਸਾਡਾ ਆਪਣਾ ਨੁਕਸਾਨ ਹੋ ਜਾਣਾ ਹਾਂਜੀ 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 ਉਹਦਾ ਕੀ ਪਿਛੋਕੜ ਸੀ ਜੋਤ ਜਗਾਉਣ ਦਾ ਅਸਲ 'ਚ ਗੱਲ ਇਹ ਹੈ ਵੀ ਜਿੰਨਾ ਚਿਰ ਮਨੁੱਖ ਨੇ ਅੱਗ ਨੂੰ ਕਾਬੂ ਨਹੀਂ ਨਾ ਕੀਤਾ ਜੀ ਕਈ ਤਾਂ ਕਹਿੰਦੇ ਵੀ ਅੱਗ ਦੀ ਖੋਜ ਨਹੀਂ ਅੱਗ ਦੀ ਹੋਈ ਕਿਉਂਕਿ ਅੱਗ ਤਾਂ ਪਹਿਲਾਂ ਹੀ ਸੀਗੀ ਜੀ ਅੱਗ ਤਾਂ ਜੰਗਲਾਂ 'ਚ ਜਦੋਂ ਮਨੁੱਖ ਅਜੇ ਬੁੱਧੀ ਵੀ ਨਹੀਂ ਸੀ ਮਨੁੱਖ ਕੋਲ ਉਦੋਂ ਵੀ ਮੱਚਦੀ ਸੀ ਮੱਚਣ ਦੇ ਉਹਦੇ ਤਰੀਕੇ ਵੱਖਰੇ ਸੀ ਬਾਂਸਾਂ ਨੂੰ ਘਸਾ ਕੇ ਅੱਗ ਲੱਗੀ ਹੈ ਜਾਂ ਆਕਾਸ਼ੀ ਬਿਜਲੀ ਦੇ ਨਾਲ ਅੱਗ ਲੱਗੀ ਹੈ ਜਾਂ ਕਿਵੇਂ ਵੀ ਲੱਗੀ ਹੈ ਅੱਗ ਲੱਗਦੀ ਸੀ ਪਰ ਉਸ ਅੱਗ ਨੂੰ ਕਾਬੂ ਕਰਨਾ ਮਨੁੱਖ ਨੇ ਨਹੀਂ ਸੀ ਸਿੱਖਿਆ ਵੀ ਇਹ ਮੈਂ ਜਲਾਵਾਂ ਹੁਣ ਤਾਂ ਸਾਡੇ ਕੋਲ ਡੱਬੀ ਲਿਆਓ ਦੋ ਰੁਪਈਆਂ ਦੀ ਲਿਆ ਕੇ ਅਤੇ ਅਸੀਂ ਅੱਗ ਲਾ ਲੈਂਦੇ ਮੈਨੂੰ ਮੇਰੀ ਉਮਰ ਇਸ ਵੇਲੇ 55 ਸਾਲ ਹੈ ਮਤਲਬ ਮੈਂ ਆਪਦੇ ਬਚਪਨ 'ਚ ਦੇਖਿਆ ਤੁਸੀਂ ਤਾਂ ਖੈਰ ਤੁਹਾਡੀ ਉਮਰ ਥੋੜ੍ਹੀ ਹੈ ਮਤਲਬ ਮੈਂ ਆਪਦੇ ਬਚਪਨ 'ਚ ਦੇਖਿਆ ਵੀ ਚੱਪਣ ਲਿਆਉਣਾ ਬੀਬੀਆਂ ਨੇ ਉਹ ਜਿਹੜਾ ਸਾਡੇ ਕੁੱਜਿਆਂ ਅਤੇ ਮੱਘਿਆਂ 'ਤੇ ਦਿੱਤਾ ਹੁੰਦਾ ਉਸ ਚੱਪਣ ਦੇ ਵਿੱਚ ਗੁਆਂਢ 'ਚੋਂ ਅੱਗ ਮੰਗ ਕੇ ਲਿਜਾਣੀ ਅਤੇ ਮੈਂ ਇਹ ਦਾਅਵਾ ਕਰਦਾ ਇਸ ਗੱਲ ਦਾ ਵੀ ਸਰੋਤੇ ਵੀ ਸਾਰੇ ਬੈਠੇ ਵੀ ਤੁਸੀਂ ਜੇ ਕੋਈ 50 ਸਾਲ ਦਾ ਬੰਦਾ ਕੋਲ ਬੈਠਾ ਉਹ ਤੋਂ ਇਹ ਗੱਲ ਦੀ ਪੁਸ਼ਟੀ ਕਰ ਸਕਦੇ ਹੈ ਵੀ ਸਾਡੇ ਗੁਆਂਢ 'ਚੋਂ ਅੱਗ
क्योंकि कई बार बारिशा आनियाँ झक्खड़ आने होर कई कुछ आना एक जगह यह जी मिथी जाती सी जिथे जोत के लगातार घ्यो या तेल पाया जाता सी उन्हूं लगातार जगदी रखा जाता सी अच्छा ताकि पिंड चो सारे चो अग खत्म ना हो अग की लोड़ रिजक जिनू ही है बिल्कुल जे जे साडे कोले आटा भी पिया सारा कुछ पिया जे अग है नहीं तो लाजमी है भी असं भुखे मरांगे तो इस करके अग नूं संभालण का सब तो वधिया तरीका जोत सी वह एक बहुत साइंटिफिक ढंग सीगा जी जी हाँ जी तो इस करके जगदी रखा जाता सी सो कितना कितने आप कह सकते हैं कि भी ये तरीक कारण होर सी पर हौली 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 वो जो वहमा भरमा वह वहमा भरमा चला गया हाँ जी हाँ ते एक चीज़ मैनू होर दस्यो वो जोत दे नाल जिहड़ा वहम भरम तुसीं गल करदे हो कई वारी हुण जिवें कई हुण भी चलदा है बई किसे कोल तेल नूं पैसे है नहीं वारी उहदी आ गई भाई तेल पा के जा उह आंदा जी मेरे को तेल है नहीं मेरे को पैसे लै लो जी वो जो तो पैसे ले ले हुण जो पैसे दे थां ते फिर जिथे गौड़ा उत्थे मक्खियां ने भी आना उत्थे मक्खियां आनियां शुरू हो गईयां ते मक्खियां ने उहनूं आपदे परपज वास्ते वरतना शुरू करता जोत नूं जो पैसे आने लग गए सो चाटे ला लिया जी लोगों ने सो एक चीज़ मैं होर ये सवाल ने जी इन्होंने सवालों के जवाब अज थानू साइंटिफिक तरीके आप दस रहे हैं कि ये वहम ने भरम ने इन्हों के पिछे पिछोकड़ की है असल कारण की होंगे सी एक कारण होर है जी पिंड अज भी मेरा ख्याल माझे दुआबे च नहीं शायद उदाहरण मिलेगी पर मालवे च बहुत है जंड के दुआले ना जी कपड़ा बहुत लिटिया बहुत होंगे हाँ जी हाँ वह की कारण जंड की पूजा क्यों होगी जंड असल चक्के हो जा रुख है जी पहला जे आप पिछोकड़ जाइए तो बजुर्ग दसते हैं भी दरख्त पैदा करना बड़ा औखा होंदा सी क्योंकि सारा रेगिस्तान ही पिया सी इधर रेगिस्तान दे विच रुख बड़ा औखा होंदा सी जिहड़ा भी रुख जंड इक इहो जिहा रुख सी भी आम करके टिब्बियां च भी जिथे मीह बारिशां घट हुंदियां उत्थे हो जांदा सी टिब्बियां च फिर उहनूं खाण वाले जानवर भी बकरी ऊठ जां दूजे सारे खुले फिरदे हुंदे सी ਉਹਨਾਂ ਜਿਹੜੇ ਜਿਹੜੇ ਬੁੱਧੀਜੀਵੀ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਰੁੱਖ ਮਸਾਂ ਪੈਦਾ ਹੋਇਆ ਵੀ ਇਹਨੂੰ ਕਿਤੇ ਖਾ ਨਾ ਜਾਵੇ ਕੋਈ ਜਾਨਵਰ ਉਹਦੇ 'ਤੇ ਪਾਟੇ ਪੁਰਾਣੇ ਕੱਪੜੇ ਸੁੱਟ ਦੇਣੇ ਤੇਲ ਦੇ ਛਿੱਟੇ ਮਾਰੇ ਆਉਣੇ ਕਿਉਂਕਿ ਤੇਲ ਇਹੋ ਜਿਹੀ ਇੱਕ ਚੀਜ਼ ਹੈ ਵੀ ਜਿਹਦੇ ਤੋਂ ਸਮੈਲ ਇਹੋ ਜਿਹੀ ਆਉਂਦੀ ਹੈ ਅਤੇ ਉਹ ਜਾਨਵਰ ਉਹਨੂੰ ਖਾਂਦਾ ਨੇਗਾ ਉਹਨੂੰ ਵੱਡਾ ਕਰਨ ਤੱਕ ਉਹਨੂੰ ਸੰਭਾਲਣ ਤੱਕ ਮਤਲਬ ਉਹਨੂੰ ਜਿਵੇਂ ਕਹਿ ਦਈਏ ਵੀ ਉਹਨਾਂ ਜਾਨਵਰਾਂ ਤੋਂ ਬਚਾਉਣ ਵਾਸਤੇ ਇੱਕ ਢੰਗ ਤਰੀਕਾ ਸੀ ਇਹ ਉਹਨੂੰ ਅਸੀਂ ਇਹਨੂੰ ਮਗਰੋਂ ਵਹਿਮ ਵਜੋਂ ਵਰਤ ਕਰਤਾ ਸ਼ੁਰੂ ਆ ਦੇਖੋ ਜੀ ਮੈਂ ਇੱਕ ਵਾਰ ਫਿਰ ਜ਼ਿਕਰ ਕਰਾਂ ਪੁਰਾਣੇ ਬਜ਼ੁਰਗਾਂ ਨੇ ਮਾਲਵਾ ਇਲਾਕਾ ਜਿਹੜਾ ਹੈ ਉਹ ਕਿਉਂਕਿ ਬਰਾਨ ਇਲਾਕਾ ਹੁੰਦਾ ਸੀਗਾ ਉੱਥੇ ਜੰਡ ਹੁੰਦਾ ਨਹੀਂ ਸੀ ਤੇ ਚਲੋ ਜਿਹੜਾ ਹੋਇਆ ਬਚਿਆ ਬਜ਼ੁਰਗ ਤਾਂ ਉਸ ਜੰਡ ਦੀ ਰੱਖਿਆ ਦੇ ਰੱਖਿਆ ਵਾਸਤੇ ਕਰ ਹਾਂਜੀ ਤੇ ਹੁਣ ਲੋਕ ਕੀ ਕਰਨ ਲੱਗੇ ਵੀ ਜੰਡ ਤੋਂ ਆਪਣੀ ਰੱਖਿਆ ਕਰਵਾਉਣ ਆਪਣੀ ਕਰਵਾਉਣ ਲਈ ਬਾਅਦ ਦੂਜੇ ਪਾਸੇ ਚੱਲ ਪਏ ਦੱਸੋ ਜੀ ਇਹ ਕੈਸੀਆਂ ਕੈਸੀਆਂ ਗੱਲਾਂ ਨੇ ਤੇ ਇਹਨਾਂ ਦਾ ਆਪਾਂ ਕੀ ਹੱਲ ਕੱਢਾਂਗੇ ਮੇਰਾ ਖਿਆਲ ਆ ਕਿ ਵੀ ਆਹ ਗੱਲਾਂ ਆਮ ਕਿਸੇ ਨੂੰ ਨਹੀਂ ਮਿਲਦੀਆਂ ਇਸੇ ਲਈ ਅੱਜ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਵੀ ਇਹਨਾਂ ਸਾਰੇ ਕੁਛ ਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਕੱਢੀਆਂ ਜਾਣ ਇੱਕ ਚੀਜ਼ ਹੋਰ ਜਿਹੜੀ ਆਮ ਹੁੰਦੀ ਅੱਜ ਕੱਲ੍ਹ ਉਹ ਬੜਾ ਰੌਲਾ ਜੀ ਕਿ ਗੁੱਤ ਕੱਟੀ ਗਈ ਹਾਂਜੀ ਹਾਂਜੀ ਇੱਥੇ ਗੁੱਤ ਕੱਟੀ ਗਈ ਉੱਥੇ ਗੁੱਤ ਕੱਟੀ ਗਈ ਬੀਬੀ ਫਿਰ ਐਂ ਕਹਿੰਦੀ ਮੈਂ ਤਾਂ ਚਾਹ ਬਣਾਉਣ ਗਈ ਸੀ ਮੇਰੇ ਗਿੱਟਿਆਂ 'ਚ ਗੁੱਤ ਡਿੱਗਦੀ ਹਾਂਜੀ 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 ਇਹਦੇ ਪਿੱਛੇ ਕੀ ਕਾਰਨ ਹੁੰਦਾ ਦੇਖੋ ਜੀ ਇਹਦੇ ਕਾਰਨ ਸੰਧਾਵਾਲੀਆ ਸਾਹਿਬ ਦੋ ਆ ਅਸਲ 'ਚ ਇੱਕ ਤਾਂ ਇਹਦੇ ਪਿੱਛੇ ਸਾਨੂੰ ਬਲਿਊ ਗੇਮ ਹੈ ਜਿਹੜੀ ਉਹ ਦੇਖਣੀ ਪਊਗੀ ਜੀ ਜੇ ਆਪਾਂ ਉਹਦਾ ਬਲਿਊ ਗੇਮ ਬਣਾਉਣ ਵਾਲੇ ਬੰਦੇ ਦਾ ਨਜ਼ਰੀਆ ਵੇਖਦੇ ਹਾਂ ਬਲਿਊ ਵੇਲ ਗੇਮ ਹੈ ਜਿਹੜੀ ਉਹਦਾ ਜੇ ਨਜ਼ਰੀਆ ਵੇਖਦੇ ਹਾਂ ਬੰਦੇ ਦੀ ਉਹਦੀ ਦਿੱਤੀ ਵੀ ਸਟੇਟਮੈਂਟ ਪੜ੍ਹਦੇ ਹਾਂ ਉਹ ਰੂਸ 'ਚੋਂ ਇਹ ਚੱਲੀ ਅਸਲ 'ਚ ਅਤੇ ਰੂਸ ਵਾਲੇ ਉਸ ਜਿਹਨੇ ਬਣਾਈ ਹੈ ਉਹਨੂੰ ਜਦੋਂ ਪੁੱਛਿਆ ਗਿਆ ਵੀ ਯਾਰ ਤੂੰ ਮਰਨ ਤੱਕ ਲੈ ਗਿਆ ਬੰਦੇ ਨੂੰ ਵੀ ਤੇਰੇ ਬਣਾਉਣ ਦਾ ਮਕਸਦ ਕੀ ਹੈ ਉਹ ਕਹਿੰਦਾ ਮੇਰੇ ਬਣਾਉਣ ਦਾ ਮਕਸਦ ਇਹ ਹੈ ਵੀ ਜਿਹੜੇ ਬਿਮਾਰ ਲੋਕ ਹੈ ਨਾ ਉਹ ਸਮਾਜ 'ਚ ਰਹਿਣੇ ਨਹੀਂ ਚਾਹੀਦੇ ਬਿਮਾਰ ਮਾਨਸਿਕਤਾ ਵਾਲੇ ਬਈ ਉਹ ਸਮਾਜ 'ਚ ਨਹੀਂ ਰਹਿਣੇ ਚਾਹੀਦੇ ਆਉਂਦਾ ਜਿਹੜੇ ਬਿਮਾਰ ਮਾਨਸਿਕਤਾ ਵਾਲੇ ਉਹ ਇਹਦੇ 'ਚ ਫਸਣਗੇ ਫਸ ਕੇ ਆਉਂਦਾ ਉਹਨਾਂ ਦਾ ਛੇਤੀ ਖਹਿੜਾ ਛੁੱਟ ਜੂਗਾ ਨਹੀਂ ਆਉਂਦਾ ਉਹਨਾਂ ਨੇ ਸਮਾਜ ਦਾ ਨੁਕਸਾਨ ਹੀ ਕਰਨਾ ਹੁੰਦਾ ਉਹਦੀ ਸਟੇਟਮੈਂਟ ਇਹ ਸੀ ਇਸੇ ਤਰ੍ਹਾਂ ਇਹ ਹੈ ਜਿਹੜਾ ਆਪਾਂ ਮਤਲਬ ਜਿਹੜਾ ਗੁੱਤ ਕੱਟਣ ਦੀ ਗੱਲ ਹੈ ਇਹ ਬਿਮਾਰ ਮਾਨਸਿਕਤਾ ਦੀ ਨਹੀਂ ਇਹਦੇ 'ਚ ਬਹੁਤੀ ਇਹਦੇ 'ਚ ਅਸਲ 'ਚ ਗੱਲ ਇਹ ਹੈ ਵੀ ਕੁਛ ਸਾਡੇ ਸਮਾਜ ਦੇ ਵਿੱਚ ਜਿਵੇਂ ਹੁਣ ਸਿੱਖ ਧਰਮ 'ਚ ਤੁਸੀਂ ਲਾ ਲਓ ਵੀ ਕਈ ਬੱਚੇ ਕੇਸ ਕਟਾਉਣ ਨੂੰ ਫਿਰਦੇ ਆ ਪਰ ਉਹਨਾਂ ਨੂੰ ਘਰ ਦੇ ਕੇਸ ਨਹੀਂ ਕੱਟਣ ਦਿੰਦੇ ਉਹਨਾਂ ਨੇ ਇਹੋ ਜਿਹੇ ਵਹਿਮਾਂ 'ਚ ਲਹਾ ਲੈ ਲਿਆ ਮੇਰੇ ਤਾਂ ਪਤਾ ਨਹੀਂ ਕੌਣ ਕੱਟ ਕੇ ਲੈ ਗਿਆ ਕਈ ਕੁੜੀਆਂ ਵੀ ਹੈ ਮਤਲਬ ਜਿਹੜੀਆਂ ਹੁਣ ਮੇਰੀ ਆਪਦੀ ਛੋਟੀ ਕੁੜੀ ਨੇ ਕੇਸ ਕਟਾਏ ਹੈ ਉਹ ਕਿਉਂਕਿ ਇੱਕ ਜੂਨੀਅਨ 'ਚ ਕੰਮ ਕਰਦੀ ਹੈ ਜੂਨੀਅਨ 'ਚ ਉਹਨੂੰ ਬੱਚੇ ਉਹ ਝੁੱਗੀਆਂ ਵਾਲਿਆਂ ਦੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਜਾਂਦੀ ਹੈ ਉੱਥੇ ਬੱਚਿਆਂ ਦੇ ਉਹ ਕਹਿੰਦੇ ਵੀ ਜੂਆਂ ਦੀ ਸਮੱਸਿਆ ਜਾਂ ਦੂਜੀ ਹੁੰਦੀ ਕੇਸ ਬੜੇ ਵੱਡੇ ਸੀ ਉਹਨੇ ਕੇਸ ਕਟਾਏ ਆ ਹੁਣ ਜੇ ਅਸੀਂ ਉਹਨੂੰ ਨਾ ਆਗਿਆ ਦੇ ਮੈਂ ਤਾਂ ਚਲੋ ਆਗਿਆ ਦੇਤੀ ਮਾਂ ਉਹਦੀ ਥੋੜ੍ਹਾ ਜਿਹਾ ਕਹਿੰਦੀ ਸੀ ਮੈਂ ਜੇ ਉਹਨੂੰ ਨਾ ਆਗਿਆ ਦਿੰਦੇ ਹੋ ਸਕਦਾ ਇਹੋ ਜਿਹੇ ਵਹਿਮ 'ਚ ਉਹ ਵੀ ਆਸਰਾ ਲੈ ਲੈਂਦੀ ਮੇਰੀ ਵੀ ਕੋਈ ਕੱਟ ਕੇ ਲੈ ਗਿਆ ਮਤਲਬ ਇਹੋ ਜਿਹੇ ਇੱਕ ਤਾਂ ਇਹ ਲੈਂਦੇ ਆ ਇੱਕ ਹੈ
ਬਈ ਕੁਛ ਬਿਮਾਰ ਮਾਨਸਿਕਤਾ ਦੇ ਲੋਕ ਹੁੰਦੇ ਆ ਜਦੋਂ ਇਹੋ ਜਿਹਾ ਵਹਿਮ ਕੋਈ ਚੱਲਦਾ ਨਾ ਜਿਵੇਂ ਤੋਰੀਆਂ ਤੇ ਸੱਪ ਵਾਲੀ ਚੱਲੀ ਸੀ ਦੁੱਧ ਪਿਲਾਉਣ ਵਾਲੀ ਚੱਲੀ ਸੀ ਭਾਵੇਂ ਉਹ ਕਿੱਡੇ ਵੀ ਮਾਨਸਿਕ ਤੌਰ 'ਤੇ ਤਕੜੇ ਹੋਣ ਉਹ ਕਈ ਵਾਰੀ ਸਮਾਜ ਦੇ ਮਗਰ ਲੱਗ ਕੇ ਕੁਛ ਇਹੋ ਜਿਹੀਆਂ ਘਟਨਾਵਾਂ ਜਿਵੇਂ ਕਹਿ ਦਈਏ ਵੀ ਸਵੈ ਸਮੋਹਤ ਹੋ ਕੇ ਵੀ ਕਰ ਲੈਂਦੇ ਕਿਰਿਆਵਾਂ ਨਿਕਲਣ ਵਾਸਤੇ ਕੋਈ ਸਮਾਂ ਨਹੀਂ ਮਿਲਿਆ ਤਾਂ ਉਹ ਲਾਜ਼ਮੀ ਆ ਵੀ ਇਹੋ ਜਿਹੇ ਟਾਈਮ ਅਸੀਂ ਸਵੈ ਸਮੋਹਤ ਹੋ ਕੇ ਇਹੋ ਜਿਹੀਆਂ ਕਿਰਿਆਵਾਂ ਕਰ ਦਿੰਦੇ ਸੋ ਕਹਿਣ ਤੋਂ ਭਾਵ ਮੈਂ ਥੋੜਾ ਜਿਹਾ ਹੋਰ ਸਰਲ ਭਾਸ਼ਾ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਸਮਝਾਉਣਾ ਚਾਹਾਂ ਤਾਂ ਜਿਹਨੂੰ ਆਪਾਂ ਇਹ ਕਹਿ ਦਿੰਦੇ ਹਾਂ ਕਿ ਬੰਦਾ ਹਿਪਨੋਟਾਈਜ਼ ਹੋ ਗਿਆ ਤਾਂ ਉਹ ਸੈਲਫ ਹਿਪਨੋਟਾਈਜ਼ ਹੋ ਗਿਆ ਸੈਲਫ ਹਿਪਨੋਟਾਈਜ਼ ਹੋ ਗਿਆ ਕਿ ਉਹਨੇ ਆਪਣੇ ਅਨਕੌਂਸ਼ੀਅਸ ਮਾਈਂਡ ਦੇ ਨਾਲ ਉਹ ਸਾਰਾ ਕੁਝ ਕੀਤਾ ਜਦੋਂ ਉਹ ਕੌਂਸ਼ੀਅਸਲੀ ਉਹਨੂੰ ਪੁੱਛਿਆ ਜਾਂਦਾ ਕਿ ਕਿੱਦਾਂ ਹੋਇਆ ਤਾਂ ਉਦੋਂ ਉਹਨੂੰ ਉਹ ਘਟਨਾਵਾਂ ਯਾਦ ਨਹੀਂ ਹੁੰਦੀਆਂ ਤੇ ਉਹ ਇਸ ਨੂੰ ਕਿਸੇ ਨਾ ਕਿਸੇ ਗੈਬੀ ਸ਼ਕਤੀ ਦੇ ਨਾਲ ਜੋੜ ਦਿੰਦਾ ਅਸਲ ਦੇ ਵਿੱਚ ਉਹ ਕਾਰਾ ਜਿਹੜਾ ਹੈ ਉਹਨੇ ਆਪ ਹੀ ਕੀਤਾ ਹੁੰਦਾ ਬਿਲਕੁਲ ਸੋ ਇਹ ਕਿੱਡੀ ਵੱਡੀ ਗੱਲ ਹੈ ਜੀ ਕਿ ਜਿਹੜੀਆਂ ਗੋਤਾ ਕੱਟਣ ਵਾਲੇ ਵੀ ਪਿਛਲੇ ਦਿਨੀ ਮੇਰੇ ਖਿਆਲ ਨਾਲ ਜੇ ਆਪਾਂ ਮੀਡੀਆ ਦੀ ਗੱਲ ਕਰੀਏ ਤੇ ਹਮ ਦਿਖਾਏਂਗੇ ਆਪਕੋ ਕੈਸੇ ਕਾਟੀ ਗਈ ਗੋਤ ਕੈਸੇ ਕੱਟ ਗਈ ਹਾਂ ਸੋ ਜਿਹੜੀ ਗੁੱਤ ਕੱਟੀ ਗਈ ਉਹ ਅਸਲ ਦੇ ਵਿੱਚ ਇਦਾਂ ਕੱਟੀ ਜਾਂਦੀ ਹੈ ਤੁਹਾਡੇ ਜ਼ਹਿਨ 'ਚ ਵੀ ਕੋਈ ਸਵਾਲ ਹੋਵੇ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਬਹੁਤ ਸਾਰੇ ਦਰਸ਼ਕ ਵੀ ਸਾਡੇ ਨਾਲ ਜੁੜੇ ਨੇ ਗੁਰਚਰਨ ਸਿੰਘ ਢਿੱਲੋਂ ਜੀ ਕਹਿੰਦੇ ਨੇ ਵੀ ਭਾਰਤੀ ਮੀਡੀਆ ਰੋਜ਼ਾਨਾ ਰਾਸ਼ੀ ਫਲ ਦੇ ਨਾਮ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਇਹ ਠੀਕ ਹੈ ਢਿੱਲੋਂ ਸਾਹਿਬ ਇਹ ਰਾਸ਼ੀ ਫਲ ਤੇ ਜੋਤਿਸ਼ ਬਾਰੇ ਗੱਲ ਆਪਾਂ ਰਾਸ਼ੀ ਫਲ ਤੇ ਅਗਲੇ 'ਚ ਕਰਾਂਗੇ ਆਪਾਂ ਜ਼ਰੂਰ ਰਾਸ਼ੀ ਫਲ ਕਿਵੇਂ ਲਿਖਿਆ ਜਾਂਦਾ ਇਹ ਵੀ ਦੱਸਾਂਗੇ ਜੀ ਰਾਸ਼ੀ ਫਲ ਕਿੰਨਾ ਕੁ ਠੀਕ ਹੈ ਤੇ ਕਿੰਨਾ ਜਿਹੜਾ ਰਾਸ਼ੀ ਰੋਜ਼ ਪੜ੍ਹਦਾ ਉਹ ਆਪਦੂ ਕੋਈ ਪੜ੍ਹਦਾ ਕਿਸੇ ਦੀ ਪੜ੍ਹਦਾ ਆਪਾਂ ਸਾਰਾ ਅਗਲੇ ਰੱਖਾਂਗੇ ਸੋ ਇਹ ਵੀ ਦੱਸਾਂਗੇ ਜੀ ਕਿ ਵੀ ਅਸਲ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਕਿਵੇਂ ਹੁੰਦਾ ਇਹ ਟੂਣੇ ਵਾਲੀ ਖੁੱਲ੍ਹੀ ਖਾਣ ਪੀਣ ਵਾਲੀ ਚੀਜ਼ ਦਾ ਕੀ ਕਰਨਾ ਚਾਹੀਦਾ ਜਸਪ੍ਰਾਟ ਜੀ ਦੇਖੋ ਜੀ ਇੱਕ ਗੱਲ ਤਾਂ ਹੈ ਬਈ ਜਿਹੜੀ ਤਾਂ ਚੀਜ਼ ਉਹਦੇ 'ਚ ਕੋਈ ਵਰਤਣ ਵਾਲੀ ਸਾਨੂੰ ਇਹੋ ਜਿਹੀ ਲੱਗਦੀ ਹੈ ਵੀ ਜਿਹੜੀ ਖਾਣ ਪੀਣ ਵਾਲੀ ਨਹੀਂ ਮੈਂ ਤਾਂ ਕਹੂੰਗਾ ਵੀ ਉਹੀ ਵਰਤ ਲੈਣੀ ਚਾਹੀਦੀ ਹੈ ਕਿਉਂਕਿ ਖਾਣ ਪੀਣ ਵਾਲੀਆਂ ਵਸਤਾਂ ਦਾ ਕਈ ਵਾਰੀ ਹੋ ਸਕਦਾ ਜਿਵੇਂ ਹੁਣ ਅਸੀਂ ਤਰਕਸ਼ੀਲ ਸੁਸਾਇਟੀ ਵਾਲੇ ਟੂਣਾ ਮਤਲਬ ਚੱਕ ਦਿੰਦੇ ਆਮ ਕਰਕੇ ਜੇ ਉੱਥੇ ਕੋਈ ਖਾਣ ਪੀਣ ਵਾਲੀ ਚੀਜ਼ ਅਸੀਂ ਖਾਂਦੇ ਹਾਂ ਕਿਸੇ ਦੇ ਸਾਹਮਣੇ ਤਾਂ ਲਾਜ਼ਮੀ ਹੈ ਵੀ ਉਹ ਸਾਡਾ ਨੁਕਸਾਨ ਕਰਨ ਵਾਸਤੇ ਵੀ ਕੋਈ ਬੰਦਾ ਰੱਖ ਸਕਦਾ ਮਤਲਬ ਖਾਣ ਪੀਣ ਦੀ ਅਸੀਂ ਸੁਝਾਅ ਨਹੀਂ ਦੇਵਾਂਗੇ ਉਹਨੂੰ ਚੱਕ ਕੇ ਸੁੱਟ ਦਿਓ ਨਸ਼ਟ ਕਰ ਦਿਓ ਉਹਦੇ 'ਚ ਕੋਈ ਹਰਜ ਨਹੀਂ ਜੇ ਕੋਈ ਚੀਜ਼ ਵਰਤਣ ਵਾਲੀ ਵੈਸੇ ਆ ਜਿਵੇਂ ਤੇਲ ਪਿਆ ਤੇਲ ਵਰਤਣਯੋਗ ਸਿਰ ਨੂੰ ਲਾਉਣ ਵਾਲਾ ਤੇਲ ਹੈ ਜਾਂ ਸਾਬਣ ਆ ਨਹਾਉਣ ਵਾਲਾ ਉਹ ਚੀਜ਼ਾਂ ਖਾਣ 'ਚ ਸਿੱਧੀਆਂ ਨਹੀਂ ਆਉਂਦੀਆਂ ਉਹ ਵਰਤੀਆਂ ਜਾ ਸਕਦੀਆਂ ਖਾਣ ਵਾਲੀ ਚੀਜ਼ ਤਾਂ ਨਾ ਖਾਧੀ ਜਾਵੇ ਚੰਗੀ ਗੱਲ ਹੈ ਕਿਉਂਕਿ ਉਹਦੇ 'ਚ ਪਤਾ ਨਹੀਂ ਮਤਲਬ ਕੋਈ ਚੀਜ਼ ਪਾਈ ਵੀ ਹੋ ਸਕਦੀ ਹੈ ਇਹ ਅਮਰੀਕ ਭੁੱਲਰ ਜੀ ਦਾ ਇੱਕ ਮੈਸੇਜ ਹੈ ਜਨਾਬ ਜਦੋਂ ਸਾਡਾ ਕਹਿੰਦੇ ਜੀ ਪੁਰਾਣਾ ਬਜ਼ੁਰਗ ਦਾਰੂ ਪੀਣੋਂ ਨਹੀਂ ਹਟਦਾ ਤਾਂ ਬੀਬੀਆਂ ਕਹਿੰਦੀਆਂ ਨਾ ਕਿ ਇਹਨਾਂ ਤਾਂ ਚੀਜ਼ਾਂ ਆਉਂਦੀਆਂ ਨੇ ਪੁਰਾਣਾ ਮਾੜਾ ਖਪਾ ਪਿੰਡ ਦੇ ਲੋਕ ਆਉਂਦੇ ਨੇ ਮੇਰਾ ਖਿਆਲ ਉਹ ਕਿਤੇ ਸ਼ਰਾਬ ਨਾਲ ਵੀ ਜੋੜਦੇ ਇਹਨਾਂ ਚੀਜ਼ਾਂ ਨੂੰ ਕਿ ਜਿਹੜੇ ਭੂਤ ਪ੍ਰੇਤ ਆ ਉਹ ਸ਼ਰਾਬ ਵਾਲੇ ਘਰ ਦੇਖੋ ਜੀ ਅਸਲ 'ਚ ਤਾਂ ਇਹ ਹੈ ਵੀ ਸਾਡੀ ਲੋੜ ਡਰਾ ਕੇ ਪੂਰੀ ਹੁੰਦੀ ਹੈ ਸਾਡੀ ਲੋੜ ਕਿਸੇ ਵਹਿਮ 'ਚੋਂ ਪੂਰੀ ਹੁੰਦੀ ਹੈ ਸਾਡੀ ਲੋੜ ਕਾਹਦੇ 'ਚੋਂ ਪੂਰੀ ਹੁੰਦੀ ਹੈ ਉਸ ਕਿਉਂਕਿ ਉਹ ਹੁਣ ਉਹਦਾ ਆਦੀ ਹੈ ਜੀ ਆਦੀ ਹੈ ਤਾਂ ਉਹਨੂੰ ਲਾਜ਼ਮੀ ਹੈ ਵੀ ਉਸ ਆਦਤ ਨੂੰ ਪੂਰਾ ਕਰਨ ਵਾਸਤੇ ਕੋਈ ਨਾ ਕੋਈ ਢੰਗ ਤਰੀਕਾ ਤਾਂ ਅਪਣਾਉਣਾ ਪਊਗਾ ਸੌਖਾ ਸ਼ਾਇਦ ਇਹੀ ਲੱਗਿਆ ਹੋਊਗਾ ਵੀ ਮੈਨੂੰ ਕੋਈ ਚੀਜ਼ ਪਿਆਉਂਦੀ ਆ ਮੇਰੇ 'ਤੇ ਆ ਕੇ ਖੜਦੀ ਹੈ ਜੇ ਕੁਛ ਹੈ ਅਤੇ ਇਹਨੇ ਤਾਂ ਫਿਰ ਪੈਸੇ ਤਾਂ ਚਾਹੀਦੇ ਆ ਨਾ ਪੀਣ ਵਾਸਤੇ ਸੋ ਵੀ ਕਾਰਨ ਇੱਕ ਰਵੀ ਸਿੰਧ ਜੀ ਦੀ ਗੱਲ ਕੀਤੀ ਉਹ ਕਹਿੰਦੇ ਮੇਰੀ ਦੁਕਾਨ ਦੇ ਬਾਹਰ ਨਾ ਜੀ ਕੰਧ 'ਚੋਂ ਪਿੱਪਲ ਦਾ ਰੁੱਖ ਉੱਗ ਪਿਆ ਹਾਂਜੀ ਹੁਣ ਲੋਕ ਕਹਿੰਦੇ ਮੈਨੂੰ ਇੱਧਰ ਉੱਧਰ ਆ ਕੇ ਕਹਿੰਦੇ ਆ ਕਿ ਵੀ ਇਹ ਭਾਈ ਤੇਰੀ ਦੁਕਾਨ 'ਚੋਂ ਪਿੱਪਲ ਨਿਕਲ ਆਇਆ ਅਤੇ ਹੁਣ ਬਹੁਤ ਮਾੜਾ ਤੇਰੇ ਲਈ ਹਾਂਜੀ ਵੀ ਤੂੰ ਇਹਨੂੰ ਕਟਾ ਦੇ ਤਾਂ ਉਹ ਕਹਿੰਦੇ ਵੀ ਮੈਂ ਤਾਂ ਕਹਿੰਦਾ ਵੀ ਸਗੋਂ ਰੁੱਖ ਵੀ ਕਿਤੇ ਮਾੜਾ ਹੁੰਦਾ ਰੁੱਖ ਵੀ ਕਿਤੇ ਮਾੜਾ ਬਿਲਕੁਲ ਬਿਲਕੁਲ ਇਹ ਜੀ ਅਸਲ ਪਿੱਪਲ ਤੇ ਬੋਰਡ ਤੇ ਆ ਜਿਹੜੇ ਫੈਕਸ ਵਰਾਇਟੀ ਕਹਿੰਦੇ ਆ ਇਹਨੂੰ ਸਾਰੀ ਨੂੰ ਜਿਹਦੇ 'ਚੋਂ ਦੁੱਧ ਨਿਕਲਦਾ ਸਾਰੀ ਫੈਕਸ ਵਰਾਇਟੀ ਆਉਂਦੀ ਆ ਫੈਕਸ ਵਰਾਇਟੀ ਦੇ ਜਿਹੜਾ ਖਾਣ ਵਾਸਤੇ ਇਹਨਾਂ ਨੂੰ ਕੋਈ ਇਹਦਾ ਫਲ ਲੱਗਦਾ ਨਾ ਉਹਨੂੰ ਜਾਨਵਰ ਆਮ ਕਰਕੇ ਖਾਂਦੇ ਆ ਉਹ ਜਾਨਵਰ ਜਿੱਥੇ ਵੀ ਬੈਠ ਕਰਦੇ ਆ ਪਿੱਪਲ ਤੇ ਬੋਰਡ 'ਚ ਇੱਕ ਇਹੋ ਜਿਹੀ ਸ਼ਕਤੀ ਆ ਵੀ ਪੱਕੀਆਂ ਥਾਵਾਂ 'ਤੇ ਜਿਹੜੇ ਐਨ ਪੱਥਰ ਵਰਗੇ ਥਾਂ ਉਹਨਾਂ 'ਤੇ ਵੀ ਇਹ ਪੈਦਾ ਹੋ ਜਾਂਦਾ ਅਤੇ ਕੰਧਾਂ 'ਚ ਆਮ ਦੇਖੇ ਜਾ ਸਕਦੇ ਆ ਛੋਟੇ ਹੁੰਦਿਆਂ ਨੂੰ ਕੱਢ ਦਿੰਦੇ ਆ ਪਰ ਇਹ ਆਮ ਕਰਕੇ ਜਿਹੜੀ ਹਿੰਦੂ ਕਮਿਊਨਿਟੀ ਹੈ ਇਹਦੇ 'ਚ ਸਾਡੇ ਇੱਕ ਡਾਕਟਰ ਆ ਸਾਥੀ ਸਤਵਿੰਦਰ ਜਗਰਾਓਂ ਤੋਂ ਉਹਨੇ ਅੱਧੀ ਕੀਮਤ 'ਤੇ ਥਾਂ ਖਰੀਦਿਆ ਇੱਕ ਕਿਉਂਕਿ ਉਹਨਾਂ ਦੇ ਪੁਰਾਣਾ ਘਰ ਪਿਆ ਸੀ ਉਹਦੇ 'ਚ ਪਿੱਪਲ ਹਰਾ ਹੋ ਗਿਆ ਪਾਸਿਆ ਸੇ ਸਾਰੇ ਹਿੰਦੂ ਰਹਿੰਦੇ ਸੀ ਉਹ ਮਕਾਨ ਖਰੀਦਣ ਨੂੰ ਤਿਆਰ ਨਹੀਂ ਸੀ ਅਤੇ ਉਹਨੇ ਉਹ ਖਰੀਦ ਕੇ ਦੁੱਗਣੀ ਕੀਮਤ 'ਤੇ ਮਗਰੋਂ ਸਾਫ਼ ਕਰਕੇ ਵੇਚਤਾ ਉਹਦਾ ਤਾਂ ਸਮਾਂ ਫਾਇਦਾ ਕਰਕੇ ਗਿਆ ਉਹ ਨੁਕਸਾਨ ਕੀ ਕੀਤਾ ਦੱਸੋ ਪਿੱਪਲ ਪੁੱਪਲ ਪੱਟ ਕੇ ਉਹਨੇ ਪਰੇ ਮਾਰਿਆ ਪਲਾਟ ਵਧੀਆ ਬਣਾ ਕੇ ਉਹਨੇ ਵੇਚਤਾ ਮਗਰੋਂ ਹਾਂਜੀ ਅੱਛਾ ਆਹ ਵੀ ਇੱਕ ਮੈਨੂੰ ਲੱਗਦਾ ਇੱਕ ਪੁਆਇੰਟ ਹੋ ਸਕਦਾ ਕਿ ਜਿਹੜੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਹੈ ਜਿੱਦਾਂ ਫੋਰ ਐਗਜ਼ਾਮਪਲ ਮੈਨੂੰ ਪਤਾ ਕਿ ਵੀ ਇਹਦੇ ਨਾਲ ਕੁਛ ਨਹੀਂ ਹੁੰਦਾ ਹਾਂਜੀ ਹਾਂਜੀ ਤਾਂ ਜਿਹੜੇ ਆਸ ਪਾਸ ਲੋਕ ਵਹਿਮ ਕਰਦੇ ਨੇ ਜਾਂ ਜਿਹੜੇ ਨਹੀਂ ਵੀ ਕਰਦੇ ਉਹਨਾਂ ਦੇ ਦਿਮਾਗ 'ਚ ਉਹ ਚੀਜ਼ ਪਾ ਦਿੱਤੀ ਜਾਵੇ ਹਾਂਜੀ ਹਾਂਜੀ ਤਾਂ ਬਹੁਤ ਵਾਰੀ ਹੁੰਦਾ ਹੈ ਬਹੁਤ ਵਾਰੀ ਹੁੰਦਾ ਹਾਂਜੀ ਹਾਂਜੀ ਤਾਂ ਇਹ ਤੁਸੀਂ ਜ਼ਿਕਰ ਕੀਤਾ ਮੇਰੇ ਧਿਆਨ 'ਚ ਆ ਰਿਹਾ ਪਿੱਛੇ ਜੇ ਇੱਕ
ਪ੍ਰੋਪਰਟੀ ਡੀਲਰ ਮੇਰੇ ਮਿੱਤਰ ਸੀ, ਉਹਨਾਂ ਨੇ ਇੱਕ ਜ਼ਿਕਰ ਕੀਤਾ ਕਿ ਸ਼ਾਇਦ ਉਹਨਾਂ ਨੇ ਕੋਈ ਜਗ੍ਹਾ ਲੈ ਲਈ ਹਾਂਜੀ, ਤੇ ਉਹਨਾਂ ਨੂੰ ਬਾਅਦ ਦੇ ਵਿੱਚ ਲੋਕਾਂ ਨੇ ਵਹਿਮ ਪਾਤਾ ਵੀ ਜਗ੍ਹਾ ਭਾਰੀ ਹੈ ਭਾਰੀ ਹੈ ਹਾਂਜੀ 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 ਤੇ ਉਹ ਕਹਿੰਦੇ ਵੀ ਮੇਰਾ ਉਹ ਥਾਂ ਫਸ ਗਿਆ ਹਾਂਜੀ, ਤੇ ਉਹ ਮਤਲਬ ਬਾਅਦ ਦੇ ਵਿੱਚ ਪਤਾ ਨਹੀਂ ਉਹ ਜੁਨੇਦਾਰਾਂ ਨੇ ਲਿਆ ਸੀ ਉਹ ਤੋਂ ਕਿਤੇ ਅੱਧ ਮੁੱਲ 'ਚ ਜਾ ਕੇ ਉਹਨਾਂ ਹਾਂਜੀ ਹਾਂਜੀ ਬਿਲਕੁਲ ਕੋਈ ਰੌਲਾ ਨਹੀਂ ਗਾ, ਕਈ ਕਈ ਥਾਵਾਂ 'ਤੇ ਵਾਪਰੀ ਹੈ ਗੱਲ, ਕਈ ਥਾਵਾਂ 'ਤੇ ਵਾਪਰੀ ਹੈ ਅੱਛਾ ਜੀ, ਭਾਰੀ ਕਹਿ ਦੇਣਗੇ ਜਾਂ ਇਹ ਮਤਲਬ ਤਕੂਣਾ ਕਹਿ ਦੇਣਗੇ ਜਾਂ ਅੱਗਾ ਚੌੜਾ ਕਹਿ ਦੇਣਗੇ, ਕਈ ਤਰ੍ਹਾਂ ਦੇ ਵਹਿਮ ਹੈ, ਉਹ ਵਹਿਮ ਉਹਨਾਂ ਵੱਲੋਂ ਇਸ ਕਰਕੇ ਆਮ ਕਰਕੇ ਫੈਲਾਏ ਜਾਂਦੇ ਉਸ ਪਰਿਵਾਰ ਵੱਲੋਂ ਜਿਹੜੇ ਪਰਿਵਾਰ ਦਾ ਉਸ ਥਾਂ 'ਤੇ ਅੱਖ ਹੁੰਦੀ ਹੈ, ਬਹੁਤਾ ਉਹੀ ਫੈਲਾਉਂਦਾ, ਵੀ ਇਹਦੀ ਕੀਮਤ ਡਿੱਗੂਗੀ ਫਿਰ ਆਪਾਂ ਖਰੀਦ ਲਾਂਗੇ, ਆਪਾਂ ਨੂੰ ਲੋੜ ਹੈ ਮਾਨਸਿਕ ਰੋਗਾਂ ਨਾਲ ਜਿਹੜੇ ਪੀੜਿਤ ਲੋਕ ਨੇ ਉਹਨਾਂ ਦਾ ਇਹ ਇਲਾਜ ਵੀ ਕਰਦੇ ਨੇ, ਬਰਗਾੜੀ ਦੇ ਵਿੱਚ ਇਹਨਾਂ ਦਾ ਸੰਸਥਾ ਹੈ ਤੇ ਹਰ ਐਤਵਾਰ ਦੇ ਐਤਵਾਰ ਉੱਥੇ ਮਰੀਜ਼ ਜਿਹੜੇ ਨੇ ਉਹ ਬਹੁਤ ਸਾਰੀਆਂ ਥਾਵਾਂ ਤੋਂ ਉੱਥੇ ਜਾਂਦੇ ਨੇ ਤੇ ਮਾਨਸਿਕ ਰੋਗਾਂ ਦਾ ਜਿਹੜਾ ਇਲਾਜ ਹੈ ਤਰਕਸ਼ੀਲ ਸੁਸਾਇਟੀ ਉੱਥੇ ਕਰਦੀ ਹੈ। ਇਹਦੇ 'ਚ ਆਮ ਜਿਹੜਾ ਘਰਾਂ ਦੇ ਵਿੱਚ ਹੁੰਦਾ ਨਾ ਜੀ ਕਿ ਸੰਦੂਕ ਦੇ ਵਿੱਚ ਕੱਪੜੇ ਪਏ ਸੀ, ਹਾਂਜੀ ਹਾਂਜੀ, ਉਹਨਾਂ ਨੂੰ ਅੱਗ ਲੱਗ ਗਈ, ਇਹ ਕਿੱਦਾਂ ਹੋ ਸਕਦਾ, ਮਤਲਬ ਜਿੰਦਰਾ ਵੱਜਿਆ ਸੀ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਅੱਗ ਲੱਗਣ ਵਾਸਤੇ ਅੱਗ ਦਾ ਸਾਧਨ ਚਾਹੀਦਾ ਤੇ ਮਨੁੱਖੀ ਹੱਥ ਚਾਹੀਦਾ। ਜੰਗਲਾਂ 'ਚ ਅੱਗ ਲੱਗਦੀ ਆਪਦੇ ਆਪ ਤੋਂ ਬਾਂਸ ਕਹਿ ਗਏ ਜਾਂ ਕੁਛ ਹੋ ਗਿਆ, ਇਹ ਇਹ ਤਾਂ ਇੱਕ ਵਜ੍ਹਾ ਹੋ ਗਈ, ਪਰ ਜੇ ਘਰ 'ਚ ਪਿਆਂ ਨੂੰ ਅੱਗ ਲੱਗਦੀ ਕੱਪੜਿਆਂ ਨੂੰ ਜਾਂ ਕੱਟੇ ਜਾਂਦੇ ਆ, ਕੱਟਣ ਵਾਸਤੇ ਕੈਂਚੀ ਚਾਹੀਦੀ ਹੈ, ਕੈਂਚੀ ਨੂੰ ਚਲਾਉਣ ਵਾਸਤੇ ਹੱਥ ਚਾਹੀਦਾ। ਹੁਣ ਤੱਕ ਜਿੰਨੇ ਵੀ ਕੇਸ ਸੁਸਾਇਟੀ ਨੇ ਦੇਖੇ ਆ, ਕੋਈ ਕੇਸ ਇਹੋ ਜਿਹਾ ਨਹੀਂ ਮਿਲਿਆ ਜਿਹਦੇ 'ਚ ਮਤਲਬ ਅਸੀਂ ਜਿਹੜਾ ਜਿਹੜਾ ਉਸ ਉਸ ਘਟਨਾ ਦਾ ਜ਼ਿੰਮੇਵਾਰ ਸੀ ਉਹ ਨਾ ਲੱਭਿਆ ਹੋਵੇ। ਉਹਨਾਂ ਘਟਨਾਵਾਂ ਨੂੰ ਮਾਨਸਿਕ ਰੋਗੀ ਕਰਦੇ, ਮੈਂ ਤੁਹਾਨੂੰ ਇੱਕ ਦੋ ਇੱਕ ਇੱਕ ਉਦਾਹਰਨ ਦੇ ਕੇ ਦੱਸਦਾ ਸਿਰਫ ਬਈ, ਇੱਕ ਔਰਤ ਵਿਚਾਰੀ ਨੂੰ ਬੱਚਾ ਹੋਣ ਵਾਲਾ ਸੀ ਅਤੇ ਦੋ ਉਹਦੀਆਂ ਨਣਾਨਾਂ ਸੀ, ਇੱਕ ਉਹਦੀ ਸੱਸ ਸੀ, ਉਹ ਵਿਆਹੀ ਆਈ ਅਤੇ ਉਹਨੂੰ ਵਿਆਹੀ ਆਈ ਨੂੰ 10-12 ਪਸ਼ੂ ਸੀ, ਉਹਦਾ ਗੋਹਾ ਕੂੜਾ ਕਰਨ ਉਹਨਾਂ ਨੇ ਲਾਤਾ ਵੀ ਗੋਹਾ ਵੀ ਚੱਕਦਾ ਚੱਕਣਾ, ਨਣਾਨਾਂ ਨੂੰ ਇਉਂ ਸੀ ਵੀ ਹੱਥ ਵੀ ਨਹੀਂ ਸੀ ਪਾਉਂਦੀਆਂ, ਟੀ ਵੀ ਲਾ ਲੈਂਦੀਆਂ ਸੀ, ਉਹਨਾਂ ਨੂੰ ਐਂ ਲੱਗਾ ਵੀ ਮੁਫਤ ਦੀ ਨੌਕਰ ਨਹੀਂ ਮਿਲ ਗਈ। ਜਿੰਨਾ ਕੁ ਚਿਰ ਤਾਂ ਉਹਨੂੰ ਬੱਚਾ ਨਹੀਂ ਸੀ ਹੋਣ ਵਾਲਾ ਉਹਨਾਂ ਚਿਰ ਤਾਂ ਉਹ ਵਿਚਾਰੀ ਬੜੀ ਚੀੜੀ ਹੋ ਕੇ ਕਰਦੀ ਰਹੀ, ਉਸ ਤੋਂ ਬਾਅਦ ਜਦੋਂ ਉਹਨੂੰ ਬੱਚਾ ਹੋਣ ਵਾਲਾ ਹੋਇਆ ਫਿਰ ਉਹ ਜਾ ਕੇ ਟੋਕਰਾ ਲਿਜਾਵੇ ਅਤੇ ਟੋਕਰੇ ਸਣੇ ਰੂੜੀ 'ਤੇ ਡਿੱਗ ਪਿਆ ਕਰੇ, ਰੂੜੀ 'ਤੇ ਡਿੱਗ ਪਿਆ ਕਰੇ ਅਤੇ ਉਹਨੂੰ ਉਹਨਾਂ ਨੇ ਪੇਕਿੰਗ ਭੇਜਤਾ ਵੀ ਇਹ ਤਾਂ ਮਤਲਬ ਕੁੜੀ ਆ ਜਿਹੜੀ ਤੁਹਾਡੀ ਬਿਮਾਰ ਹੈ ਅਤੇ ਇਹਨੂੰ ਸੰਭਾਲੋ ਭਾਈ, ਇਹ ਸਭ ਇਹ ਤਾਂ ਕੁਛ ਨਾ ਕੁਛ ਚੁੰਬੜਿਆ ਇਹਨੂੰ, ਮਤਲਬ ਜਦੋਂ ਉਹਦਾ ਸਾਰਾ ਤਹਿਕੀਕਾਤ ਕੀਤੀ ਮਤਲਬ ਪਤਾ ਕੀਤਾ ਸਾਰਾ, ਉਹ ਕਹਿੰਦੀ ਜੀ ਮੈਨੂੰ ਦੱਸੋ ਮੈਂ ਕਰਾਂ ਕੀ, ਵੀ ਸਹੁੰ ਆ ਜੇ ਹੱਥ ਵੀ ਪਾਉਂਦੀਆਂ ਮੈਨੂੰ। ਅੱਛਾ ਜੀ, ਮਤਲਬ ਕਈ ਵਾਰੀ ਇਹੋ ਜਿਹਾ ਪਰਿਵਾਰਾਂ ਦੇ ਵਿੱਚ ਵਿਤਕਰਾ ਹੁੰਦਾ, ਉਸ ਵਿਤਕਰੇ ਦੇ ਦੌਰਾਨ ਉਹ ਜਿਹੜਾ ਮਰੀਜ਼ ਹੈ ਉਹਨੇ ਧਿਆਨ ਉਸ ਮਤਲਬ ਬਿਮਾਰੀ ਨੂੰ ਦਿਖਾ ਕੇ ਜਾਂ ਕਿਵੇਂ ਵੀ ਲਾ ਲਓ ਆਪਦੀ ਤਕਲੀਫ ਵੱਲ ਨੂੰ ਖਿੱਚਣਾ ਹੁੰਦਾ, ਅਤੇ ਉਹ ਜਦੋਂ ਖਿੱਚਿਆ ਜਾਂਦਾ ਉਦੋਂ ਮਤਲਬ ਉਹਦਾ ਹੱਲ ਹੋ ਜਾਂਦਾ, ਉਹਨੂੰ ਲੱਗਦਾ ਵੀ ਇਸ, ਕਈ ਵਾਰੀ ਬਾਬਿਆਂ ਕੋਲ ਲਿਜਾਂਦੇ ਆ ਜਾਂ ਕਹਿਣਗੇ ਆਰਾਮ ਕਰ ਲਓ ਜਾਂ ਕੁਛ ਕਰ ਲਓ, ਅਸਲ 'ਚ ਉਹਦੀ ਵਜ੍ਹਾ ਹੈ ਵੀ ਉਹ ਉਹ ਜਿਹੜਾ ਕੰਮ ਹੈ ਉਸ ਵਿਤਕਰੇ ਤੋਂ ਔਖਾ, ਮਤਲਬ ਡੈਲੀਬਰੇਟਲੀ ਕੀਤੇ ਗਏ ਕੰਮ ਹੁੰਦੇ। ਹਾਂਜੀ ਹਾਂਜੀ, ਇੱਕ ਚੀਜ਼ ਸਵਾਲ ਵੀ ਹੋਰ ਆ ਰਹੇ ਨੇ ਉਹਦੇ ਵਿੱਚ, ਗੁਰਦੀਪ ਜੀ ਦਾ ਇੱਕ ਸਵਾਲ ਆ, ਉਹ ਕਹਿੰਦੇ ਵੀ ਬਿੱਲੀ ਰਸਤਾ ਕੱਟ ਜਾਂਦੀ ਹੈ, ਹਾਂਜੀ ਹਾਂਜੀ, ਤੇ ਕਹਿੰਦੇ ਜੀ ਹੁਣ ਕੰਮ ਨਹੀਂ ਬਣਨਾ, ਇਹਦਾ ਕੀ ਵਹਿਮ ਸੀ? ਬਿੱਲੀ, ਪਹਿਲੀ ਗੱਲ ਤਾਂ ਇਹ ਹੈ ਵੀ ਸਾਡੇ ਘਰਾਂ 'ਚ ਪਾਲਿਆ ਵਾਲਾ ਪਾਲਿਆ ਹੋਇਆ ਜਾਨਵਰ ਹੈ ਜੀ ਜੀ, ਅਤੇ ਉਹਨਾਂ 'ਚ ਹੁਣ ਪਤਾ ਹੀ ਆ ਵੀ ਇੱਕ ਘਰ 'ਚੋਂ ਤਾਂ ਉਹਦੀ ਲੋੜ ਪੂਰੀ ਨਹੀਂ ਹੋਣੀ, ਉਹਨੇ ਦੂਜੇ ਘਰਾਂ 'ਚ ਵੀ ਜਾਣਾ, ਅਤੇ ਕਈ ਵਾਰੀ ਜਦੋਂ ਸਾਡੇ ਘਰ ਵੜਦੀ ਆ ਕਿਸੇ ਦੇ ਕਬੂਤਰ ਰੱਖੇ ਆ ਜਾਂ ਕਿਸੇ ਦੇ ਕੁੱਕੜ ਰੱਖੇ ਆ ਜਾਂ ਕੁਛ ਰੱਖਿਆ, ਉਹ ਰੋੜਾ ਵੀ ਛੱਡਦੇ ਆ, ਅਤੇ ਜਦੋਂ ਛੱਡਦੇ ਆ ਬਿੱਲੀ ਨੇ ਤਾਂ ਅਕਸਰ ਭੱਜਣਾ ਹੀ ਆ, ਕੋਈ ਰੌਲਾ ਨਹੀਂ ਗਾ, ਪਰ ਇਹਦੇ ਨਾਲ ਇਹ ਕੋਈ ਨਹੀਂ ਗੱਲ ਵੀ ਜੇ ਰਸਤਾ ਕੱਟਤਾ ਤਾਂ ਕੋਈ ਹੋਜੂਗਾ, ਰਸਤਾ ਕੱਟਣ ਦਾ ਤਾਂ ਇੱਕ ਸਿਰਫ ਵਹਿਮ ਜੋੜਿਆ ਹੋਇਆ ਨਾਲ, ਕੋਈ ਮਤਲਬ ਨਹੀਂ ਇਹਦੇ ਪਿੱਛੇ ਵੀ ਉਹ, ਕਿਉਂਕਿ ਉਹਨੇ ਵਿਚਾਰੀ ਨੇ ਰਾਹ ਤਾਂ ਹੁਣ ਦੂਜੇ ਘਰੇ ਤਾਂ ਜਾਣਾ ਹੀ ਹੈ ਰਾਹ ਪਾਰ ਕਰਕੇ, ਕੋਈ ਪਿਛੋਕੜ ਇਹਦਾ ਮੈਨੂੰ ਵੈਸੇ ਜਿੰਨਾ ਕੁ ਪਤਾ ਇੰਨਾ ਕੀ ਹੈ, ਦੇਖੋ ਇਹ ਤਾਂ ਬਹੁਤਿਆਂ ਨੇ ਕੀਤਾ ਹੋਊਗਾ, ਅਸਲ ਚ ਇਹ ਹੈ ਵੀ ਜਦੋਂ ਇਹਨਾਂ ਗੱਲਾਂ ਨੂੰ ਅਸੀਂ ਨੋਟ ਵੀ ਉਦੋਂ ਹੀ ਕਰਦੇ ਜਦੋਂ ਸਾਡਾ ਕੰਮ ਨਹੀਂ ਬਣਦਾ, ਪਹਿਲਾਂ ਨੋਟ ਨਹੀਂ ਕਰਦੇ, ਤੁਸੀਂ ਤਹਿਸੀਲੇ ਗਏ ਹੈ, ਤਹਿਸੀਲ ਗਿਆ ਕੰਮ ਨਹੀਂ ਬਣਿਆ, ਜੇ ਕੰਮ ਨਹੀਂ ਬਣਿਆ ਤੁਸੀਂ ਪਿਛਲਾ ਸਾਰਾ ਘਰੋਂ ਚੱਲਣ ਤੋਂ ਲੈ ਕੇ ਸੋਚਣ ਲੱਗ ਜਾਣਾ ਵੀ ਮੈਨੂੰ ਕੀ ਕੁਛ ਹੋਇਆ, ਕਿਵੇਂ ਹੋਇਆ, ਮੇਰੇ ਖਾਲੀ ਟੋਕਰਾ ਮੱਥੇ ਲੱਗਾ, ਮੇਰੇ ਫਲਾਨਾ ਹੋਇਆ, ਮੇਰੇ ਧੋਕਾ, ਜੇ ਕੰਮ ਬਣ ਗਿਆ ਸਾਰੀਆਂ ਚੀਜ਼ਾਂ ਭੁੱਲ ਗਏ।
ਇੱਕ ਪਿੱਛੋਂ ਆਵਾਜ਼ ਮਾਰਨ ਦੀ ਗੱਲ ਕਰ ਦਿੰਦੇ। ਪਿੱਛੋਂ ਆਵਾਜ਼ ਤਾਂ ਆਪਾਂ ਬੱਸ ਨੂੰ ਮਾਰਦੇ ਹਾਂ, ਖੜ ਜਾ ਭਾਈ ਰੁਕ ਜਾ, ਫਿਰ ਤਾਂ ਸਾਰਿਆਂ ਦਾ ਹੀ ਨਹੀਂ ਬਣਨਾ। ਅੱਛਾ ਨਹੀਂ, ਇਹਦੇ ਨਾਲ ਵੀ ਕੋਈ ਐਪ ਜੁੜਿਆ ਹੋਇਆ, 30-40 ਬੰਦੇ ਬੈਠੇ ਹੁੰਦੇ ਵਿੱਚ। ਉਹ ਅਸਲ 'ਚ ਤਾਂ ਬਈ ਸਮੇਂ ਦੀ ਗੱਲ ਆ ਵੀ ਸਮਾਂ ਉਹਦੇ ਨਾਲ ਖਰਾਬ ਹੁੰਦਾ। ਪਿੱਛੋਂ ਆਵਾਜ਼ ਮਾਰੋਗੇ ਤੁਸੀਂ, ਬੰਦਾ 20-25 ਕਰਮਾਂ ਗਿਆ ਵਾ, ਉਹਨੂੰ ਆਵਾਜ਼ ਮਾਰੋਗੇ ਫਿਰ ਮੁੜ ਕੇ ਆਊਗਾ, ਫਿਰ ਜਾਊਗਾ। ਪੈਦਲ ਸਾਧਨ ਸੀ ਹਾਂ ਪੁਰਾਣੇ, ਤੇ ਉਦੋਂ ਪਿੱਛੋਂ ਕਹਿੰਦੇ ਪਿੱਛੋਂ ਆਵਾਜ਼ ਨਾ ਮਾਰੋ ਭਾਈ, ਹੁਣ ਉਹ ਜਾਂਦਾ ਜਾਣ ਦਿਓ ਉਹਨੂੰ। ਮਤਲਬ ਦੂਰੋਂ ਆਵਾਜ਼ ਮਾਰ ਲਈ, ਆਪਾਂ ਫਿਰ ਮੁੜ ਕੇ ਆ, ਵਿਚਾਰਾ ਤੁਰ ਕੇ ਜਾਣਾ, ਦੂਜੇ ਪਿੰਡ ਜਾਣਾ, ਹਨੇਰਾ ਵੀ ਹੋ ਸਕਦਾ, ਹੋਰ ਵੀ ਗੱਲਾਂ ਹੋ ਸਕਦੀਆਂ। ਹਾਂਜੀ, ਜੇ ਨਾ ਬਣਨ ਵਾਲੀ ਗੱਲ, ਫਿਰ ਤਾਂ ਸਾਰੇ ਬੱਸ ਨੂੰ ਪਿੱਛੋਂ ਆਵਾਜ਼ਾਂ ਮਾਰੀ ਜਾਂਦੇ ਹੁੰਦੇ, 40 ਸਵਾਰੀਆਂ ਬੈਠੀਆਂ ਹੁੰਦੀਆਂ, ਚੱਲ ਜਾਂਦੇ ਨਹੀਂ ਕੰਮ ਬਣਨਾ, ਕਿਉਂਕਿ ਬੱਸ ਨੂੰ ਆਵਾਜ਼ ਮਾਰਤੀ, ਪਿੱਛੋਂ ਵੀ ਰੁਕ ਜਾ ਭਾਈ। ਠੀਕ ਹੈ ਜੀ, ਆਪਦੇ ਬੱਸ ਨੂੰ ਇੱਕ ਨਹੀਂ, ਬੱਸ ਨੂੰ ਤਾਂ ਕਈ ਕਈ ਵਾਰ। ਇੱਕ ਢਿੱਲੋਂ ਅਨੋਖ ਜੀ ਦਾ ਮੈਸੇਜ, ਉਹ ਕਹਿੰਦੇ ਵੀ ਪਿੰਡਾਂ 'ਚ ਨਾ ਜੀ ਆਮ ਲੋਕ ਕੀ ਕਹਿ ਦਿੰਦੇ ਕਈ ਵਾਰ ਵੀ ਫਲਾਨੇ 'ਚ ਮਾਤਾ ਆਉਂਦੀ ਹੈ ਜੀ, ਅਤੇ ਉੱਥੇ ਮੱਥਾ ਮੁੱਥਾ ਟੇਕਣਾ ਸ਼ੁਰੂ ਹੋ ਜਾਂਦਾ ਜੀ, ਫਿਰ ਉਸ ਤੋਂ ਬਾਅਦ ਅਤੇ ਉਹ ਲੋਕ ਜਾਣੇ ਸ਼ੁਰੂ ਹੋ ਜਾਂਦੇ ਆ, ਅਤੇ ਫਿਰ ਉਹ ਜਗ੍ਹਾ ਹੌਲੀ ਹੌਲੀ ਗਰੋ ਕਰਦੀ ਕਰਦੀ ਵੀ ਉਹ ਮਾਤਾ ਜਾਂ ਜਿਹੜੇ 'ਚ ਵੀ ਉਹ ਬਾਬਾ ਆਉਂਦਾ ਹੁੰਦਾ, ਹਾਂਜੀ ਹਾਂਜੀ, ਉਹ ਬੜਾ ਮਸ਼ਹੂਰ ਹੋ ਜਾਂਦਾ। ਇਹ ਸਾਰੇ ਕੁਛ ਬਾਰੇ ਕੀ? ਦੇਖੋ ਜੀ, ਇਹਦੇ ਵਾਸਤੇ ਸੰਧਾ ਵਾਲਗਾ ਸਾਹਿਬ ਅਸਲ 'ਚ 3 ਕਿਸਮ ਦੇ ਲੋਕ ਆ ਜੀ। ਇੱਕ ਤਾਂ ਉਹ ਲੋਕ ਆ ਜਿਹੜੇ ਜਿਵੇਂ ਤੁਸੀਂ ਕਹਿੰਦੇ ਆ ਬਾਬਾ ਬਣ ਕੇ, ਪਖੰਡੀ ਬਣ ਕੇ ਇੱਕ ਪਖੰਡ ਨੂੰ ਉਹਨੇ ਅਪਣਾ ਲਿਆ, ਉਸ ਪਖੰਡ ਦੇ ਨਾਲ ਲੋਕਾਂ ਨੂੰ ਮਗਰ ਲਾ ਲਿਆ, ਲੋਕਾਂ ਨੂੰ ਮਗਰ ਲਾ ਕੇ ਉਹਨਾਂ ਜਾਣੀ ਉਹ ਪਰਜੀਵੀ ਬਣ ਗਏ ਵੀ ਕਿਸੇ ਦੀ ਕਮਾਈ 'ਤੇ ਪਾਲਣ ਵਾਲਾ ਇੱਕ ਸੋਮਾ ਪੈਦਾ ਕਰ ਲਿਆ ਉਹਨਾਂ। ਉੱਥੇ ਫਿਰ ਰਾਜਨੀਤਿਕ ਲੋਕ ਜਾਂਦੇ ਆ ਵੋਟਾਂ ਮੰਗਣ ਵਾਲੇ। ਹੁਣ ਉੱਥੇ 3 ਕਿਸਮ ਦੇ ਲੋਕ ਹੋ ਗਏ, ਇੱਕ ਉਹ ਜਿਨ੍ਹਾਂ ਦਾ ਪੇਟ ਪਲਦਾ, ਉਹਨਾਂ ਨੂੰ ਅਸੀਂ ਬਿਲਕੁਲ ਨਹੀਂ ਸਮਝਾ ਸਕਦੇ, ਉਹਨੂੰ ਤੁਸੀਂ ਇੱਥੋਂ ਉਠਾ ਦਿਓ, ਕਿਤੇ ਹੋਰ ਜਾ ਕੇ ਬੈਠ ਜਾਊਗਾ, ਮਤਲਬ ਉਹਦਾ ਉਹ ਕਾਰੋਬਾਰ ਹੈ, ਉਹਦਾ ਉਹ ਕਾਰੋਬਾਰ ਹੈ, ਉਹਨੇ ਨਹੀਂ ਹਟਣਾ। ਇੱਕ ਉੱਥੇ ਜਾਣ ਲੱਗ ਗਏ ਰਾਜਨੇਤਾ, ਰਾਜਨੇਤਾਵਾਂ ਦਾ ਕਾਰੋਬਾਰ ਇਹ ਹੈ ਵੀ ਉਹਨਾਂ ਨੇ ਉਹ ਤੋਂ ਵੋਟਾਂ ਲੈਣੀਆਂ, ਉਹਨੂੰ ਕੋਈ ਮਤਲਬ ਨਹੀਂ ਵੀ ਇਹਨੂੰ ਕੋਈ ਮੰਨਦਾ ਜਾਂ ਨਹੀਂ ਮੰਨਦਾ, ਉਹਨੂੰ ਮਤਲਬ ਆ ਵੀ ਮੈਨੂੰ ਵੋਟਾਂ ਕਿੰਨੀਆਂ ਪੱਕੀਆਂ ਕਰਕੇ ਦਿੰਦਾ ਹੈ, ਉਹਨੇ ਵੀ ਨਹੀਂ ਸਮਝਣਾ, ਜਿਵੇਂ ਉਹ ਬਾਬੇ ਦੇ ਸਰਸੇ ਵਾਲੇ ਤੋਂ ਆਪਾਂ ਦੇਖ ਹੀ ਸਕਦੇ ਹਾਂ। ਅਤੇ ਇੱਕ ਉੱਥੇ ਲੋਕ ਜਾਂਦੇ ਆ ਜਿਹੜੇ ਸ਼ਰਧਾ ਜਿਨ੍ਹਾਂ ਦੀ ਬਣ ਜਾਂਦੀ ਹੈ, ਜਿਨ੍ਹਾਂ ਨੂੰ ਗੁੰਮਰਾਹ ਕੀਤਾ ਜਾਂਦਾ, ਉਹਨਾਂ ਨੂੰ ਅਸੀਂ ਸਮਝਾ ਸਕਦੇ ਹਾਂ। ਜਿਵੇਂ ਅੱਜ ਵਾਲਾ ਤੁਹਾਡਾ ਇਹ ਪ੍ਰੋਗਰਾਮ ਆ, ਜੋ ਹੋ ਸਕਦਾ ਬਹੁਤ ਸਾਰੇ, ਮੈਂ ਦਾਅਵਾ ਕਰਦਾ ਇਸ ਗੱਲ ਦਾ ਵੀ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਕੇ, ਕਿਉਂਕਿ ਸਾਰੇ ਆਪਾਂ ਉਹਦੇ ਹਾਲਤ ਦੱਸਣੇ ਹੈ, ਮਤਲਬ ਵਿਗਿਆਨਕ ਪੱਖ ਕੀ ਹੈ, ਦੂਜੇ ਜੇ ਇਹ ਪੱਖ ਲੋਕਾਂ 'ਚ ਚਲੇ ਜਾਣ, ਅਤੇ ਮੈਂ ਸ਼ਰਤ ਕਰਦਾ ਇਸ ਗੱਲ ਦੀ ਵੀ ਫਿਰ ਉਹਨਾਂ 'ਤੇ ਬਹੁਤ ਵੱਡੀ ਇਹ 'ਤੇ ਸੱਟ ਵੱਜੂਗੀ, ਤਾਂ ਸਾਨੂੰ ਸਮਝਾਉਣ ਦਾ ਫਾਇਦਾ ਉਹਨਾਂ ਲੋਕਾਂ ਨੂੰ ਹੀ ਆ ਜਿਹੜੇ ਲੋਕ ਉੱਥੇ ਜਾਂਦੇ ਹੈ, ਕਿਉਂਕਿ ਉਹੀ ਇੱਕ ਸਮਝਣ ਵਾਲੇ ਸਾਡੇ ਕੋਲ ਹੈ, ਅਤੇ ਉਹਨਾਂ ਦੇ ਸਿਰ 'ਤੇ ਉਹਦਾ ਕਾਰੋਬਾਰ ਚੱਲ ਰਿਹਾ ਹੈ। ਸੋ ਕਿਤੇ ਨਾ ਕਿਤੇ ਮਤਲਬ ਇਹ ਬਹੁਤ ਵੱਡੀ ਗੱਲ ਦੌਦਰ ਸਾਹਿਬ ਨੇ ਕੀਤੀ ਕਿ ਵੀ ਜਿਹੜਾ ਆਪਾਂ ਐਂ ਕਹਿੰਦੇ ਹਾਂ ਵੀ ਉੱਥੇ ਜਿਹੜਾ ਬੰਦਾ ਜਾਂ ਉਹ ਜਿਹੜਾ ਵੀ ਉਹ ਬਣਾ ਕੇ ਬੈਠਾ ਪ੍ਰੋਗਰਾਮ ਵੀ ਮੇਰੇ 'ਤੇ ਫਲਾਨਾ ਆਉਂਦਾ ਢੀਂਡਾ ਆਉਂਦਾ, ਮੈਨੂੰ ਸਮਝ ਨਹੀਂ ਆਉਂਦੀ ਆਉਂਦੀ ਵੀ ਬਲਾਨਾ ਢੀਂਡਾ ਤਾਂ ਆ ਜਾਂਦਾ, ਅਕਲ ਕਿਉਂ ਨਹੀਂ ਆਉਂਦੀ, ਅਕਲ ਕਿਉਂ ਨਹੀਂ ਆਉਂਦੀ। ਸੋ ਉਹ ਜਿਹੜੇ ਲੋਕ ਨੇ ਉਹਨਾਂ ਨੂੰ ਸਮਝਾਇਆ ਨਹੀਂ ਜਾ ਸਕਦਾ, ਕਿਉਂਕਿ ਉਹਨਾਂ ਦਾ ਉਹ ਕਾਰੋਬਾਰ ਹੈ ਅਤੇ ਕਾਰੋਬਾਰ ਕੋਈ ਛੱਡ ਕੇ ਰਾਜ਼ੀ ਨਹੀਂ, ਜਿਹੜੇ ਮਗਰ ਜਾਂਦੇ ਨੇ ਉਹਨਾਂ ਦਾ ਵੀ ਕਾਰੋਬਾਰ ਇਨਡਾਇਰੈਕਟ ਵੇ ਨਾਲ ਉਹਦੇ ਨਾਲ ਜੁੜ ਜਾਂਦਾ ਹੈ। ਸੋ ਸਮਝਾ ਆਪਾਂ ਉਹਨਾਂ ਨੂੰ ਹੀ ਸਕਦੇ ਹਾਂ ਜਿਹੜੇ ਲੋਕ ਉੱਥੇ ਜਾਂਦੇ। ਇੱਕ ਸਵਾਲ ਹੋਰ ਆ ਰਿਹਾ ਜੀ ਕਿ ਛਿੱਕ ਮਾਰਨ ਨਾਲ ਰਿਲੇਟਡ ਵੀ ਪੁੱਛਿਆ ਜਾ ਰਿਹਾ, ਗੁਰਪ੍ਰਦੀਪ ਸਿੰਘ ਜੀ ਦਾ ਸਵਾਲ ਹੈ, ਛਿੱਕ ਮਾਰਨ ਦਾ ਕਹਿੰਦੇ ਕੀ ਕਾਰਨ ਸੀਗਾ? ਛਿੱਕ ਅਸਲ 'ਚ ਕੀ ਹੈ ਬਈ, ਸਾਡੇ ਦੋ ਸਿਸਟਮ ਹੈ ਅੰਦਰ, ਇੱਕ ਸਾਹ ਵਾਲਾ ਸਿਸਟਮ ਹੈ, ਇੱਕ ਸਾਡਾ ਖਾਣਾ ਜਿਹੜੀ ਸਿਸਟਮ ਰਾਹੀਂ ਜਾਂਦਾ ਹੈ। ਜਦੋਂ ਵੀ ਖਾਣੇ ਦਾ ਕੋਈ ਵੀ ਜਾਂ ਕੋਈ ਕਾਣ ਧੂੜ ਦਾ ਜਾਂ ਕੋਈ ਖਾਣੇ ਵਾਲਾ ਜਾਂ ਕੋਈ ਵੀ ਸਾਹ ਨਾਲੀ ਦੇ ਵਿੱਚ ਜਾਂਦਾ, ਕਿਉਂਕਿ ਸਾਹ ਨਾਲੀ ਆਪਣੇ ਆਪ ਨੂੰ ਸਾਫ਼ ਰੱਖਣਾ, ਉਹਨੇ ਉਹਨੂੰ ਸਾਫ਼ ਰੱਖਣ ਵਾਸਤੇ ਫੇਫੜੇ ਬਹੁਤ ਇਕੱਠੀ ਹਵਾ ਮਾਰਦੇ ਹੈ, ਉਹ ਹਵਾ ਦੇ ਨਾਲ ਉਹ ਜਿਹੜੇ ਕਾਣ ਹੈ ਜਿਹੜੇ ਸਾਡੇ ਰੁਕਾਵਟ ਪੈਦਾ ਕਰਦੇ ਆ ਜਾਂ ਸਾਨੂੰ ਬਿਮਾਰ ਕਰ ਸਕਦੇ ਆ ਜਾਂ ਸਾਨੂੰ ਨੁਕਸਾਨ ਪਹੁੰਚਾ ਸਕਦੇ ਆ, ਉਹਨਾਂ ਨੂੰ ਬਾਹਰ ਕੱਢਣ ਵਾਸਤੇ ਛਿੱਕ ਆਉਂਦੀ ਹੈ। ਇਸੇ ਕਰਕੇ ਜਦੋਂ ਸਾਨੂੰ ਕੋਈ ਨਜ਼ਲਾ ਵਗੈਰਾ ਜ਼ੁਕਾਮ ਵਗੈਰਾ ਹੁੰਦਾ ਉਦੋਂ ਉਹ ਲਗਾਤਾਰ ਡਿੱਗਦਾ ਰਹਿੰਦਾ, ਉਹਦੇ ਨਾਲ ਵੀ ਛਿੱਕਾਂ ਲਗਾਤਾਰ ਆਉਂਦੀਆਂ। ਅਤੇ ਸਾਡੇ ਕਈ ਵਾਰੀ ਕਹਿਣਗੇ ਤੈਨੂੰ ਯਾਦ ਕਰਦਾ, ਹੁਣ ਪਹਿਲੀ ਗੱਲ ਤਾਂ ਸਾਡੇ ਕੋਲ ਮੀਟਰ ਹੀ ਨਹੀਂ, ਕਈ ਵਾਰੀ ਤਾਂ ਕਹਿਣਗੇ ਤੇਰਾ ਕੰਮ ਨਹੀਂ ਬਣਨਾ ਜੇ ਛਿੱਕ ਵੱਜੀ ਹੈ, ਕਈ ਵਾਰੀ ਕਹਿਣਗੇ ਤੈਨੂੰ ਯਾਦ ਕਰਦਾ, ਸਾਡੇ ਕੋਲ ਕਿਹੜਾ ਮੀਟਰ ਆ ਵੀ ਇਹ ਯਾਦ ਕਰਨ ਵਾਲੀ ਛਿੱਕ ਆ, ਕਦੇ ਕੰਮ ਰੋਕਣ ਵਾਲੀ ਛਿੱਕ ਆ, ਮੀਟਰ ਕੋਈ ਨਹੀਂ ਸਾਡੇ ਕੋਲ। ਉੱਥੇ ਜਾ ਕੇ ਅਸੀਂ ਸੋਚਣ ਲੱਗੇ ਹਾਂ ਪਿੱਛੇ ਨੂੰ ਵੀ ਕੀ ਕੰਮ ਅੱਜ ਹੋਇਆ, ਛਿੱਕ ਵੱਜੀ ਆ, ਖਾਲੀ ਟੋਕਰੇ ਵਾਲਾ ਮੱਥੇ ਲੱਗ ਗਿਆ, ਬਿੱਲੀ ਰਸਤਾ ਕੱਟ ਗਈ, ਜਾਂ ਨੰਬਰਦਾਰ ਮੱਥੇ ਲੱਗ ਗਿਆ, ਜਾਂ ਝੋਟਾ ਮੱਥੇ ਲੱਗ ਗਿਆ, ਸਾਰੀਆਂ ਗੱਲਾਂ ਨੂੰ ਮਾੜਾ ਗਿਣਦੇ ਵੀ ਇਹ ਫਿਰ ਲਾ ਲੈਂਦੇ ਆ ਵੀ ਆ ਯਾਰ ਇਹ ਤਾਂ ਇਸ ਕਰਕੇ ਹੋਇਆ, ਹੁਣ ਨੰਬਰਦਾਰ ਆ, ਨੰਬਰਦਾਰ ਮੱਥੇ ਲੱਗੇ ਨੂੰ ਕਿਉਂ ਮਾੜਾ ਗਿਣਦੇ?
क्योंकि नंबरदार बेचारा एक साड़ी कड़ी सी सरकार दे ते साड़ी विचली वो मामला इकट्ठा करके दिंदा हुंदा सी सारा जी। जदों उन्होंने मामला इकट्ठा करना साढ़े को पैसा नहीं सी हुंदा जी। असीं हुण सवेर वेले निकलना किस पासे जां दुपहरे निकलना किस पासे नंबरदार जिहड़ी गली आउणा उन्होंने कहना वी इस गली नंबरदार आउणा दूजी गली हो जाणा क्योंकि साडी जेब च पैसे नहीं सी हुंदे। नंबरदार मामला पुछदा वी दे इस करके कहिंदे नंबरदार मत्थे लग्गा बड़ा होर उहदे च बंदा हरगा बंदा बेचारा खांदा पींदा सारा कुछ करदा माड़ा किवें होगा तां चंगा होया सवा ਮੇਰਾ ਖਿਆਲ ਹੈ ਜੀ ਆਹ ਵੀ ਇੱਕ ਵਹਿਮ ਨਿਕਲ ਗਿਆ ਹੋਣਾ ਕਿ ਕਈ ਵਾਰ ਆਉਂਦਾ ਜੀ ਵੀ ਫਲਾਣੇ ਨੰਬਰਦਾਰਾਂ ਅੱਗੇ ਵੱਜਦੇ ਆ ਤੇ ਉਹ ਕਹਿੰਦੇ ਯਾਰ ਨੰਬਰਦਾਰਾਂ ਦਾ ਟੱਬਰ ਇੱਧਰ ਹੈ ਤਾਂ ਤੁਸੀਂ ਇਸ ਗਲੀਏ ਹੋ ਜਾਓ ਉਹ ਵਿਚਾਰੇ ਹੁਣ ਤੱਕ ਇਹੀ ਸੋਚੀ ਜਾਂਦੇ ਸਾਨੂੰ ਕਿਉਂ ਮਾੜਾ ਕਹਿੰਦੇ ਹੁਣ ਝੋਟਾ ਕਹਿਣ ਦੇ ਮੱਥੇ ਲੱਗਿਆ ਮਾੜਾ ਉਹਦਾ ਵੀ ਇਹੀ ਹੈ ਬਈ ਝੋਟਾ ਜਦੋਂ ਪਿੰਡ 'ਚ ਵੜਦਾ ਹੈ ਰੱਜ ਕੇ ਵੜਿਆ ਉਹ ਅਸੀਂ ਤੜਕੇ ਲੈਟਰੀਨ ਚੱਲੇ ਹਾਂ ਜਾਂ ਕਿਸੇ ਹੋਰ ਕੰਮ ਚੱਲੇ ਹਾਂ ਅਤੇ ਸਾਡੇ ਉਦੋਂ ਮੱਥੇ 'ਚ ਵੱਜਦਾ ਵੀ ਕਿਤੇ ਸਾਡਾ ਤਾਂ ਨਹੀਂ ਯਾਰ ਨੁਕਸਾਨ ਕਰਿਆ ਅੱਜ ਇਹ ਕਿਉਂਕਿ ਉਸ ਰਾਹ ਹੀ ਸਾਡਾ ਜਾਣ ਆਉਣ ਹੁੰਦਾ ਉਹ ਐਂ ਹੁੰਦਾ ਵੀ ਨੁਕਸਾਨ ਤਾਂ ਉਹ ਕਰਕੇ ਹੀ ਆਇਆ ਕਿ ਤੂੰ ਕੁਛ ਨਾ ਕੁਛ ਖਾ ਕੇ ਹੀ ਆਇਆ ਨਾ ਜੀ 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 ਬਿਲਕੁਲ ਜੀ ਉਹ ਹਾਂ ਤੁਰਿਆ ਆਉਂਦਾ ਤਾਂ ਬਸ ਇਸ ਕਰਕੇ ਮਾੜਾ ਵੀ ਅੱਜ ਯਾਰ ਸਾਡੇ ਗਿਆ ਹੋਊਗਾ ਇਹ ਬਲ ਇਹ ਦੇਖੋ ਜੀ ਗੱਲਾਂ ਕਿੱਥੋਂ ਕਿੱਥੋਂ ਸ਼ੁਰੂ ਹੋਈਆਂ ਕਿੱਥੋਂ ਕਿੱਥੋਂ ਤੁਰੀਆਂ ਅਤੇ ਕਿੱਧਰ ਨੂੰ ਜਾ ਵੜੀਆਂ ਇਹ ਤੁਸੀਂ ਅੰਦਾਜ਼ਾ ਲਾਓ। ਇੱਕ ਚੀਜ਼ ਹੋਰ ਇੱਕ ਸਵਾਲ ਹੋਰ ਆ ਰਿਹਾ ਜੀ ਉਹ ਆ ਰਿਹਾ ਵਰਤਾਂ ਨਾਲ ਰਿਲੇਟਡ। ਕਈ ਵਾਰ ਇੱਦਾਂ ਹੁੰਦਾ ਜੀ ਵੀ ਇਸ ਦਿਨ ਦਾ ਆਹ ਵਰਤ ਰੱਖਣਾ ਅਤੇ ਇਹਦਾ ਕਰਕੇ ਆਹ ਵਰਤ ਰੱਖਣਾ ਆਹ ਨਹੀਂ ਖਾਣਾ ਅਤੇ ਇਸ ਦਿਨ ਆਹ ਨਹੀਂ ਖਾਣਾ ਬਹੁਤ ਸਾਰੇ ਦਰਸ਼ਕਾਂ ਸਵਾਲ ਹਾਂਜੀ 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 ਇਹਦੇ ਬਾਰੇ ਜ਼ਰੂਰ ਦੱਸੋ ਵੀ ਇਹ ਕੀ ਚੀਜ਼ ਸੀ। ਦੇਖੋ ਜੀ ਇੱਕ ਕਰਗੋਏ ਦਾ ਵਰਤ ਤਾਂ ਬਹੁਤ ਮਸ਼ਹੂਰ ਆ ਵੀ ਉਹ ਆਮ ਕਰਕੇ ਬੀਬੀਆਂ ਰੱਖਦੀਆਂ ਜੀ। ਚਲੋ ਵੱਖ ਵੱਖ ਧਰਮਾਂ 'ਚ ਕਿਵੇਂ ਕਿਵੇਂ ਰੱਖਿਆ ਜਾਂਦਾ ਉਹ ਵੱਖਰਾ ਢੰਗ ਤਰੀਕਾ ਜੀ। ਵਰਤ ਚੀਜ਼ ਬਹੁਤ ਵਧੀਆ ਸੀ ਕੋਈ ਰੌਲਾ ਨਹੀਂ। ਇਹਦੇ ਦੋ ਕਾਰਨ ਸੀ ਰੱਖਣ ਦੇ। ਇੱਕ ਕਾਰਨ ਤਾਂ ਇਹ ਸੀ ਵੀ 1965 ਤੱਕ 64-65 ਤੱਕ ਅਸੀਂ ਅਨਾਜ ਹੀ ਨਹੀਂ ਉਨਾ ਪੈਦਾ ਕਰ ਸਕੇ ਜਿੰਨੇ ਅਨਾਜ ਦੀ ਭਾਰਤ ਨੂੰ ਲੋੜ ਸੀ। ਸਾਡੇ ਅਨਾਜ 'ਤੇ ਨਿਰਭਰਤਾ ਉਦੋਂ ਜਾ ਕੇ ਬਣੀ ਹੈ। ਉਦੋਂ ਤੱਕ ਜੇ ਨਿਰਭਰਤਾ ਸਾਡੇ ਕੋਲ ਨਹੀਂ ਜਿਹੜੇ ਨਿਆਣੇ ਹੈ ਘਰ ਦੇ ਉਹ ਭੁੱਖ ਨਹੀਂ ਕੱਟ ਸਕਦੇ। ਵੱਡੇ ਬੰਦੇ ਭੁੱਖ ਕੱਟ ਸਕਦੇ। ਸਾਡੇ ਭੜੋਲੇ 'ਚ ਦਾਣੇ ਹੈਗੇ ਆ 10 ਕਿਲੋ ਉਹ 10 ਦਿਨਾਂ ਦੇ ਆ ਅਤੇ ਜੇ ਅਸੀਂ ਵਿੱਚੋਂ 2 ਦਿਨ ਛੱਡਤੇ ਤਾਂ 12 ਦਿਨਾਂ ਦੇ ਹੋ ਗਏ। 2 ਦਿਨ ਨਿਆਣੇ ਹੋਰ ਭੁੱਖੇ ਨਹੀਂ ਮਰਨਗੇ। ਇੱਕ ਤਾਂ ਵਰਤ ਇਹ ਸੀ। ਦੂਜਾ ਵਰਤ ਇਹ ਸੀ ਵੀ ਕਿਸੇ ਬੰਦੇ ਨੂੰ ਜਿਵੇਂ ਹੁਣ ਮੈਂ ਜੇ ਇੱਕ ਦਿਨ ਵਰਤ ਰੱਖਾਂ ਤਾਂ ਮੈਨੂੰ ਲਾਜ਼ਮੀ ਹੈ ਵੀ ਮੇਰਾ ਭਾਰ ਵੀ ਫਿੱਟ ਰਹੂਗਾ ਮੈਂ ਤੰਦਰੁਸਤ ਵੀ ਰਹੂੰਗਾ ਕਿਉਂਕਿ ਮੈਂ ਮੋਟਾ। ਇਸ ਪੱਖੋਂ ਵੀ ਵਰਤ ਰੱਖਿਆ ਜਾ ਸਕਦਾ। ਪਰ ਸਾਡੇ ਵਰਤ ਨਾ ਤਾਂ ਉਹ ਰੱਖਿਆ ਨਾ ਅਸੀਂ ਇਹ ਰੱਖਿਆ। ਹੁਣ ਜਿਹੜਾ ਅਰਬ 'ਚ ਰੱਖਿਆ ਜਾਂਦਾ ਖਾਸ ਕਰਕੇ ਮੁਸਲਮਾਨ ਭਾਈਚਾਰਾ ਰੱਖਦਾ ਉਹ 1 ਮਹੀਨਾ ਰੋਜ਼ੇ ਰੱਖਦਾ। ਹੁਣ 1 ਮਹੀਨੇ ਦੀ ਵਜ੍ਹਾ ਵੀ ਇਹ ਸੀ ਵੀ ਉੱਥੇ ਅਨਾਜ ਬਹੁਤ ਘੱਟ ਪੈਦਾ ਹੁੰਦਾ ਸੀ ਬਹੁਤ ਘੱਟ ਅਨਾਜ ਪੈਦਾ ਹੁੰਦਾ ਸੀ। ਉਹਨਾਂ ਦੇ ਉਸ ਅਨਾਜ ਘੱਟ ਪੈਦਾ ਹੋਣ ਤੋਂ ਜਿਹੜੀਆਂ ਉਹਨਾਂ ਦੀਆਂ ਦੂਜੇ ਦੇਸ਼ਾਂ 'ਤੇ ਚੜ੍ਹਾਈ ਦੀਆਂ ਗੱਲਾਂ ਉਹ ਵੀ ਉੱਥੇ ਜਾ ਕੇ ਜੁੜਦੀਆਂ ਹੈ ਵੀ ਭੁੱਖੇ ਮਰਨ ਨਾਲੋਂ ਦੂਜੇ ਤੋਂ ਖੋਇਆ ਚੰਗਾ ਖੋ ਲਿਆਓ ਕਿਉਂਕਿ ਸਾਰੇ ਇੱਥੋਂ ਤੁਰੇ ਹੈ ਸਾਨੂੰ ਵੀ ਲੁੱਟ ਕੇ ਲਿਜਾਂਦੇ ਰਹੇ। ਗੱਲਾਂ ਉਹ ਦਾਣੇ ਖੋਣ ਤੋਂ ਚੱਲੀਆਂ ਸੀ ਮਗਰ ਉਹ ਔਰਤਾਂ ਖੋਣ ਤੱਕ ਪੈਸੇ ਖੋਣ ਤੱਕ ਸਰਮਾਏ ਖੋਣ ਤੱਕ ਚੱਲੀਆਂ ਗਈਆਂ ਪਰ ਉਹ ਇਸ ਗੱਲੋਂ ਇੱਕ ਮਰਨ ਨਾਲੋਂ ਭੁੱਖੇ ਤੁਰ ਪੈਂਦੇ ਸੀ ਅਤੇ ਮਹੀਨੇ ਮਹੀਨੇ ਦਾ ਵਰਤ ਵੀ ਇਸ ਕਰਕੇ ਰੱਖਦੇ ਸੀ ਬਈ ਸਿਆਣੇ ਬੰਦੇ ਭੁੱਖ ਕੱਟ ਸਕਦੇ ਆ ਨਿਆਣੇ ਨਹੀਂ ਕੱਟ ਸਕਦੇ ਵੀ ਆਪਣੇ ਕੋਲ ਹੁਣ ਉਹ ਇਹ ਨਹੀਂ ਸੀ ਵੀ ਹੁੰਦਾ ਵੀ ਇਸ ਚੰਦ ਨੂੰ ਵੇਖ ਕੇ ਜਾਂ ਇਹ ਰੱਖਣਾ ਉਹ ਸੀਗਾ ਵੀ ਜਦੋਂ ਤੋੜਾ ਅਨਾਜ ਦਾ ਉਦੋਂ ਮਹੀਨਾ ਖਾਣ ਵਾਸਤੇ ਭਾਈ ਸਿਆਣਿਆਂ ਨੂੰ ਨਹੀਂ ਮਿਲਣਾ ਘੱਟ ਮਿਲੂਗਾ ਨਿਆਣਿਆਂ ਨੂੰ ਮਿਲੂਗਾ। ਇਸੇ ਤਰ੍ਹਾਂ ਸਾਡੇ ਹੁਣ ਸਾਡੇ ਕੀ ਹੈ ਵੀ ਵਰਤ ਰੱਖਣ ਵਾਲੇ ਦਿਨ ਬੀਬੀਆਂ ਪਤਾ ਕੀ ਕਰਦੀਆਂ ਤੜਕੇ ਸੁਬਹਾ ਸੂਰਜ ਨਿਕਲਣ ਤੋਂ ਪਹਿਲਾਂ ਭਰ ਲਓ ਇਹਨੂੰ ਜਿੰਨਾ ਭਰੀਦਾ ਉਧਰੋਂ ਸਾਰਾ ਦਿਨ ਕੁਛ ਭਾਵਾਂ ਪਾਣੀ ਵੀ ਨਹੀਂ ਪੀਤਾ ਅਤੇ ਸ਼ਾਮ ਨੂੰ ਮਾੜਾ ਜਿਹਾ ਚੰਦ ਵੇਖਿਆ ਨਹੀਂ ਤਾਂ ਫਿਰ ਭਰ ਲਓ ਨਾ ਤਾਂ ਇਹਦਾ ਫਾਇਦਾ ਹੋਇਆ ਨਾ ਅੰਨ ਦਾ ਹੋਇਆ ਕਿਸੇ ਚੀਜ਼ ਦਾ ਨਹੀਂ ਹੋਇਆ। ਇਹ ਗੱਲਾਂ ਮੇਰਾ ਖਿਆਲ ਆ ਜੀ ਕਿ ਜਿਸ ਤਰੀਕੇ ਨਾਲ ਸੁਰਜੀਤ ਜੀ ਨੇ ਆਪਾਂ ਨੂੰ ਦੱਸੀਆਂ ਅਜੇ ਤੱਕ ਕਦੀ ਕਿਸੇ ਨੇ ਖਾਣੇ ਨਹੀਂ ਪਾਈਆਂ ਹੋਣੀਆਂ ਪਰ ਜੇ ਅੱਜ ਵੀ ਨਾ ਪਾਈਆਂ ਤਾਂ ਫਿਰ ਮੈਨੂੰ ਲੱਗਦਾ ਕਿ ਔਖਾ ਸਵਾਲ ਅਜੇ ਵੀ ਜੇ ਤੁਹਾਡੇ ਜ਼ਿਹਨ 'ਚ ਹੋਵੇ ਮੈਂ ਕੋਸ਼ਿਸ਼ ਵੈਸੇ ਕਰ ਰਿਹਾ ਵੀ ਲਗਭਗ ਮੈਂ ਸਾਰੇ ਪੁੱਛ ਲਵਾਂ ਪਰ ਜੇ ਕੋਈ ਰਹਿ ਜਾਵੇ ਮੇਰੇ ਧਿਆਨ 'ਚ ਨਾ ਆਵੇ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਫੇਸਬੁੱਕ 'ਤੇ ਵੀ ਕਮੈਂਟ ਕਰ ਸਕਦੇ ਹੋ ਤੁਹਾਡੀ ਟੀ ਵੀ ਸਕਰੀਨ ਦੇ ਉੱਪਰ ਵੀ ਇਸ ਵਕਤ ਨੰਬਰ ਆ ਰਹੇ ਨੇ ਤੁਸੀਂ ਉਹਨਾਂ ਨੰਬਰਾਂ ਦੇ ਜ਼ਰੀਏ ਵੀ ਮੇਰੇ ਨਾਲ ਰਾਬਤਾ ਕਰ ਸਕਦੇ ਹੋ ਅਤੇ ਆਪਣਾ ਸਵਾਲ ਮੇਰੇ ਤੱਕ ਪਹੁੰਚਾ ਸਕਦੇ ਹੋ। ਇੱਕ ਚੀਜ਼ ਹੋਰ ਮੈਂ ਪੁੱਛਣੀ ਚਾਹੁੰਦਾ ਸੀਗਾ ਉਹ ਰਿਲੇਟਡ ਸੀਗੀ ਜੀ ਨਜ਼ਰ ਨਾਲ ਰਿਲੇਟਡ। ਆਮ ਆਪਾਂ ਕਹਿ ਦਿੰਦੇ ਵੀ ਫਲਾਣੇ ਨੂੰ ਨਜ਼ਰ ਲੱਗ ਗਈ ਜੀ ਢੀਂਗੜੇ ਦੀ ਨਜ਼ਰ ਬੜੀ ਮਾੜੀ। ਬਿਲਕੁਲ ਬਿਲਕੁਲ ਹਾਂਜੀ ਇਹਦੇ ਬਾਰੇ ਵੀ ਮੈਨੂੰ ਦੱਸੋ। ਨਜ਼ਰ ਦਾ ਪਿਛੋਕੜ ਬੜਾ ਤਕੜਾ ਅੱਛਾ ਦੂਜਿਆਂ ਵਾਂਗੂ ਬਹੁਤ ਤਕੜਾ ਪਿਛੋਕੜ ਹੈ ਜੀ। ਪਰ ਪਹਿਲਾਂ ਮੈਂ ਦੋ ਕੁ ਗੱਲਾਂ ਨਜ਼ਰ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਅੱਜ ਕੱਲ੍ਹ ਚੱਲਦੀਆਂ ਉਹ ਦੱਸ ਦਿਆਂ ਜੀ। ਸਾਡੇ ਸਕੂਲ 'ਚ ਬੱਚੇ ਆਉਂਦੇ ਆ ਬੱਚਿਆਂ ਦੇ ਜਦੋਂ ਮੈਂ ਵੇਖਦਾ ਨਾ ਕਿਉਂਕਿ ਮੈਨੂੰ ਇਹ ਉਹ ਜਿਹੜੀ ਪਾਰਖੂ ਅੱਖ ਹੁੰਦੀ ਕਹਿੰਦੇ ਵੀ ਉੱਥੇ ਵੇਖਦੀ ਹੁੰਦੀ ਹੈ ਅਤੇ ਉਹਨਾਂ ਦੇ ਕੰਝਾਂ 'ਤੇ ਟਿੱਕਾ ਲੱਗਾ ਹੁੰਦਾ ਵਿਚਾਰਿਆਂ ਦੇ ਇੱਥੇ ਜਾਂ ਕਾਲਾ ਟਿੱਕਾ ਲੱਗਾ ਹੁੰਦਾ ਜਾਂ ਕੰਨ ਦੇ ਮਗਰ ਲੱਗਾ ਹੁੰਦਾ ਮਾਂ ਲਾ ਦਿੰਦੀ ਹੈ ਮਾਂ ਲਾ ਦਿੰਦੀ ਹੈ ਵੀ ਨਜ਼ਰ ਨਾ ਲੱਗੇ ਉਹ ਹੁਣ ਟਿੱਕਾ ਜੇ ਜਦੋਂ ਮਾਂ ਨੂੰ ਸਵਾਲ ਕਰੀਦਾ ਉਸੇ ਬੱਚੇ ਦੀ ਮਾਂ ਨੂੰ ਪੁੱਛੀਦਾ
ਵੀ ਬੀਬਾ ਇਹ ਟਿੱਕਾ ਕਾਹਤੋਂ ਲੱਗਾ ਕਾਲਾ, ਉਹ ਆਉਂਦੀ ਜੀ ਕਾਲੇ ਨਾਲ ਨਜ਼ਰ ਨਹੀਂ ਲੱਗਦੀ। ਫਿਰ ਉਹਨੂੰ ਅਗਲਾ ਸਵਾਲ ਕਰੀਦਾ ਵੀ ਸਿਰ ਐਡਾ ਕਾਲਾ ਕੋਲੇ ਵੀ ਤੇਰੇ ਟਿੱਕੇ ਨਾਲ ਹਟੂਗੀ, ਫਿਰ ਸਿਰ ਨਾ ਕਾਹਤੋਂ ਨਾ ਹਟੂਗੀ, ਸਿਰ ਕਿੱਡਾ ਕਾਲਾ ਹੀ ਆ ਵੀ ਫਿਰ ਇਹਦੇ ਨਾਲ ਹਟ ਜਾਣੀ ਚਾਹੀਦੀ ਹੈ। ਉਹਦੇ ਕੋਲ ਕੋਈ ਜਵਾਬ ਨਹੀਂ ਕਿਉਂਕਿ ਉਹਨੂੰ ਪਤਾ ਨਹੀਂ ਵਿਚਾਰੀ ਨੂੰ ਵੀ ਅਸਲ 'ਚ ਕੀ ਸੀ। ਫਿਰ ਅਸੀਂ ਕੋਈ ਗੱਡੀ ਖਰੀਦਦੇ ਹਾਂ, ਉਹਦੇ ਜੁੱਤੀ ਬੰਨਦੇ ਆ ਮੂਹਰੇ ਜਾਂ ਜੁੱਤੀ ਦੀ ਸ਼ਕਲ ਬਣਾਉਂਦੇ। ਹੁਣ ਜਿਹੜੇ ਗੱਡੀ ਦੇ ਵਿੱਚ ਬੈਠੇ ਆ ਚਾਰਾਂ ਜਾਣੇ ਤੇ ਪੰਜਾਂ ਹੀ ਹੁੰਦੀਆਂ, ਫਿਰ ਉਹਦੇ ਨਾਲ ਹਟ ਜੂਗੀ ਜੇ ਜੁੱਤੀ ਨਹੀਂ ਹਟਣੀ ਆ, ਫਿਰ ਉਹ ਬੰਨੀ ਵੀ ਨਾ ਜ਼ਰੂਰ ਹਟੂ। ਠੀਕ ਹੈ, ਫਿਰ ਇਹਦੇ ਨਾਲ ਨਹੀਂ ਹਟਣੀ। ਅਸਲ 'ਚ ਕੀ ਆ ਵੀ ਉਹਦਾ ਕਾਰਨ ਨਹੀਂ ਪਤਾ। ਕਾਰਨ ਕੀ ਸੀ ਵੀ ਜਦੋਂ ਸਾਡੇ ਰਾਜ ਸਥਾਪਿਤ ਕਰ ਲਿਆ ਨਾ, ਮਤਲਬ ਮਹਿਮੂਦ ਗਜ਼ਨਵੀ ਹੋਣੀ ਪਹਿਲਾਂ ਤਾਂ ਹਮਲਾ ਕਰਕੇ ਮੁੜਦੇ ਰਹੇ, ਮਗਰੋਂ ਜਦੋਂ ਸਾਡੇ ਇਹਨਾਂ ਨੇ ਰਾਜ ਸਥਾਪਿਤ ਇੱਥੇ ਕਰ ਲਿਆ, ਇਹਨਾਂ ਨੂੰ ਬਹੁਤ ਵਿਆਹ ਦੀ ਪ੍ਰਥਾ ਚੱਲਦੀ ਸੀ। ਸਾਡੇ ਕੈਪਟਨ ਸਾਹਿਬ ਦੇ ਵੀ 350 ਦਾਦੀ ਹੈ ਤੇ ਮਤਲਬ ਬਹੁਤ ਵਿਆਹ ਦੀ ਪ੍ਰਥਾ ਚੱਲਦੀ ਸੀ। ਉਹ ਜਿਹੜੀ ਬਹੁਤ ਵਿਆਹ ਦੀ ਪ੍ਰਥਾ ਸੀ ਉਹਦੇ 'ਚ ਅਹਿਲਕਾਰ ਸੀ ਜਿਹੜੇ ਰਾਜੇ ਦੇ, ਉਹ ਵੀ ਕੁੜੀਆਂ ਨੂੰ ਚੁੱਕ ਕੇ ਲੈ ਜਾਂਦੇ ਸੀ। ਜਦੋਂ ਚੁੱਕ ਕੇ ਲੈ ਜਾਂਦੇ ਸੀ, ਤੀਆਂ ਵਰਗੀਆਂ ਜਾਂ ਹੋਰ ਰਸਮਾਂ ਚਲਾਈਆਂ ਸੀ ਉਹਨਾਂ ਨੇ ਜਿੱਥੇ ਕੁੜੀਆਂ ਜਾਂਦੀਆਂ ਸੀ, ਉਦੋਂ ਫਿਰ ਜਿਹੜੀਆਂ ਪੁਰਾਣੀਆਂ ਬੁੱਢੀਆਂ ਸਾਡੀਆਂ ਬੁੱਧੀਜੀਵੀ ਔਰਤਾਂ ਸੀ ਉਹਨਾਂ ਨੇ ਸੁਝਾਅ ਇੱਕ ਦੇਤਾ ਉਹਨਾਂ ਮਾਵਾਂ ਨੂੰ ਜਿਹਨਾਂ ਦੀਆਂ ਲੜਕੀਆਂ ਸੁਨੱਖੀਆਂ ਸੀ ਵੀ ਤੇਰੀ ਕੁੜੀ ਨੇ ਫਲਾਣੇ ਪ੍ਰੋਗਰਾਮ 'ਤੇ ਜਾਣਾ, ਉੱਥੇ ਤੂੰ ਇਹਦੇ ਮੂੰਹ 'ਤੇ ਕਾਲਾ ਕੁਛ ਕਰ ਦੀ ਜਾਂ ਇਹਦੇ ਵਾਲ ਖੋਲ੍ਹ ਕੇ ਗਲ 'ਚ ਪਾ ਦੀ ਜਾਂ ਇਹਦੇ ਨੱਕ ਦਾ ਗਾਂਦੇ ਦੇ ਮੂੰਹ 'ਤੇ ਲਾ ਦੀ ਤਾਂ ਕਿ ਕਿਸੇ ਰਾਜੇ ਦੀ ਨਜ਼ਰ ਤੇਰੀ ਕੁੜੀ ਨੂੰ ਨਾ ਲੱਗ ਜਾਏ। ਉਹ ਚੱਕ ਕੇ ਲੈ ਜੂਗੀ, ਚੱਕ ਕੇ ਲੈ ਜੂਗਾ। ਹਾਂ, ਬਈ ਨਜ਼ਰ ਤੋਂ ਬਚਾਉਣ ਵਾਸਤੇ, ਉਸ ਨਜ਼ਰ ਤੋਂ ਬਚਾਉਣ ਵਾਸਤੇ ਜਿਹੜੀ ਨਜ਼ਰ ਉਹਨੂੰ ਚੱਕਣ ਨੂੰ ਫਿਰਦੀ ਆ, ਉਸ ਨਜ਼ਰ ਤੋਂ ਬਚਾਉਣ ਵਾਸਤੇ ਉਹਦਾ ਭੱਦਾ ਭੱਦਾ ਕੀਤਾ ਜਾਂਦਾ। ਉਹ ਇਹਦੇ 'ਚ ਵੀ ਅਸੀਂ ਭੱਦਾ ਹੀ ਕਰਦੇ ਹਾਂ। ਉਹ ਅੱਛਾ ਪਿਆ ਉੱਥੇ, ਮਤਲਬ ਲਿੰਕ ਉਹਦਾ ਉਦਾਂ ਲਿੰਕ ਉੱਥੇ ਹੈ ਤੇ ਹੁਣ ਅਸੀਂ ਇਹਨੂੰ ਇਦਾਂ ਜੋੜ ਲਿਆ, ਹੁਣ ਅਸੀਂ ਇਦਾਂ ਜੋੜ ਲਿਆ। ਕੀ ਬਾਤ ਹੈ ਜੀ, ਮੇਰਾ ਖਿਆਲ ਇਹ ਮਾਈਆਂ ਅਜੇ ਤੱਕ ਵੀ ਅੱਛਾ ਨਜ਼ਰ ਲਾਉਣ ਲਈ ਵੀ ਕਰਦੇ ਹੁੰਦੇ ਆ। ਮਿੱਟੀ ਵਾਲ, ਮੇਰੀ ਮਾਤਾ ਆਮ ਕਹੀ ਰਹਿਣੇ ਫਲਾਣੇ ਦੇ ਹਾਂ ਬਾਹਰ ਦੇ ਉਹ ਮਿੱਟੀ ਵਾਲ ਦੇ ਜੀ ਜਾਂ ਮਿਰਚਾਂ ਵਾਲ, ਮਿਰਚਾਂ ਸੜਦੇ ਆ। ਹਾਂ ਜੀ ਹਾਂ ਜੀ ਹਾਂ ਜੀ, ਫਰਕ ਤਾਂ ਹੁਣ ਜੇ ਲੱਗੂਗੀ ਫਿਰ ਇਹ ਨਜ਼ਰ ਤਾਂ ਇੱਕ ਚੀਜ਼ ਕੀ ਹੈ ਨਜ਼ਰ ਬਈ ਸਾਡੇ ਜਿਹੜਾ ਬਾਹਰ ਤੁਸੀਂ ਹੁਣ ਮੈਨੂੰ ਦੱਸਦੇ ਆ ਤੁਹਾਡੀ ਸ਼ਕਲ ਆ ਜਿਹੜੀ ਉਹ ਮੇਰੇ ਅੰਦਰ ਮਤਲਬ ਇਸ ਇਹਦੇ 'ਚ ਬਣਦੀ ਹੈ, ਬਣਨ ਦੇ ਨਾਲ ਦਿਮਾਗ ਦੇਖਦਾ ਵੀ ਸਾਹਮਣੇ ਸੰਧਾ ਵਾਲਿਆ ਸਾਹਿਬ ਬੈਠੇ ਆ ਤੇ ਇਹਦੇ ਵਿੱਚੋਂ ਇਹੋ ਜਿਹੀ ਚੀਜ਼ ਤਾਂ ਕੋਈ ਨਹੀਂ ਨਿਕਲਦੀ ਜਿਹੜੀ ਤੁਹਾਡੇ ਵੱਜਦੀ ਆ ਕੇ, ਇਹੋ ਜਿਹੀ ਚੀਜ਼ ਤਾਂ ਕੋਈ ਨਿਕਲਦੀ ਨਹੀਂ। ਬਿਲਕੁਲ ਜੀ, ਮੈਂ ਦੱਸਦਾ ਜੀ ਕਿ ਦਰਸ਼ਕ ਹੋਰ ਵੀ ਸਾਡੇ ਕੋਲ ਬਹੁਤ ਸਾਰੇ ਸਵਾਲ ਪੁੱਛ ਰਹੇ ਨੇ ਜਿਹਦੇ ਨਾਲ ਰਿਲੇਟਡ, ਗੰਢ ਮੂਲਾਂ ਦੀ ਗੱਲ ਹੋਈ ਆ, ਇਸ ਤੋਂ ਇਲਾਵਾ ਗੰਢ ਮੂਲ ਉਹਦਾ ਹੀ ਦੱਸਾਂਗੇ ਉਹ ਅਗਲੇ 'ਚ ਆ ਜਾਊਗਾ ਜੀ। ਬੇਸਿਕਲੀ ਮੈਂ ਦੱਸ ਦਿਆਂ ਜੋਤਿਸ਼ ਆ ਜਾਊਗਾ, ਜੋਤਿਸ਼ ਨਾਲ ਰਿਲੇਟਡ ਪ੍ਰਸ਼ਨ ਆ ਉਹਦੇ 'ਚ ਆ ਜਾਣਗੇ ਸਾਰੇ, ਕਰ ਦਿਆਂਗੇ ਆਪਾਂ। ਮੈਂ ਦੱਸ ਦਿਆਂ ਜੀ ਕਿ ਸੁਰਜੀਤ ਦੌਧਰ ਜੀ ਆਪਣੇ ਕੋਲ ਆਏ ਨੇ, ਪਰ ਇਹਨਾਂ ਕੋਲ ਇੰਨੀ ਕੁ ਜਾਣਕਾਰੀ, ਇੰਨਾ ਕੁ ਖਜ਼ਾਨਾ ਹੈ ਕਿ ਮੈਂ ਇੱਕ ਪ੍ਰਾਈਮ ਫੋਕਸ ਪ੍ਰੋਗਰਾਮ ਦੇ ਵਿੱਚ ਨਹੀਂ ਕਰ ਪਾਵਾਂਗਾ। ਆਪਾਂ ਇਹਨਾਂ ਨੂੰ ਦੁਬਾਰਾ ਥੋੜ੍ਹੇ ਦਿਨਾਂ ਤੱਕ ਫਿਰ ਤਕਲੀਫ ਦੇ ਦਿਆਂਗੇ। ਜੋਤਿਸ਼ ਨਾਲ ਰਿਲੇਟਡ ਜਿੰਨੇ ਵੀ ਸਵਾਲ ਨੇ ਤੁਹਾਡੇ, ਆ ਗੰਢ ਮੂਲ ਕੀ ਆ, ਪੈਂਚਕਾਂ ਕੀ ਆ, ਆਪਾਂ ਜਿਹੜੀ ਉਹ ਬਣਾਉਂਦੇ ਹਾਂ ਜੀ, ਫਲਾਣੇ ਦਾ ਕੀਤਾ ਕਰਾਇਆ ਜੀ, ਢੀਂਡੇ ਦਾ ਸੰਧੂਰ ਮਲਤਾ ਜੀ, ਇਹ ਉਹ ਟਾਈਪ ਹੋ ਗਿਆ, ਉਹਨਾਂ ਚੀਜ਼ਾਂ ਨਾਲ ਰਿਲੇਟਡ ਇੱਕ ਵਾਸਤੂ ਸ਼ਾਸਤਰ ਨਾਲ ਰਿਲੇਟਡ ਵੀ ਚੀਜ਼ ਸਵਾਲ ਪੁੱਛੇ ਜਾ ਰਹੇ ਥਾਵਾਂ ਦੇ ਉੱਪਰ ਹੈ। ਤਾਂ ਵੈਸੇ ਉਹਦੇ ਨਾਲ ਹੀ ਸੰਬੰਧ ਜੋਤਿਸ਼ ਨਾਲ ਜੇ ਅੱਜ ਆਖੋ ਅੱਜ ਦੱਸ ਦਿੰਦੇ, ਪਰ ਜੋਤਿਸ਼ ਵਾਲੇ ਦਿਨ ਹੀ ਵਾਸਤੂ ਸ਼ਾਸਤਰ ਵੀ ਲੈ ਲਈਏ ਤਾਂ ਚੰਗੀ ਗੱਲ ਹੈ, ਕਿਉਂਕਿ ਵਾਸਤੂ ਸ਼ਾਸਤਰ ਉਹਦੇ ਨਾਲ ਸੰਬੰਧਿਤ ਹੀ ਹੈ, ਹੱਥ ਰੇਖਾ ਉਹਦੇ ਨਾਲ ਸੰਬੰਧਿਤ ਹੈ। ਇਹ ਸਾਰੀਆਂ ਆਪਾਂ ਉਸ ਦਿਨ ਕਰ ਲਾਂਗੇ, ਬੇਫਿਕਰ ਹੋ ਜਾਓ ਤੁਸੀਂ। ਆਖੋ ਮੈਂ ਹੁਣ ਵੀ ਦੱਸ ਦਿੰਦਾ ਮੈਨੂੰ, ਕਿਉਂਕਿ ਮੇਰੇ ਤਾਂ ਉਹ ਯਾਦ ਹੀ ਹੈ, ਪਰ ਅਸਲ 'ਚ ਇਹ ਆ ਵੀ ਮੇਰੀ ਨਿਗਾਹ 'ਚ ਜੇ ਉਹ ਰਲਦੇ ਮਿਲਦੇ ਪ੍ਰੋਗਰਾਮ 'ਚ ਰੱਖੀਏ ਤਾਂ ਚੰਗੀ ਗੱਲ ਹੈ। ਹਾਂ, ਇਹ ਪਹਿਲੇ ਜ਼ਮਾਨੇ 'ਚ ਕਹਿੰਦੇ ਦੁੱਧ ਹਾਰੇ 'ਚ ਖੁੱਲ੍ਹਾ ਹੁੰਦਾ ਸੀ, ਜਦੋਂ ਲੋਕ ਘਰ ਤੋਂ ਬਾਹਰ ਨਿਕਲਦੇ ਸੀ ਤਾਂ ਘਰ ਬਾਹਰ ਤੁਰੀ ਜਾਂਦੀ ਬਿੱਲੀ ਦੇਖਦੇ ਸੀ, ਤਾਂ ਬੀਬੀਆਂ ਆਪਣਾ ਦੁੱਧ ਦੇਖਣ ਲਈ ਬਿੱਲੀ ਫਿਰਦੀ ਅੱਗ ਦੇ ਡੁੱਲ ਨਾ ਜਾਵੇ, ਇਹ ਵੀ ਕਾਰਨ ਜੁੜਦਾ ਭੁੱਲਰ ਜੀ ਦਾ ਆਪਾਂ ਨੂੰ। ਹਾਂ ਠੀਕ ਹੈ, ਵੀ ਬਿਲਕੁਲ ਬਿਲਕੁਲ ਠੀਕ ਹੈ, ਕਾਰਨ ਹੋ ਸਕਦਾ। ਹਾਂ ਹੋ ਸਕਦਾ ਹੋ ਸਕਦਾ ਹੋ ਸਕਦਾ ਹੋ ਸਕਦਾ, ਦੇਖੋ ਜੀ ਗੱਲ ਚੱਲੀ ਹੈ, ਆਪਾਂ ਸਾਰੇ ਇਕੱਠੇ ਬੈਠ ਗਏ, ਦੇਖੋ ਇਹ ਵੀ ਇੱਕ ਉਹਨਾਂ ਨੇ ਐਂਗਲ ਦਿੱਤਾ ਹੈ ਕਿ ਵੀ ਉਦੋਂ ਦੁੱਧ ਹੁੰਦਾ ਸੀ ਖੁੱਲਾ। ਇਹ ਇੱਕ ਸੰਧਾ ਵਾਲਗਾ ਸਾਹਿਬ ਤੁਹਾਨੂੰ ਰੂਸੀ ਕਹਾਵਤ ਸੁਣਾ ਦਿਆਂ, ਇੱਕ ਰੂਸੀ ਕਹਾਵਤ ਹੈ ਵੀ ਇੱਕ ਸੇਬ ਤੁਹਾਡੇ ਕੋਲੇ, ਇੱਕ ਮੇਰੇ ਕੋਲੇ ਹੈ, ਜੇਕਰ ਆਪਾਂ ਬਟਾ ਲਈਏ ਆਪਣੇ ਕੋਲੇ ਇੱਕ ਇੱਕ ਹੀ ਰਹਿਣਾ ਹੈ ਜੀ। ਇੱਕ ਵਿਚਾਰ ਤੁਹਾਡੇ ਕੋਲੇ, ਇੱਕ ਵਿਚਾਰ ਮੇਰੇ ਕੋਲੇ, ਜੇ ਵਟਾ ਲਈਏ ਤਾਂ ਦੋ ਦੋ ਬਣ ਜਾਂਦੇ ਆ, ਤੇ ਆਪਣੇ ਤਾਂ ਸਰੋਤਿਆਂ ਕੋਲੇ ਕਿੰਨੇ ਵਿਚਾਰ ਆ ਉਹ ਅੱਜ ਆਪਾਂ ਸਾਰੇ ਇਕੱਠੇ ਕਰ ਲੈਣੇ ਆ। ਹਾਂ ਬਿਲਕੁਲ ਸਹੀ ਗੱਲ ਹੈ, ਕਿਆ ਬਾਤ ਹੈ। ਇੱਕ ਅੱਖ ਫਰਕਣ ਦਾ ਵਹਿਮ ਆ ਜੀ, ਹਰਜੋਤ ਭੰਗੂ ਜੀ ਪੁੱਛ ਰਹੇ ਵੀ ਖੱਬੀ ਤੇ ਸੱਜੀ ਅੱਖ ਫਰਕਣ ਦਾ, ਕਹਿੰਦੇ ਅਲੱਗ ਅਲੱਗ ਵਹਿਮ। ਦੇਖੋ ਜੀ, ਅੰਗ ਸਾਰੇ ਫਰਕਦੇ ਆ, ਕਈ ਵਾਰੀ ਤੁਹਾਡਾ ਮੋਢਾ ਵੀ ਫਰਕਦਾ ਹੋਊਗਾ, ਕਈ ਵਾਰੀ ਤੁਹਾਡਾ ਆਹ ਥਾਂ ਵੀ ਫਰਕਣ ਲੱਗ ਜਾਂਦਾ, ਕਈ ਵਾਰੀ ਅੱਖ ਵੀ ਫਰਕਣ ਲੱਗ ਜਾਂਦੀ ਹੈ। ਉਹ ਅਸਲ 'ਚ ਹੈ ਬਈ ਕਿਸੇ ਮਸਲ ਦੇ ਵਿਗਾੜ ਕਰਕੇ
ਉਹ ਚੀਜ਼ ਫਰਕਦੀ ਹੈ। ਹੁਣ ਉਹ ਮਸਲ ਦਾ ਵਿਗਾੜ ਜਿੱਥੇ ਨਰਮ ਆ ਥੋੜ੍ਹਾ ਜਿਹਾ ਉੱਥੇ ਜ਼ਿਆਦਾ ਅਨੁਭਵ ਹੁੰਦਾ ਅਤੇ ਜਿੱਥੇ ਥੋੜ੍ਹਾ ਜਿਹਾ ਕਰੜਾ ਅੰਗ ਆ ਸਾਡਾ ਉੱਥੇ ਘੱਟ ਅਨੁਭਵ ਹੁੰਦਾ। ਕਈ ਵਾਰੀ ਤੁਸੀਂ ਦੇਖੋਗੇ ਬਾਂਹ ਅਤੇ ਡੌਲਾ ਇਹ ਮੁੱਢ ਇਹ ਵੀ ਫਰਕਦੇ ਹੈ, ਮਤਲਬ ਫਰਕਣ ਦੀ ਕੋਈ ਸਰੀਰਕ ਕੋਈ ਨਾ ਕੋਈ ਵਜ੍ਹਾ ਤਾਂ ਹੈ, ਪਰ ਉਹਦੀ ਜੇ ਆਪਾਂ ਆਖੀਏ ਵੀ ਕਿਸੇ ਵਹਿਮ ਨਾਲ ਜੁੜੀ ਹੈ ਵਜ੍ਹਾ ਜਾਂ ਕਿਸੇ ਕਿਤੇ ਕਿਰਾਏ ਨਾਲ ਜੁੜੀ ਹੈ ਜਾਂ ਕਿਸੇ ਹੋਰ ਹੋਰ ਸ਼ੰਕਾ ਨਾਲ ਜੁੜੀ ਹੈ, ਉਹੋ ਜਿਹੀ ਕੋਈ ਨਹੀਂ ਹੈ ਇਹਦੇ ਨਾਲ। ਸੋ ਇੱਦਾਂ ਦਾ ਕੁਛ ਨਹੀਂ ਹੈ। ਹਾਂਜੀ, ਇੱਕ ਜੰਮਣ ਤੋਂ ਲੈ ਕੇ ਜੀ ਬਹੁਤ ਸਾਰੀਆਂ ਰਸਮਾਂ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਹਾਂਜੀ ਹਾਂਜੀ, ਸ਼ਰੀਮ ਬੰਨ ਦੇਣਾ ਚਾਹੀਦਾ। ਹਾਂਜੀ ਹਾਂਜੀ, ਅਤੇ ਇਹ ਇਹ ਜਿਹੜੀਆਂ ਰਸਮਾਂ ਨੇ ਜਿਹੜੇ ਵਹਿਮ ਭਰਮ ਨੇ ਇਹ ਕਿੱਥੋਂ ਤੁਰੇ ਨੇ, ਇਹਨਾਂ ਦਾ ਪਿਛੋਕੜ? ਦੇਖੋ ਜੀ, ਸ਼ਰੀਮ ਬੰਨਣ ਦੀ ਆਪਾਂ ਜੇ ਪਹਿਲਾਂ ਦੇਖੀਏ ਤਾਂ ਜਦੋਂ ਜੰਗਲਾਂ 'ਚ ਅਸੀਂ ਰਹਿੰਦੇ ਸੀ, ਗੁਫਾਵਾਂ 'ਚ ਰਹਿੰਦੇ ਸੀ ਜਾਂ ਜੰਗਲਾਂ 'ਚ ਰਹਿੰਦੇ ਸੀ, ਕੋਈ ਸਾਡਾ ਪੱਕਾ ਮਕਾਨ ਅੱਜ ਕੱਲ੍ਹ ਵਾਲਾ ਹੈ ਨਹੀਂ ਸੀ ਵੀ ਡਬਲ ਜਾਲੀ ਲੱਗੀ ਹੋਈ ਹੈ, ਬਿਲਕੁਲ ਉਦੋਂ ਮਤਲਬ ਜਦੋਂ ਔਰਤ ਬੱਚਾ ਜੰਮਦੀ ਸੀ ਤਾਂ ਇੱਕ ਇਹੋ ਜਿਹੀ ਸਮੈਲ ਉਹਦੇ 'ਚੋਂ ਪੈਦਾ ਹੁੰਦੀ ਸੀ ਜਿਹੜੀ ਜੰਗਲੀ ਜਾਨਵਰਾਂ ਨੂੰ ਅਟਰੈਕਟ ਕਰਦੀ ਸੀ, ਖਿੱਚਦੀ ਸੀ ਆਪਦੇ ਵੱਲ ਨੂੰ, ਕਿਉਂਕਿ ਲਾਜ਼ਮੀ ਹੈ ਵੀ ਉੱਥੇ ਖੂਨ ਵੀ ਨਿਕਲਿਆ ਹੋਰ ਸਾਰਾ ਕੁਛ, ਉਹਦੀ ਸਮੈਲ ਵੀ ਹੈ। ਉਹਨਾਂ ਜਾਨਵਰਾਂ ਤੋਂ ਬਚਾਉਣ ਵਾਸਤੇ ਉਹਦੇ ਪਾਸੇ ਐਸੇ ਕੰਡੇਦਾਰ ਝਾੜੀਆਂ ਅਤੇ ਹੋਰ ਕੱਟ ਕੇ ਪਹਿਲਾਂ ਸੁੱਟ ਦਿੱਤੇ ਜਾਂਦੇ ਸੀ। ਅੱਛਾ ਜੀ। ਵੀ ਤਾਂ ਕਿ ਰਾਤ ਨੂੰ, ਕਿਉਂਕਿ ਨੀਂਦ ਵੀ ਆਉਣੀ ਆ ਅਕਸਰ ਰਾਤ, ਉਹਨੂੰ ਉਹਨੂੰ ਮਤਲਬ ਇੱਕ ਸੁਰੱਖਿਆ ਵਜੋਂ ਪਾਸੇ ਉਹਦੇ ਹਰੇ ਵਾਈ ਖਿਲਾਰ ਦਿੱਤੀ ਜਾਂਦੀ ਸੀ ਉੱਚੀ ਕਰਕੇ ਵੀ ਉਹ ਵਿੱਚ ਬੈਠੀ ਦਿਸੇ ਹੀ ਨਾ, ਕਿਉਂਕਿ ਜਿਹੜਾ ਜਾਨਵਰ ਹੈ ਉਹ ਹਰੇ ਬਾਈ ਜੰਗਲ ਦੇ ਵਿੱਚ ਉਹਨੇ ਰਸਤਾ ਭਾਲਣਾ ਵੀ ਕਿਹੜੇ ਪਾਸੇ ਦੀ ਲੰਘਣ ਨੂੰ ਰਾਹ, ਰਸਤਾ ਕੋਈ ਛੱਡਣਾ ਹੀ ਨਹੀਂ ਉਹਨੂੰ ਚਾਰ ਚਪੇਰੋਂ। ਉੱਥੋਂ ਘੱਟਦੀ 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 ਘੱਸਦੀ ਘੱਸਦੀ ਸਿਰੀਆਂ 'ਤੇ ਆ ਗਈ। ਅੱਛਾ ਜੀ। ਹੈ ਉਹ ਸੀ ਅਸਲ ਉਹਦੀ ਉਹਦੀ ਰਾਖੀ ਵਾਸਤੇ ਸੀ। ਉਹ ਅੱਛਾ ਜੀ, ਅੱਛਾ। ਪਾਸੇ ਸਿੱਟਿਆ ਜਾਂਦਾ ਸੀ ਪਾਸੇ, ਜਿਹੜਾ ਸਰੀਂ ਬੰਨਦੇ ਨੇ ਉਹਦਾ ਜਿਹੜਾ ਜਾ ਕੇ ਜੁੜਦਾ ਇਤਿਹਾਸ ਉੱਥੇ ਜੁੜਦਾ। ਹੁਣ ਤਾਂ ਅਸੀਂ ਇਕੱਲੇ ਮੁੰਡੇ ਨਾਲ ਜੋੜਤਾ, ਮੁੰਡੇ ਵੇਲੇ ਬੰਨ ਦਿੰਦੇ ਆ, ਵੈਸੇ ਇਹ ਬੱਚਾ ਜੰਮਣ ਵੇਲੇ ਸਾਰਿਆਂ ਬੱਚਿਆਂ ਜੰਮਣ ਵੇਲੇ ਇਸ ਤਰ੍ਹਾਂ ਦਾ ਉਹ ਜਿਹੜਾ ਜੰਗਲੀ ਪ੍ਰਬੰਧ ਸੀ ਜੀ ਜੀ ਉਹ ਕੀਤਾ ਜਾਂਦਾ ਸੀ ਜੀ ਜੀ ਜੀ। ਹਾਂਜੀ, ਇੱਕ ਮੰਗਲੀਕ ਦਾ ਵੀ ਪੁੱਛਿਆ ਰਿਹਾ, ਮੈਂ ਦੱਸਦਾ ਜੀ ਵਾਰ ਵਾਰ ਇਹ ਮੰਗਲੀਕ ਜਾਂ ਇਹ ਬਹੁਤ ਸਾਰੀਆਂ ਚੀਜ਼ਾਂ ਜੋਤਿਸ਼ ਨਾਲ ਸੰਬੰਧਿਤ ਨੇ, ਆਪਾਂ ਉਹਦੇ 'ਤੇ ਅਗਲੀ ਵਾਰ ਪ੍ਰੋਗਰਾਮ, ਕਿਉਂਕਿ ਮੈਂ ਅਸਲ ਜੋਤਿਸ਼ ਦੇ ਸੈਮੀਨਾਰ ਕਰਦਾ ਰਹਿੰਦਾ, ਇਹ ਸਾਥੀ ਸਾਰਿਆਂ ਨੇ ਸੈਮੀਨਾਰ ਹੋ ਸਕਦਾ ਸੁਣੇ ਵੀ ਹੋਣ ਅਤੇ ਇਹਨਾਂ ਨੂੰ, ਕਿਉਂਕਿ ਆਪਾਂ ਜੋਤਿਸ਼ ਬਾਰੇ ਥੋੜ੍ਹਾ ਜਿਹਾ ਪਹਿਲਾਂ ਜ਼ਿਕਰ ਵੀ ਤੁਸੀਂ ਕਰਤਾ ਅਤੇ ਮੈਂ ਸਾਰੇ ਸਰੋਤਿਆਂ ਨੂੰ ਸਾਥੀਆਂ ਨੂੰ ਫਿਰ ਇੱਕ ਵਾਰੀ ਬੇਨਤੀ ਕਰਦੇ ਹਾਂ ਵੀ ਮੈਂ ਇਹ ਜੋਤਿਸ਼ ਦਾ ਵਿਸ਼ਾ ਅੱਜ ਤਾਂ ਨਹੀਂ ਰੱਖਿਆ ਵਿੱਚ, ਕਿਉਂਕਿ ਉਹ ਇਕੱਲਾ ਹੀ ਘੰਟੇ ਦੀ ਮੰਗ ਕਰਦਾ ਸੀ, ਇਸ ਕਰਕੇ ਆਪਾਂ ਉਹ ਵਿਸ਼ਾ ਰੱਖਾਂਗੇ ਉਹਦੇ 'ਚ ਜਿੰਨੇ ਵੀ ਪ੍ਰਸ਼ਨ ਤੁਹਾਡੇ ਹੋਏ। ਆਪਾਂ ਅੱਜ ਹੀ ਚੈਲੰਜ ਕਰ ਦਿੰਦੇ ਹਾਂ ਜੋਤਸ਼ੀਆਂ ਨੂੰ ਵੀ, ਬਈ ਜੋਤਸ਼ੀ ਵੀ ਜਿਹੜੇ ਦਿਨ ਅਸੀਂ ਪ੍ਰੋਗਰਾਮ ਕਰਨਾ ਉਸ ਦਿਨ ਜਿਹੜਾ ਮਰਜ਼ੀ ਲਾਈਨ 'ਤੇ ਆ ਕੇ ਕੋਈ ਪੁੱਛ ਲਏ, ਆਪਾਂ ਜੋਤਸ਼ੀਆਂ ਨੂੰ ਵੀ ਚੈਲੰਜ ਕਰਦੇ ਹਾਂ, ਕਿਉਂਕਿ ਸਾਡੇ ਕੋਲ ਤਾਂ ਖਾਲੀ ਕੁਰਸੀਆਂ ਰਹਿੰਦੀਆਂ, ਆਉਂਦਾ ਨਹੀਂ ਕੋਈ ਇਹ ਜ਼ਿੰਮੇਵਾਰੀ ਚੈਲੰਜ ਕੀਤਾ, ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ ਵੀ ਆ ਜਾਓ ਭਾਈ ਤੁਹਾਡੇ ਨਾਂ ਦੀ ਸੁਰੱਖਿਅਤ ਕੁਰਸੀ ਵੀ ਹੋਊਗੀ, ਤੁਹਾਨੂੰ ਅਸੀਂ ਸਤਿਕਾਰ ਦੇ ਨਾਲ, ਸਾਡੇ ਇਹ ਨਹੀਂਗਾ ਬਈ ਜੇ ਕੋਈ ਵਿਰੋਧੀ ਧਿਰ ਵਾਲਾ ਆ ਗਿਆ ਜਾਂ ਵਿਰੋਧੀ ਪ੍ਰਸ਼ਨ ਪੁੱਛਣ ਵਾਲਾ ਆ ਗਿਆ ਵੀ ਉਹਦੇ ਨਾਲ ਕੋਈ ਲੜਾਈ ਝਗੜਾ ਕਰਾਂਗੇ, ਲੜਾਈ ਝਗੜਾ ਨਹੀਂ, ਅਸੀਂ ਸੰਵਾਦ ਕਰਦੇ ਹਾਂ, ਸੰਵਾਦ ਹੀ ਕਰਾਂਗੇ, ਜਦੋਂ ਮਰਜ਼ੀ ਆਓ। ਅਤੇ ਜੋਤਸ਼ੀਆਂ ਨੂੰ ਵੀ ਸਾਰਿਆਂ ਨੂੰ ਚੈਲੰਜ ਹੈ ਵੀ ਤੁਸੀਂ ਉਸ ਦਿਨ ਜਿਹੜੇ ਦਿਨ ਸੰਧਾ ਵਾਲੀਆ ਸਾਹਿਬ ਨੇ ਪ੍ਰੋਗਰਾਮ ਰੱਖਿਆ ਅਤੇ ਤੁਸੀਂ ਉਸ ਦਿਨ ਭਾਈ ਆਪਣਾ ਵੀ ਤੁਸੀਂ ਪ੍ਰਸ਼ਨ ਕੋਈ ਪੁੱਛਣਾ ਤਾਂ ਪੁੱਛ ਲਿਓ, ਕੋਈ ਡਿੱਕਾ ਨਹੀਂਗਾ ਕਿਸੇ ਫਸਲ 'ਤੇ। ਹਾਂਜੀ, ਸੋ ਇਹ ਵੀ ਗੱਲ ਮੇਰਾ ਖਿਆਲ ਤੁਹਾਡੇ ਤੱਕ ਪਹੁੰਚ ਗਈ। ਇੱਕ ਚੀਜ਼ ਬੱਚੇ ਦੇ ਤੈਰਾਕੀ ਕਿਉਂ ਮੰਨੀ ਜਾਂਦੀ ਹੈ ਹਰਪਿੰਦਰ ਜੀ, ਆਪਾਂ ਨੂੰ ਪੁੱਛ ਰਹੇ? ਹਾਂਜੀ, ਤੈਰਾਕੀ ਅਸਲ 'ਚ ਇਹ ਹੈ ਵੀ ਬੱਚੇ ਦਾ ਅੱਜ ਕੱਲ੍ਹ ਤਾਂ ਆਪਾਂ ਤੱਕੜੀ 'ਚ ਰੱਖ ਲੈਂਦੇ ਹਾਂ ਜਾ ਕੇ ਮਹੀਨੇ ਬਾਅਦ, ਦਸਾਂ ਦਿਨਾਂ ਬਾਅਦ ਵੀ ਕਿੰਨਾ ਭਾਰ ਵੱਧ ਗਿਆ, ਸਾਡੇ ਕੋਲ ਹੁਣ ਸਾਧਨ ਹੈਗੇ ਉਹੋ ਜਿਹੇ। ਉਦੋਂ ਉਹਨਾਂ ਦਾ ਸਾਧਨ ਤਾਂ ਵਿਚਾਰਿਆਂ ਦਾ ਇਹੀ ਸੀ ਵੀ ਉਹਦੇ ਤੈਰਾਕੀ ਬੰਨਦੇ ਵੀ ਮੋਟਾ ਹੁੰਦਾ ਵੀ ਹੈ ਕਿ ਨਹੀਂ ਹੁੰਦਾ। ਅੱਛਾ ਜੀ, ਅੱਛਾ। ਉਹਦੀ ਤੰਦਰੁਸਤੀ ਨਾਲ ਜੁੜਿਆ ਹੋਇਆ ਸੀ ਵੀ ਪਤਾ ਲੱਗੀ ਜਾਊਗਾ ਵੀ ਮੋਟਾ ਵੀ ਹੋ ਰਿਹਾ ਕਿ ਨਹੀਂ ਇਹ, ਕਿਉਂਕਿ ਰੋਜ਼ ਜਿਹੜਾ ਬੱਚਾ ਸਾਡੇ ਕੋਲ ਰਹਿੰਦਾ ਉਹਦਾ ਪਤਾ ਨਹੀਂ ਲੱਗਦਾ ਵੀ ਮੋਟਾ ਹੋ ਰਿਹਾ। ਤੈਰਾਕੀ ਸਾਨੂੰ ਦੱਸ ਦਿੰਦੀ ਹੈ ਮਹੀਨੇ ਬਾਅਦ, ਦਸਾਂ ਦਿਨਾਂ ਬਾਅਦ, ਵੀਹਾਂ ਦਿਨਾਂ ਬਾਅਦ ਵੀ ਭਾਈ ਇਹ ਤੈਰਾਕੀ ਭੀੜੀ ਹੋ ਗਈ ਅਤੇ ਇਹਦਾ ਮਤਲਬ ਜਵਾਕ ਮੋਟਾ ਹੋ ਗਿਆ, ਖੁਰਾਕ ਠੀਕ ਆ। ਅਸਲ ਚ ਇਹ ਸੀਗਾ ਵੀ ਵਿਆਹ ਬਰਾਤ ਰਹਿੰਦੀ ਸੀ ਸੰਧਾ ਵਾਲੀਆ ਸਾਹਿਬ 7 ਦਿਨ 6 ਦਿਨ ਪੁਰਾਣੇ ਤੇ ਹਾੜ ਦੇ ਹੁੰਦੇ ਸੀ ਵਿਆਹ, ਬਹੁਤੇ ਵਿਆਹ ਹਾੜ ਦੇ ਹੁੰਦੇ, ਹਾੜ ਦੇ ਵਿਆਹ ਹੋਣ ਦਾ ਵੀ ਕਾਰਨ ਸੀ ਕਿਉਂਕਿ ਵਿਸਾਖ ਦੇ ਵਿੱਚ ਕਣਕ ਆਉਂਦੀ ਸੀ, ਇੱਕੋ ਹੀ ਫਸਲ ਹੁੰਦੀ ਸੀ, ਸਾਉਣੀ ਦੀ ਫਸਲ ਬਹੁਤ ਘੱਟ ਹੁੰਦੀ ਸੀ, ਹਾੜ 'ਚ 4 ਪੈਸੇ ਵੱਟੇ ਕਣਕ ਦੇ ਵਿਸਾਖ 'ਚ, ਅਤੇ ਜੇਠ ਤੱਕ ਉਹ ਨਿਬੜਦਾ ਸੀ, ਫਲਿਆਂ ਫੁਲਿਆਂ ਨਾਲ ਪਾ ਕੇ ਮਸਾਂ ਕੱਢਦੇ ਸੀ, 4 ਪੈਸੇ ਆਏ ਅਗਲਾ ਦਾ ਸੀ ਹਾੜ 'ਚ ਵਿਆਹ ਕਰ ਲਓ ਯਾਰ, ਹਾੜ 'ਚ 4 ਪੈਸੇ ਫਿਰ ਵਰਤ ਜਾਣਗੇ, ਹਾੜ ਦੇ ਹੁੰਦੇ ਸੀ ਬਹੁਤੇ ਵਿਆਹ। ਅਤੇ ਹਾੜ 'ਚ ਜੰਡ ਨੂੰ ਤਾਂ ਅਸੀਂ ਪਹਿਲਾਂ ਹੀ ਕਹਿ ਮਸਾਂ ਬਚਾਉਂਦੇ ਸੀ, ਅਤੇ ਦਰਖਤ ਬੜੇ ਘੱਟ ਹੁੰਦੇ ਸੀ, ਅਤੇ ਧੁੱਪੇ ਧਾਪੇ ਰਾਸ ਖੜੇ ਰਹਿੰਦੇ ਸੀ, ਰਥਾਂ ਦੇ ਪਹੀਏ ਹੁੰਦੇ ਸੀ ਲੱਕੜ ਦੇ, ਜਿਹੜੇ ਦਿਨ 7ਵੇਂ ਦਿਨ ਬਰਾਤ ਨੇ ਤੁਰਨਾ ਹੁੰਦਾ ਸੀ ਵੀ ਅੱਜ ਤੁਰਨਾ, ਸਵੇਰ ਤੋਂ ਲੈ ਕੇ ਉਹਦਾ ਰਥਵਾਨ ਉਹਨਾਂ ਪੰਜਾਂ 'ਤੇ ਪਾਣੀ ਪਾਉਣਾ ਸ਼ੁਰੂ ਕਰ ਦਿੰਦਾ ਸੀ, ਤਾਂ ਕਿ ਉਹਦੀਆਂ ਜਿਹੜੀਆਂ ਚੂਲਾਂ ਜਿਹੜੀਆਂ ਸੁੱਕ ਕੇ ਢਿੱਲੀਆਂ ਹੋ ਗਈਆਂ ਉਹ ਇੱਕ ਦੂਜੇ 'ਚ ਫਸ ਜਾਣ ਚੰਗੀ ਤਰ੍ਹਾਂ, ਰਾਹ 'ਚ ਜਿਹੜਾ ਪਹੀਆ ਉਹ ਚੀਂ ਚੀਂ ਨਾ ਕਰੇ,
ਤੇ ਕੜਕ ਕੜਕ ਨਾ ਕਰੇ ਚੂਲਾ ਨਾ ਕਿਤੇ ਖਿੰਡ ਜਾਣ ਉਹਨੂੰ ਲੱਕੜ ਨੂੰ ਫਲਾਉਣ ਵਾਸਤੇ ਪਾਉਂਦਾ ਸੀ ਉਹ ਤੇ ਉਹ ਇੱਕ ਸਾਇੰਟੀਫਿਕ ਸੀਗਾ ਮਤਲਬ ਵਿਗਿਆਨਕ ਕਾਰਨ ਸੀ ਪਰ ਅੱਜ 50 ਲੱਖ ਦੀ ਗੱਡੀ ਤੇ ਅਗਲਾ ਵਿਆਹੁਣ ਆਇਆ ਹੁੰਦਾ ਤੇ ਉਹ ਕੁੜੀ ਦੀ ਮਾਂ ਟਾਇਰਾਂ ਤੇ ਪਾਣੀ ਪਾਈ ਜਾਂਦੀ ਹੁਣ ਵਿਚਾਰੀ ਨੂੰ ਇਹ ਨਹੀਂ ਪਤਾ ਵੀ ਹੁਣ ਹੁਣ ਇਹਦਾ ਹੁਣ 50 ਲੱਖ ਦੀ ਗੱਡੀ ਦੇ ਟਾਇਰਾਂ ਤੇ ਪਾਣੀ ਪਾਉਣ ਦਾ ਕੋਈ ਵਜ੍ਹਾ ਹੀ ਨਹੀਂ ਜੀ 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 ਅੱਛਾ ਇੱਕੋ ਹੀ ਮਹੀਨੇ ਜੀ ਕਹਿੰਦੇ ਦੋ ਸਕੇ ਭਰਾਵਾਂ ਦਾ ਵਿਆਹ ਨਹੀਂ ਕਰਦੇ ਵੀ ਇੱਕ ਵਹਿਮ ਆ ਖੈਰ ਇਹਦੇ ਬਾਰੇ ਮੈਂ ਪੜ੍ਹਿਆ ਤਾਂ ਕਿਤੇ ਨਹੀਂ ਐਵੇਂ ਤੁਹਾਨੂੰ ਕਹਿ ਦਿਆਂ ਵੀ ਇਹਦਾ ਪਿਛੋਕੜ ਕੀ ਹੈ ਮੈਂ ਪਤਾ ਕਰਕੇ ਜ਼ਰੂਰ ਦੱਸ ਦੂੰਗਾ ਇਹਦੇ ਬਾਰੇ ਮੈਂ ਪਿਛੋਕੜ ਰਿਲੇਟਡ ਤਾਂ ਨਹੀਂ ਕਿਤੇ ਵੀ ਕਿਉਂਕਿ ਉਦੋਂ ਸਾਧਨ ਹੀ ਇੰਨੇ ਕੁ ਹੋਣਗੇ ਅਗਲਾ ਕਹਿੰਦਾ ਉਹ ਯਾਰ ਜੇ ਦੋਵੇਂ ਇਕੱਠੇ ਇਹ ਵੀ ਹੋ ਸਕਦਾ ਇਹ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਪੈਸੇ ਵੱਧ ਲੱਗਣ ਦੀ ਲਾ ਲਓ ਜਾਂ ਤੁਸੀਂ ਕੁਛ ਹੋਰ ਲਾ ਲਓ ਤੇ ਸੋ ਕਿਤੇ ਨਾ ਕਿਤੇ ਆਪਾਂ ਇਹ ਸਾਰੀ ਚੀਜ਼ ਅੱਛਾ ਇੱਕ ਜੀ ਰਾਜ ਗਿੱਲ ਜੀ ਦਾ ਸਵਾਲ ਉਹ ਕਹਿੰਦੇ ਵੀ ਬੂਹੇ 'ਚ ਤੇਲ ਕਿਉਂ ਚੋਣੇ ਹਾਂ ਤੇਲ ਕਿਉਂ ਚੋਣੇ ਇਹਦਾ ਬਹੁਤ ਵੱਡਾ ਕਾਰਨ ਹੈ ਜੀ ਤੇਲ ਵਾਲਾ ਹੈਗਾ ਤੇਲ ਵਾਲਾ ਇਉਂ ਵੀ ਸਾਡੇ ਲੱਕੜ ਦੇ ਹੁੰਦੇ ਸੀ ਵੱਡੇ ਦਰਵਾਜ਼ੇ ਦਰਵਾਜ਼ੇ ਸੀ ਜਿਹੜੇ ਉਹ ਹੁਣ ਇੱਕ ਗੋਲ ਲੱਕੜ ਇੱਕ ਦਰਵਾਜ਼ੇ ਦੇ ਨਾਲ ਬਿਲਕੁਲ ਇੱਕ ਗੱਡੀ ਹੁੰਦੀ ਸੀ ਉਹਦੇ 'ਚ ਇੱਕ ਗੁੱਤੀ ਨੁਮਾਂ ਟੋਆ ਦਿੱਤਾ ਹੁੰਦਾ ਸੀ ਉਸ ਟੋਏ ਦੇ ਵਿੱਚ ਉਹ ਤਖਤੇ ਦੀ ਇੱਕ ਥੱਲਿਓਂ ਮਤਲਬ ਚੂਲ ਆ ਜਿਹੜੀ ਉਹਦੇ ਵਿੱਚ ਖੜੀ ਹੁੰਦੀ ਸੀ ਉੱਪਰਲੇ ਪਾਸੇ ਤਖਤਾ ਬੰਨਿਆ ਹੁੰਦਾ ਸੀ ਇੱਕ ਚਿਮਟੇ ਦੇ ਨਾਲ ਅਤੇ ਥੱਲੇ ਉਹ ਉਹਦੇ 'ਚ ਖੜੀ ਹੁੰਦੀ ਸੀ ਜਦੋਂ ਅਸੀਂ ਤਖਤੇ ਨੂੰ ਖੋਲ੍ਹਦੇ ਸੀ ਨਾ ਉਹ ਆਂਦੀਆਂ ਆਵਾਜ਼ਾਂ ਕੱਢਦਾ ਸੀ ਜਦੋਂ ਕੋਈ ਆਇਆ ਗਿਆ ਹੁੰਦਾ ਸੀ ਉਹ ਆਵਾਜ਼ਾਂ ਬੜੀਆਂ ਭੈੜੀਆਂ ਲੱਗਦੀਆਂ ਸੀ ਹੁੰਦਾ ਸੀ ਉਹ ਦੋਵਾਂ ਕੌਲਿਆਂ ਦੇ ਨਾਲ ਇਸ ਕਰਕੇ ਉਹ ਜਿਹੜੀ ਗੁੱਤੀ ਨੂੰ ਮੈਂ ਚੀਜ਼ ਸੀ ਉਹਦੇ ਤੇਲ ਪਾ ਦਿੱਤਾ ਸੀ ਜਾਂਦਾ ਸੀ ਵੀ ਕਿਤੇ ਜਿਹੜਾ ਤਖਤ ਆ ਉਹ ਆਂਦੀਆਂ ਆਵਾਜ਼ਾਂ ਨਾ ਕੱਢੇ ਉੱਥੋਂ ਅੱਜ ਹੁਣ ਕੀ ਹੈ ਅੱਜ ਅਗਲੇ ਦਾ 2 ਲੱਖ ਰੁਪਈਆ ਇਕੱਲੇ ਕੌਲਿਆਂ 'ਤੇ ਲਾਇਆ ਹੁੰਦਾ 3 ਲੱਖ 'ਤੇ ਉੱਧਰੋਂ ਉਹਦਾ ਡੋਲਾ ਦਰਵਾਜ਼ੇ 'ਚ ਆਇਆ ਖੜਾ ਹੁੰਦਾ ਉੱਧਰੋਂ ਉਹ ਜਿਹੜੀ ਮਾਲਕਣਾ ਉਹਨੂੰ ਫਿਕਰ ਹੁੰਦਾ ਵੀ ਕਿਤੇ ਕੰਧ ਨਾ ਲਵੇੜ ਦੇਵੇ ਇਹ ਬੀਬੀ ਜਿਹੜੀ ਤੇਲ ਚੋਣ ਲੱਗੀ ਆ ਉੱਧਰ ਤਾਂ ਉਹਦਾ ਡੋਲੇ 'ਚ ਧਿਆਨ ਘੱਟ ਹੁੰਦਾ ਉੱਧਰ ਧਿਆਨ ਥੱਲੇ ਸਿੜਦੀ 2 ਤੋਕੇ ਥੱਲੇ ਕਿਤੇ ਕੌਲੇ ਨਾ ਲਵੇੜਦੀ ਨਾਲੇ ਉਹਨੂੰ ਹਦਾਇਤਾਂ ਦੇਈ ਜਾਂਦੀ ਹੁੰਦੀ ਆ ਨਾਲੇ ਉੱਧਰ ਲਾਈ ਜਾਂਦੀ ਹੁੰਦੀ ਕਿਆ ਬਾਤ ਆ ਜੀ ਸੋ ਮੇਰਾ ਖਿਆਲ ਹੈ ਇਹ ਸਾਇੰਟੀਫਿਕ ਕਾਰਨ ਸਾਇੰਟੀਫਿਕ ਪਿਛੋਕੜ ਜਿਹੜਾ ਆਪਾਂ ਨੂੰ ਪਤਾ ਲੱਗ ਰਿਹਾ ਇੱਕ ਸਵਾਲ ਹੋਰ ਆਪਣੇ ਕੋਲ ਆਇਆ ਜੀ ਉਹ ਕਹਿੰਦੇ ਆ ਕਿ ਧਿਆਨ ਜਿਹੜਾ ਇਹਦਾ ਕੀ ਮਤਲਬ ਹੁੰਦਾ ਕਿਉਂਕਿ ਅੱਜ ਕੱਲ੍ਹ ਕਹਿੰਦੇ ਜਿਹੜਾ ਜਿਹੜੇ ਆ ਬਾਬੇ ਬਣੇ ਨੇ ਉਹ ਅਕਸਰ ਹੀ ਕਹਿੰਦੇ ਲਿਆ ਲਵੇ ਤੈਨੂੰ ਅਸੀਂ ਨਾਮ ਦਾਨ ਦੇ ਤਾ ਹਾਂਜੀ ਕੀ ਇਹ ਵੀ ਇੱਕ ਹਿਪਨੋਟਿਜ਼ਮ ਦੇਖੋ ਜੀ ਅਸਲ 'ਚ ਇਹ ਹੈ ਬਈ ਸਾਡੇ ਜਿੰਨਾ ਇਸ ਵੇਲੇ ਮਾਨਸਿਕ ਬੋਝ ਆ ਨਾ ਇਸ ਮਾਨਸਿਕ ਬੋਝ ਨੂੰ ਹਲਕਾ ਕਰਨ ਵਾਸਤੇ ਤੁਸੀਂ ਕਵਾਲੀ ਸੁਣ ਲਓ ਜੀ ਮਾਨਸਿਕ ਬੋਝ ਨੂੰ ਹਲਕਾ ਕਰਨ ਵਾਸਤੇ ਤੁਸੀਂ ਕੀਰਤਨ ਸੁਣ ਲਓ ਮਾਨਸਿਕ ਬੋਝ ਨੂੰ ਹਲਕਾ ਕਰਨ ਵਾਸਤੇ ਤੁਸੀਂ ਸ਼ਾਂਤ ਰਹਿ ਕੇ ਕੋਈ ਹੋਰ ਕੰਮ ਕਰ ਲਓ ਇਹ ਲੋੜ ਆ ਮਨੁੱਖ ਦੀ ਪਰ ਲੋੜ ਪੂਰਤੀ ਵਾਸਤੇ ਬਾਬੇ ਨੂੰ ਤੁਹਾਡੀ ਜੇਬ ਤੱਕ ਜਾਂਦੇ ਹੈ ਜੇ ਕੁਛ ਦੇਣਗੇ ਤਾਂ ਲਾਜ਼ਮੀ ਹੈ ਵੀ ਜੇਬ ਵੀ ਕੱਟਣਗੇ ਅਤੇ ਜਿਹੜੇ ਸਾਡੇ ਵਰਗੇ ਮਤਲਬ ਤਰਕਸ਼ੀਲ ਸੁਸਾਇਟੀ ਵਾਲੇ ਆ ਉਹ ਬੰਦੇ ਦੀ ਰੁਚੀ ਪੁੱਛ ਲੈਂਦੇ ਆ ਵੀ ਭਾਈ ਤੈਨੂੰ ਆਨੰਦ ਕਿਹੜੀ ਚੀਜ਼ 'ਚੋਂ ਆਉਂਦਾ ਤੈਨੂੰ ਕਵਾਲੀਆਂ 'ਚੋਂ ਆਨੰਦ ਆਉਂਦਾ ਕਵਾਲੀ ਸੁਣ ਲਾ ਤੈਨੂੰ ਕੀਰਤਨ 'ਚੋਂ ਆਨੰਦ ਆਉਂਦਾ ਕੀਰਤਨ ਸੁਣ ਲਾ ਤੈਨੂੰ ਜੇ ਕਿਸੇ ਪ੍ਰਚਾਰਕ ਦਾ ਪ੍ਰਚਾਰ ਸੁਣ ਕੇ ਆਨੰਦ ਆਉਂਦਾ ਉਹ ਸੁਣ ਲਾ ਰੌਲਾ ਤਾਂ ਸਿਰਫ ਇਹ ਹੈ ਵੀ ਸਾਡਾ ਜਿਹੜਾ ਬਿਜ਼ੀ ਲਾਈਫ ਹੈ ਇਹਦੇ ਵਿੱਚੋਂ ਕੁਛ ਟਾਈਮ ਅਸੀਂ ਆਪਦੇ ਉਸ ਤਰ੍ਹਾਂ ਦੇ ਮਨੋਰੰਜਨ ਵਾਸਤੇ ਕੱਢੀਏ ਜਿਹੜਾ ਸਾਡਾ ਦਿਮਾਗ ਹੈ ਜਿਹੜਾ ਬੋਝ ਆ ਦਿਮਾਗ ਦਾ ਉਹ ਕੁਛ ਟਾਈਮ ਵਾਸਤੇ ਉਹਦੇ 'ਚ ਨਾ ਹਲਕਾ ਹੋਵੇ ਅਸੀਂ ਘੁੰਮਣ ਕਾਹਦੇ ਵਾਸਤੇ ਜਾਂਦੇ ਹਾਂ ਘੁੰਮਣ ਅਸੀਂ ਇਸੇ ਵਾਸਤੇ ਜਾਂਦੇ ਵੀ 5-4 ਦਿਨ ਅਸੀਂ ਘੁੰਮਣ ਗਏ ਹਾਂ 5-4 ਦਿਨ ਅਸੀਂ ਆਪਦੇ ਦੋਸਤਾਂ ਮਿੱਤਰਾਂ ਨਾਲ ਰਹੇ ਹਾਂ ਜਿਹੜੀਆਂ ਘਰੇਲੂ ਗੱਲ ਜ਼ਿੰਮੇਵਾਰੀਆਂ ਉਹ ਘਟੀਆਂ ਵੀ ਹੈ ਅਤੇ ਹਾ ਹੁੰਦੀ ਆ ਉੱਥੇ ਘਰੇ ਆ ਕੇ ਫਿਰ ਸਿਲੰਡਰ ਹੈ ਨੀਗਾ ਤੇਲ ਹੈ ਨੀਗਾ ਫਲਾਨਾ ਹੈ ਨੀਗਾ ਅਤੇ ਉਹ ਕਹਿ ਚੱਲ ਪੈਂਦਾ ਕੰਮ ਸੋ ਕਿਤੇ ਨਾ ਕਿਤੇ ਜੀ ਜਿਹੜੀਆਂ ਵਾਕਈ ਗੱਲ ਸਹੀ ਹੈ ਕਿ ਜਿਹੜੀਆਂ ਬੰਦੇ ਨੂੰ ਪਰੇਸ਼ਾਨੀਆਂ ਟੈਨਸ਼ਨਾਂ ਮੁਸ਼ਕਲਾਂ ਘੇਰ ਲੈਂਦੀਆਂ ਨੇ ਉਹਦਾ ਕਰਕੇ ਜਦੋਂ ਬੰਦਾ ਬਾਬਿਆਂ ਕੋਲ ਜਾਂਦਾ ਤਾਂ ਉਦੋਂ ਉਹ ਗੱਲਾਂ ਜਿਹੜੀਆਂ ਨੇ ਉਹਦੇ ਦਿਮਾਗ 'ਚੋਂ ਵਿਸਰ ਜਾਂਦੇ ਤਾਂ ਉਹਨੂੰ ਐਂ ਲੱਗਦਾ ਕਿ ਮੈਨੂੰ ਫਲਾਨੇ ਬਾਬੇ ਦੇ ਕੋਲ ਜਾ ਕੇ ਉਹਦਾ ਨਾਮ ਜਿਹਾ ਸੁਣ ਕੇ ਅਤੇ ਮੇਰੀ ਥੋੜ੍ਹਾ ਜਿਹਾ ਦਿਮਾਗ ਸਹੀ ਹੋ ਗਿਆ ਤਸੱਲੀ ਹੋ ਗਿਆ ਇੱਕ ਜੁੜਵਾਂ ਭਰਾਵਾਂ ਦਾ ਕਹਿੰਦੇ ਸਾਡਾ ਵਿਆਹ ਹੋਇਆ ਸੀ ਸਾਨੂੰ ਤਾਂ ਕੁਛ ਨਹੀਂ ਹੋਇਆ ਇਸ ਦਾ ਇਕੱਠੇ ਹੀ ਵਿਆਹ ਕਰਵਾਇਆ ਸੀ ਚਲੋ ਮੇਰਾ ਖਿਆਲ ਹੁਣ ਤਾਂ ਖੈਰ ਬਹੁਤ ਹੁੰਦੇ ਆ ਜੀ ਹੁਣ ਤਾਂ ਲੋਕ ਬਚਾਉਂਦੇ ਆ ਅੱਗੇ ਖਰਚਾ ਹੁਣ ਲੋਕ ਇਕੱਠਾ ਕਰਕੇ ਬਚਾਉਂਦੇ ਆ ਬਚਾਉਂਦੇ ਅੱਗੇ ਹੋ ਸਕਦਾ ਕਿਉਂਕਿ ਡਬਲ ਦਾਜ ਦੇਣਾ ਪੈਂਦਾ ਡਬਲ ਸਾਰਾ ਕੁਝ ਕਰਨਾ ਪੈਂਦਾ ਸੀ ਹੋ ਸਕਦਾ ਉਦੋਂ ਮਤਲਬ ਸਮੱਸਿਆ ਆਉਂਦੀ ਹੋਵੇ ਹੁਣ ਤਾਂ ਅਗਲਾ ਕਹਿੰਦਾ ਖਰਚਾ ਘਟੂਗਾ ਸਮਾਂ ਦੋ ਇਕੱਠੇ ਕਰ ਲਓ ਅੱਛਾ ਇੱਕ ਚੀਜ਼ ਕਮਲ ਜੀ ਦਾ ਇੱਕ ਮੈਸੇਜ ਆ ਉਹ ਕਹਿੰਦੇ ਵੀ ਹਮੇਸ਼ਾ ਸਰਵਾਲਾ ਜਿਹੜਾ ਉਹ ਮੁੰਡਾ ਹੀ ਕਿਉਂ ਬਣਾਇਆ ਜਾਂਦਾ ਕੁੜੀ ਨੂੰ ਕਿਉਂ ਨਹੀਂ ਬਣਾਉਂਦਾ ਹਾਂ ਸਰਵਾਲਾ ਮੁੰਡਾ ਕਿਉਂ ਬਣਾਇਆ ਜਾਂਦਾ ਸਰਵਾਲੇ ਦਾ ਬਹੁਤ ਵੱਡਾ ਕਰਮ ਹੈ ਸਰਵਾਲੇ ਨੂੰ ਅਸੀਂ 2 ਸ਼ਬਦਾਂ ਦੇ ਵਿੱਚ ਤੋੜ ਕੇ ਪੜਾਂਗੇ ਦੇ ਪੁਰਾਣਾ ਐਵੇਂ ਪੜਿਆ ਜਾਂਦਾ ਸੀ ਅੱਛਾ ਜੀ ਅਸਲ 'ਚ ਉਹਨੂੰ ਕਹਿੰਦੇ ਸੀ ਸਿਰਵਾਲਾ ਸਿਰ ਵਾਲੇ ਤੋਂ ਸਰਵਾਲਾ ਬਣਿਆ ਮਤਲਬ ਬਦਲ ਗਿਆ ਕਾਰਨ ਕੀ ਸੀ ਬਈ ਬਰਾਤਾਂ ਜਾਂਦੀਆਂ ਹੁੰਦੀਆਂ ਸੀ ਪੈਦਲ ਜੀ
ਪੈਦਲ ਜਾਣ ਕਰਕੇ ਜੰਗਲੀ ਜਾਨਵਰ ਵੀ ਰਾਹ 'ਚ ਹੁੰਦੇ ਸੀ, ਹੋਰ ਵੀ ਹਮਲੇ ਵੀ ਹੁੰਦੇ ਸੀ, ਕਿਉਂਕਿ ਲੁਟੇਰਿਆਂ ਨੇ ਵੀ ਉਦੋਂ ਪਤਾ ਹੁੰਦਾ ਸੀ ਮਾੜਾ ਮੋਟਾ ਗਹਿਣਾ ਗੱਟਾ ਹੋ ਸਕਦਾ, ਪੈਸੇ ਹੋ ਸਕਦੇ। ਉਸ ਲੜਾਈ ਦੇ ਵਿੱਚ ਜਾਂ ਜੰਗਲੀ ਜਾਨਵਰ ਨੇ ਕਿਸੇ ਨੇ ਲਾੜੇ ਨੂੰ ਮਾਰਤਾ ਤਾਂ ਡੋਲੇ ਨੂੰ ਵਾਪਸ ਨਹੀਂ ਸੀ ਕੀਤਾ ਜਾਂਦਾ। ਅੱਛਾ, ਵਾਪਸ ਕਰਨਾ ਸਭ ਤੋਂ ਮਤਲਬ ਇੱਕ ਕਿਸਮ ਦਾ ਮਤਲਬ ਬਹੁਤ ਔਖਾ ਹੁੰਦਾ ਸੀ। ਇਸ ਕਰਕੇ ਜਿਹੜਾ ਮੁੰਡਾ ਵਿਆਹੁਣ ਜਾਂਦਾ ਸੀ ਉਹਦੀ ਖਾਸ ਰਿਸ਼ਤੇਦਾਰੀ ਦੇ ਵਿੱਚੋਂ ਉਹਦਾ ਛੋਟਾ ਭਰਾ ਜਾਂ ਛੋਟਾ ਕੋਈ ਨਾ ਕੋਈ ਸਰਵਾਲਾ ਜਿਹੜਾ ਵਿਆਹੁਣ ਯੋਗ ਹੀ ਹੁੰਦਾ ਸੀ ਤਕਰੀਬਨ, ਉਸੇ ਨੂੰ ਬਣਾਇਆ ਜਾਂਦਾ ਸੀ। ਡੋਲਾ ਫਿਰ ਉਹਦੇ ਤੋਰਿਆ ਜਾਂਦਾ ਸੀ, ਉਹਨੂੰ ਸਿਰ ਵਾਲਾ ਕਹਿੰਦੇ ਸੀ। ਮਤਲਬ ਵਿਆਹੁੰਦੜ ਮੁੰਡਾ ਮਰ ਗਿਆ ਪਰ ਉਹ ਡੋਲਾ ਪਿੱਛੇ ਨਹੀਂ ਮੋੜਨਾ, ਉਹਨੂੰ ਹੁਣ ਵਸਾਉਣਾ ਹੈ। ਉਹਨੂੰ ਵਸਾਉਣ ਵਾਸਤੇ ਉਹ ਮੁੰਡਾ ਨਾਲ ਇੱਕ ਸਪੈਸ਼ਲ ਭੇਜਿਆ ਜਾਂਦਾ ਸੀ, ਕਿਉਂਕਿ ਬਹੁਤ ਵਾਰੀ ਹਮਲੇ 'ਚ ਵਿਆਹੁੰਦੜ ਮੁੰਡਾ ਮਾਰਿਆ ਜਾਂਦਾ ਸੀ। ਤੁਸੀਂ ਇੰਨੇ ਅੱਜ ਦਰਸ਼ਕਾਂ ਦੇ ਰੂਬਰੂ ਕਰਾਤਾ, ਮੈਂ ਤੁਹਾਡਾ ਵੀ ਬਹੁਤ ਸਭ ਤੋਂ ਵੱਡਾ ਧੰਨਵਾਦ। ਤੁਹਾਡਾ ਇੰਨਾ ਜ਼ਿਆਦਾ ਜਾਣਕਾਰੀ ਦਾ ਖਜ਼ਾਨਾ ਤੁਸੀਂ ਦਿੱਤਾ। ਅੱਜ ਵੀ ਬਹੁਤ ਸਾਰੇ ਦਰਸ਼ਕਾਂ ਦੇ ਸਵਾਲ ਰਹਿ ਗਏ, ਮੈਂ ਹੱਥ ਜੋੜ ਕੇ ਮਾਫ਼ੀ ਮੰਗਦਾ ਜੀ ਕਿ ਮੈਂ ਨਹੀਂ ਲੈ ਪਾਇਆ, ਪਰ ਮੈਨੂੰ ਲੱਗਦਾ ਨਹੀਂ ਕਿ ਆਪਾਂ ਕਿਤੇ ਵੀ ਇੱਕ ਸੈਕਿੰਡ ਦੇ ਲਈ ਵੀ ਕੋਈ ਇਹੋ ਜਿਹਾ ਸਮਾਂ ਖਰਾਬ ਕੀਤਾ ਹੋਵੇ ਜਿੱਥੇ ਆਪਾਂ ਨਹੀਂ ਸਮਾਂ ਦੇ ਪਾਏ। ਅਤੇ ਆਪਾਂ ਥੋੜ੍ਹੇ ਦਿਨਾਂ ਤੱਕ ਸੁਰਜੀਤ ਜੀ ਨੂੰ ਦੁਬਾਰਾ ਲੈ ਕੇ ਆਵਾਂਗੇ। ਸਰ ਤੁਸੀਂ ਆਏ ਅੱਜ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਸੰਧਵਾਲਗਾ ਸਾਹਿਬ, ਬਹੁਤ ਦਰਸ਼ਕਾਂ ਦਾ ਬਹੁਤ ਧੰਨਵਾਦ, ਸਾਰਿਆਂ ਦਾ, ਸਾਥੀਆਂ ਨੇ ਜਿਹਨਾਂ ਨੇ ਸਮਾਂ ਕੱਢਿਆ, ਬਹੁਤ ਮਿਹਰਬਾਨੀ। ਅਤੇ ਇਸ ਦੇ ਨਾਲ ਹੀ ਆਪਾਂ ਹੁਣ ਇਸ ਪ੍ਰੋਗਰਾਮ ਪ੍ਰਾਈਮ ਫੋਕਸ ਨੂੰ ਇੱਥੇ ਖਤਮ ਕਰਦੇ ਹਾਂ ਜੀ। ਆਪਣੀ ਫੀਡਬੈਕ ਤੁਸੀਂ ਸਾਨੂੰ ਜ਼ਰੂਰ ਦੇਣਾ ਇਸ ਵੀਡੀਓ ਨੂੰ। ਤੁਸੀਂ ਦੁਬਾਰਾ ਜੇ ਯੂਟਿਊਬ 'ਤੇ ਦੇਖ ਰਹੇ ਹੋਵੋਗੇ ਜਾਂ ਫੇਸਬੁੱਕ 'ਤੇ ਦੇਖ ਰਹੇ ਹੋਵੋਗੇ ਜਾਂ ਚੈਨਲ 'ਤੇ ਦੁਬਾਰਾ ਰੀਟੈਲੀਕਾਸਟ ਦੇਖ ਰਹੇ ਹੋਵੋਗੇ ਤਾਂ ਉਸ ਟਾਈਮ ਦੇ ਉੱਪਰ ਜੋ ਵੀ ਤੁਹਾਡੇ ਜ਼ਿਹਨ ਦੇ ਵਿੱਚ ਆਵੇ ਸਾਡੇ ਤੱਕ ਫੀਡਬੈਕ ਦੇਣੀ। ਜੇ ਸਵਾਲ ਤੁਹਾਡੇ ਜ਼ਿਹਨ 'ਚ ਹੋਣਗੇ ਆਪਾਂ ਦੁਬਾਰਾ ਸੁਰਜੀਤ ਜੀ ਨੂੰ ਬੁਲਾ ਕੇ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਉਹ ਲਵਾਂਗੇ। ਅਤੇ ਅਸੀਂ ਆਸ ਕਰਦੇ ਹਾਂ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹਨੇ ਤੁਹਾਡੇ ਬਹੁਤ ਸਾਰੇ ਵਹਿਮ ਜਿਹੜੇ ਨੇ ਮਨਾਂ ਦੇ ਵਿੱਚੋਂ ਦਿਲਾਂ ਦੇ ਵਿੱਚੋਂ ਕੱਢੇ ਹੋਣਗੇ। ਸੋ ਪ੍ਰਾਈਮ ਏਸ਼ੀਆ ਟੀਵੀ ਦੀ ਇਹੀ ਕੋਸ਼ਿਸ਼ ਹੈ ਕਿ ਅਜਿਹੇ ਹੋਰ ਜਿਹੜੇ ਪ੍ਰੋਗਰਾਮ ਨੇ ਜਿਹੜੇ ਸਮਾਜ ਦੀ ਭਲਾਈ ਦੇ ਲਈ ਲੋੜੀਂਦੇ ਨੇ ਆਪਾਂ ਉਹ ਸਾਰੇ ਆਪ ਜੀ ਦੇ ਸਨਮੁੱਖ ਰੱਖਿਆ ਕਰੀਏ। ਫਿਲਹਾਲ ਗੁਰਪ੍ਰੀਤ ਸੰਧਾਂ ਵਾਲੇ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। If you like this video, please subscribe the channel, like and share this video.